ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ। ਦੋਸਤੋ, ਪਿਛਲੇ 4-5 ਸਾਲਾਂ ਦੀ ਗੱਲ ਕੀਤੀ ਜਾਵੇ ਜਾਂ ਪਿਛਲੇ ਥੋੜ੍ਹੇ ਜਿਹੇ ਦੌਰ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨਾਂ ਨੂੰ, ਵਿਦਿਆਰਥੀਆਂ ਨੂੰ ਅਕਸਰ ਕਿਹਾ ਜਾਂਦਾ ਸੀਗਾ ਵੀ ਪੜ੍ਹ ਲਿਖ ਲੈ, ਇੱਥੇ ਵਧੀਆ ਕੋਈ ਡਿਗਰੀ ਕਰ ਲੈ, ਸ਼ਾਇਦ ਤੇਰਾ ਜਿਹੜਾ ਭਵਿੱਖ ਹੈ ਉਹ ਅਮਰੀਕਾ, ਕਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਬਣ ਜਾਵੇ। ਪਰ ਹੁਣ ਜਿਹੜਾ ਹੈ ਦੌਰ ਦੇ ਵਿੱਚ ਇੱਕ ਤਬਦੀਲੀ ਆਈ ਹੈ। ਹੁਣ ਨੌਜਵਾਨਾਂ ਨੂੰ ਕਿਹਾ ਜਾਂਦਾ ਹੈ ਵੀ ਪਲੱਸ ਟੂ ਕਰ ਲਈ ਹੈ, ਹੁਣ ਕੋਈ ਅੱਗੇ ਨਾ ਪੜ੍ਹ, ਹੁਣ ਬਾਹਰ ਜਾ। ਇਹ ਦੌਰ ਦੇ ਵਿੱਚ ਫਰਕ ਕਿਵੇਂ ਆਇਆ, ਬਾਹਰ ਜਾਣ ਦਾ ਰੁਝਾਨ ਕਿਵੇਂ ਵਧਿਆ, ਜਾਂ ਬਾਹਰ ਜਾਣ ਲਈ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ, ਜਾਂ ਕਿਸ ਤਰੀਕੇ ਦੇ ਨਾਲ ਇਸ ਸੁਪਨੇ ਨੂੰ ਪੂਰਾ ਕੀਤਾ ਜਾ ਸਕਦਾ ਹੈ? ਇਹਨਾਂ ਤਮਾਮ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਾਡੇ ਨਾਲ ਇੱਕ ਵਾਰ ਫਿਰ ਸਟੂਡੀਓ 'ਚ ਪਹੁੰਚੇ ਨੇ ਵਿਨੇ ਹੈਰੀ। ਵਿਨੇ ਜੀ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਤੁਹਾਡਾ ਵੀ ਬਹੁਤ ਸ਼ੁਕਰੀਆ। ਵਿਨੇ ਜੀ, ਫਰਕ ਦੀ ਮੈਂ ਗੱਲ ਕੀਤੀ ਹੈ ਪਹਿਲਾਂ ਨਾਲੋਂ, ਤੇ ਹੁਣ ਦੇ ਇੱਕ ਦੌਰ ਦੇ ਵਿੱਚ ਇੱਕ ਫਰਕ ਆ ਗਿਆ। ਪਹਿਲਾਂ ਕਹਿੰਦੇ ਸੀ ਇੱਥੇ ਪੜ੍ਹ ਲੈ, ਚੰਗੀ ਪੜ੍ਹਾਈ ਕਰ ਲੈ, ਤਾਂ ਅਮਰੀਕਾ, ਕੈਨੇਡਾ ਜਾਂ ਕਿਸੇ ਵੀ ਮੁਲਕ ਦੇ ਵਿੱਚ ਚਲਾ ਜਾਏਗਾ, ਸੈੱਟ ਹੋ ਜਾਏਗਾ। ਹੁਣ ਕਹਿੰਦੇ ਪਲੱਸ ਟੂ ਕਰ ਲਈਏ, ਛੱਡ ਪੜ੍ਹਨਾ ਕੀ ਹੈ? ਇਦਾਂ ਬਾਤ ਹੋਈ। ਅੱਜ ਦੁਨੀਆ ਬਦਲ ਰਹੀ ਹੈ, ਲੋਕਾਂ ਨੇ ਬਾਹਰ ਜਾਣ ਦਾ ਰਸਤਾ ਚੂਜ਼ ਕੀਤਾ। ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਸਾਡੇ ਪੰਜਾਬੀ ਵੀਰ ਜਾ ਕੇ ਰੋਜ਼ਗਾਰ ਲਈ ਵੱਖਰੇ ਵੱਖਰੇ ਤਰੀਕਿਆਂ ਨਾਲ, ਢੰਗਾਂ ਨਾਲ ਆਪਣੀ ਜ਼ਿੰਦਗੀ 'ਚ ਵਧੀਆ ਸੁਪਨੇ ਆਪਣੇ ਸਾਕਾਰ ਕਰਦੇ ਆ। ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ੇ ਵੀ ਹੈਗਾ ਵਾ, ਕਿਤੇ ਨਾ ਕਿਤੇ ਬ੍ਰੇਨ ਡਰੇਨ ਵੀ ਹੋ ਰਿਹਾ ਵਾ। ਜਦੋਂ ਅਸੀਂ ਕਿਸੇ ਨੂੰ ਜ਼ਿਆਦਾ ਭੇਜਦੇ ਹਾਂ ਤਾਂ ਸਾਨੂੰ ਜਿਹੜੇ ਬੰਦੇ ਨੂੰ ਪਸੰਦ ਆ ਕੰਮ, ਉਹ ਕਹਿੰਦਾ ਜੀ ਨਹੀਂ, ਇਹ ਤਾਂ ਬ੍ਰੇਨ ਡਰੇਨ ਹੋ ਰਿਹਾ, ਇਹ ਤਾਂ ਚੰਗੀ ਪੀੜ੍ਹੀ ਨੂੰ, ਨਸਲ ਨੂੰ ਖਤਮ ਕਰਦੇ ਪਿਆ। ਤੇ ਜਿਹੜਾ ਉਹ ਅਸੀਂ ਕਹਿੰਦੇ ਹਾਂ ਨਾ ਜਾਓ, ਤਾਂ ਫਿਰ ਕਹਿੰਦੇ ਜੀ ਇਹ ਇੱਥੇ ਰੋਜ਼ਗਾਰ ਨਹੀਂ ਹੈਗੇ। ਦੋ ਪੱਖ ਨੇ। ਅੱਜ ਸਮਝਣਾ ਪੈਣਾ ਕਿ ਜਿਹਦੇ ਕੋਲ ਕਾਰੋਬਾਰ ਨਹੀਂ ਹੈਗਾ, ਜਿਹਨੂੰ ਨੌਕਰੀ ਨਹੀਂ ਮਿਲਦੀ, ਵੀ ਉਹ ਵਿਦੇਸ਼ ਦੇ ਵਿੱਚ ਜਾ ਕੇ ਨੌਕਰੀ ਲੱਭਦਾ ਪਿਆ। ਦੂਜੇ ਪਾਸੇ ਪਿਛਲੇ ਸਾਲ 1,76,000 ਬੱਚਾ ਚਲਾ ਗਿਆ ਕੈਨੇਡਾ 'ਚ, 20 ਲੱਖ ਰੁਪਇਆ ਇੱਕ ਬੰਦਾ ਲਾ ਕੇ ਗਿਆ। ਪੂਰੇ ਭਾਰਤ ਦਾ, ਪੰਜਾਬ ਦਾ ਪੈਸਾ ਦੇਖ ਲਓ ਕਿੰਨਾ ਗਿਆ। ਇਹ ਕਾਰੋਬਾਰ ਬਣ ਚੁੱਕਾ ਬਾਹਰਲੀਆਂ ਸਰਕਾਰਾਂ ਦਾ ਵੀ, ਤੇ ਸਾਡੇ ਵਰਗੇ ਏਜੰਟਸ ਦਾ ਵੀ, ਔਰ ਸਟੂਡੈਂਟ ਦਾ ਵੀ। ਸਰਕਾਰਾਂ ਨੇ ਉੱਥੋਂ ਬੱਚੇ ਨੂੰ ਲਿਜਾ ਕੇ ਪੈਸੇ ਕਮਾਉਣੇ, ਅਸੀਂ ਬੱਚੇ ਨੂੰ ਭੇਜ ਕੇ ਕਮਾਉਣੇ, ਬੱਚੇ ਨੇ ਉੱਥੇ ਜਾ ਕੇ ਕਮਾਉਣੇ। ਸਾਰੀਆਂ ਚੀਜ਼ਾਂ ਖਤਮ ਹੁੰਦੀਆਂ ਆ ਕੇ ਰੋਜ਼ਗਾਰ 'ਤੇ। ਅੱਜ ਪੰਜਾਬ ਦੇ ਵਿੱਚ 99% ਤੋਂ ਵੱਧ ਬੱਚਾ ਸਿਰਫ ਔਰ ਸਿਰਫ ਪੈਸੇ ਕਮਾਉਣ ਜਾ ਰਿਹਾ, ਸੈਟਲ ਹੋਣ ਜਾ ਰਿਹਾ। ਬਹੁਤ ਘੱਟ ਲੋਕ ਨੇ ਜਿਹੜੇ ਪੜ੍ਹਨ ਜਾ ਰਹੇ। ਮੈਂ ਦਰਸ਼ਕਾਂ ਨੂੰ ਇੱਕ ਗੱਲ ਦੱਸ ਦਿੰਦਾ ਵੀ ਸਾਡਾ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਤੁਸੀਂ ਕਾਲ ਕਰਕੇ ਵੀ ਨਹਿਰੀ ਜੀ ਨੂੰ ਕੋਈ ਵੀ ਆਪਣੀ ਸਮੱਸਿਆ ਸੰਬੰਧੀ, ਵਿਦੇਸ਼ ਜਾਣ ਸੰਬੰਧੀ ਸਵਾਲ ਲੈ ਸਕਦੇ ਹੋ। ਸਾਡੇ ਪਹਿਲੇ ਕਾਲਰ ਵੀ ਜੁੜ ਚੁੱਕੇ ਨੇ। ਹੈਲੋ। ਹੈਲੋ। ਹਾਂਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਮੈਂ ਤੇਜਪਾਲ ਸਿੰਘ ਬੋਲ ਰਿਹਾ ਜੀ, ਪਟਿਆਲੇ ਤੋਂ ਜੀ। ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਥੋੜਾ ਤੁਸੀਂ ਉੱਚੀ ਬੋਲ ਸਕਦੇ ਹੋ? ਤੁਹਾਡੀ ਆਵਾਜ਼ ਜਿਹੜੀ ਹੈ ਸਵਾਲ ਦਾ ਸਾਫ ਸਾਡੇ ਤੱਕ ਪਹੁੰਚ। ਓਕੇ ਓਕੇ, ਮੈਂ ਸਰ ਤੇਜਪਾਲ ਸਿੰਘ ਬੋਲ ਰਿਹਾ ਜੀ, ਪਟਿਆਲੇ ਤੋਂ ਜੀ। ਹਾਂਜੀ ਸਰ, ਮੈਂ ਕੈਨੇਡਾ ਜਾਣ ਬਾਰੇ ਗੱਲ ਕਰਨੀ ਹੈ ਜੀ ਸਰ ਨਾਲ। ਹਾਂਜੀ ਤੇਜਪਾਲ ਜੀ, ਕਿੱਥੇ ਜਾਣਾ ਚਾਹੁੰਦੇ ਤੁਸੀਂ ਕੈਨੇਡਾ 'ਚ? ਮੈਂ ਸਰ ਕੈਨੇਡਾ ਵਿੱਚ ਜਾਣਾ ਚਾਹੁੰਦਾ ਜੀ, ਸਰੀ ਵਿੱਚ ਜੀ। ਕਿੰਨਾ ਪੜ੍ਹੇ ਕਿੰਨਾ ਜੀ ਤੁਸੀਂ? ਮੈਂ ਜੀ, ਮੇਰੀ ਪਲੱਸ ਟੂ ਕੀਤੀ ਹੋਈ ਹੈ 2009 ਦੇ ਵਿੱਚ। ਅੱਛਾ ਜੀ, ਕੀ ਕੰਮ ਕੀ ਕਰਦੇ ਜੀ ਤੁਸੀਂ ਹੁਣ? ਹੁਣ ਮੈਂ ਖੇਤੀਬਾੜੀ ਕਰਦਾ ਜੀ। ਅੱਛਾ ਜੀ, ਤੁਸੀਂ ਅੰਗਰੇਜ਼ੀ ਦਾ ਟੈਸਟ ਦਿੱਤਾ ਜੀ ਆਇਲਸ ਦਾ? ਨਹੀਂ ਜੀ, ਉਹ ਤਾਂ ਨਹੀਂ ਦੇ ਸਕਿਆ ਹੈਗਾ, ਮੇਰੇ ਤੋਂ ਹੋਣੀ ਨਹੀਂ ਹੈਗੀ ਜੀ। ਤੇਜਪਾਲ ਜੀ, ਕੈਨੇਡਾ ਇੱਕ ਅੰਗਰੇਜ਼ੀ ਮੁਲਕ ਹੈ ਜਿੱਥੇ ਭਾਸ਼ਾ ਉਹਨਾਂ ਦੀ ਅੰਗਰੇਜ਼ੀ ਹੈ, ਤੇ ਜਿਹਦੇ ਵਾਸਤੇ ਤੁਹਾਨੂੰ ਅੰਗਰੇਜ਼ੀ ਪੜ੍ਹਨੀ ਪੈਗੀ, ਪਹਿਲਾਂ ਆਇਲਸ ਕਰਨੀ ਪੈਗੀ, ਫਿਰ ਹੀ ਤੁਸੀਂ ਜਾ ਸਕਦੇ ਜੀ। ਅੱਛਾ, ਕਿੰਨੇ ਚਾਹੀਦੇ ਨੇ ਉਹਦੇ ਖਾਤਰ? ਤੁਹਾਨੂੰ 6 ਨੰਬਰ ਲੈਣੇ ਪੈਣਗੇ ਜੀ, 6 ਬੈਂਡ ਤੁਸੀਂ ਆਇਲਸ ਦੇ ਵਿੱਚ ਲੈ ਕੇ ਸਾਡੇ ਨਾਲ ਸਫ਼ਰ ਕਰ। ਆਈਲੈਟਸ ਨਹੀਂ ਹੈਗਾ ਸਰ? ਇੱਕ ਤੁਸੀਂ ਦੱਸਿਆ ਸੀਗਾ ਕਿ ਵਿਦਆਊਟ ਆਈਲੈਟਸ ਵੀ ਹੈਗਾ। ਨਹੀਂ, ਆਈਲੈਟ ਤੋਂ ਬਿਨਾ ਤੁਸੀਂ ਕੈਨੇਡਾ ਨਹੀਂ ਜਾ ਸਕਦੇ, ਆਈਲੈਟ ਕਰਕੇ ਹੀ ਵੀਜ਼ਾ ਲੱਗਦਾ ਜੀ। ਠੀਕ ਹੈ ਜੀ। ਤੇ ਵਰਕ ਪਰਮਿਟ ਕੋਈ ਜੀ ਕਿਸੇ ਤਰੀਕੇ ਨਾਲ? ਅਸੀਂ ਵਰਕ ਪਰਮਿਟ ਦਾ ਕੰਮ ਨਹੀਂ ਕਰਦੇ, ਤੁਸੀਂ ਪੜ੍ਹਾਈ ਦੇ ਤੌਰ ਤੇ ਜਾਣਾ, ਉਹਦੇ ਲਈ 6 ਬੈਂਡ ਚਾਹੀਦੇ ਨੇ। ਠੀਕ ਹੈ, ਚਲੋ ਧੰਨਵਾਦ ਜੀ। ਧੰਨਵਾਦ। ਵਿਨੇ ਜੀ, ਇੱਕ ਬੜਾ ਸਵਾਲ ਲਗਾਤਾਰ ਇਹ ਉੱਠ ਰਿਹਾ ਵੀ ਸਰਕਾਰੀ ਕਾਲਜ ਦਾ ਕੈਨੇਡਾ ਦੇ ਵਿੱਚ ਔਰ ਪ੍ਰਾਈਵੇਟ ਕਾਲਜ ਦਾ। ਹਾਂਜੀ ਹਾਂਜੀ, ਵਿਦਿਆਰਥੀ ਦੇ ਵਿੱਚ ਵੀ ਕਨਫਿਊਜ਼ਨ ਹੈਗੀ ਹੈ। ਆਪਾਂ ਪਿਛਲੇ ਸ਼ੋਜ਼ ਦੇ ਵਿੱਚ ਵੀ ਦੇਖਿਆ ਵੀ ਕਾਲਜ ਆਉਂਦੀਆਂ ਨੇ ਪ੍ਰਾਈਵੇਟ ਕਾਲਜ ਦੀ ਜਾਂ ਸਰਕਾਰੀ ਕਾਲਜ ਦੀ ਗੱਲ ਕੀਤੀ ਜਾਂਦੀ ਹੈ। ਹਾਂਜੀ, ਕਿਵੇਂ ਵਿਦਿਆਰਥੀ ਸਰਕਾਰੀ ਕਾਲਜ ਲੈ ਸਕਦਾ ਔਰ ਕਾਰਨ ਕੀ ਹੈ ਵੀ ਵਿਦਿਆਰਥੀ ਪ੍ਰੈਫਰ ਕਰਦਾ ਮੈਂ ਸਰਕਾਰੀ ਕਾਲਜ ਦੇ ਵਿੱਚ? ਅੱਜ ਕੈਨੇਡਾ ਦੇ ਵਿੱਚ ਜਾਣ ਵਾਲਾ ਬੱਚਾ ਜੇ 2 ਸਾਲ ਦੀ ਪੜ੍ਹਾਈ ਪੜ੍ਹਦਾ, ਉਹਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ। ਇਹ 2 ਸਾਲ ਦੀ ਪੜ੍ਹਾਈ, 3 ਸਾਲ ਦਾ ਵਰਕ ਪਰਮਿਟ ਸਰਕਾਰੀ ਕਾਲਜ ਦੇ ਵਿੱਚ ਮਿਲਦਾ। ਜਦੋਂ ਕੋਈ ਪ੍ਰਾਈਵੇਟ ਕਾਲਜ 'ਚ ਜਾਂਦਾ ਤਾਂ ਉਹਨੂੰ ਵਰਕ ਪਰਮਿਟ ਨਹੀਂ ਮਿਲਦਾ। ਅੱਜ ਸਰਕਾਰੀ ਕਾਲਜਾਂ ਦੇ ਵਿੱਚ ਸੀਟਾਂ ਨਾ ਹੋਣ ਕਾਰਨ ਲੋਕ ਪ੍ਰਾਈਵੇਟ ਕਾਲਜਾਂ 'ਚ ਜਾ ਰਹੇ ਆ। ਬੱਚੇ ਨੂੰ ਉੱਥੇ ਜਾ ਕੇ ਦੇਖਣਾ ਪੈਣਾ, ਜੇਕਰ ਉਹਨੂੰ ਆਪਣੀ ਪੜ੍ਹਾਈ ਦੇ ਨਾਲ ਸੰਬੰਧਿਤ ਉੱਥੇ ਨੌਕਰੀ ਮਿਲਦੀ ਹੈ ਪਾਰਟ ਟਾਈਮ ਦੇ ਵਿੱਚ, ਤਾਂ ਬੱਚਾ ਜ਼ਰੂਰ ਪ੍ਰਾਈਵੇਟ ਕਾਲਜ ਪੜ੍ਹੇ, ਨਹੀਂ ਤਾਂ ਬੱਚਿਆਂ ਨੂੰ ਅਲਟੀਮੇਟਲੀ ਕੋਰਸ ਔਰ ਕਾਲਜ ਚੇਂਜ ਕਰਨਾ ਪੈਂਦਾ। ਅਸੀਂ ਬੱਚਿਆਂ ਦੇ ਦਾਖਲੇ ਕਰਾ ਰਹੇ ਹਾਂ ਜਨਵਰੀ ਇਨਟੇਕ 'ਚ, ਜੇ ਕਿਸੇ ਵੀ ਬੱਚੇ ਨੇ ਜਾਣਾ ਹੋਵੇ ਅਸੀਂ ਉਹਦਾ ਸਰਕਾਰੀ ਕਾਲਜ ਦੇ ਵਿੱਚ ਦਾਖਲਾ ਕਰਾਵਾਂਗੇ, ਪੈਸੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਹਾਂ। ਜਿਹੜੇ ਵੀ ਬੱਚੇ ਪ੍ਰਾਈਵੇਟ ਕਾਲਜਾਂ ਵਿੱਚ ਜਾ ਰਹੇ ਨੇ, ਉਹਨਾਂ ਬੱਚਿਆਂ ਨੂੰ ਅੱਗੇ ਦਾ ਸਫ਼ਰ ਜ਼ਰੂਰ ਪਹਿਲਾਂ ਸਾਰਾ ਨਿਸ਼ਚਿਤ ਕਰ ਲੈਣਾ ਚਾਹੀਦਾ ਕਿ ਪੜ੍ਹਾਈ ਤੋਂ ਬਾਅਦ ਕੀ ਕਰਨਾ ਵਾ। ਜਿੰਨਾ ਛੋਟੇ ਤੋਂ ਛੋਟਾ ਕੋਰਸ ਲਓਗੇ ਅਗਲੇ ਸਾਲ ਚੇਂਜ ਹੋ ਸਕਦਾ ਵਾ।
ਤਾਂ ਜੋ ਅਗਲਾ ਸਾਲ ਤੁਸੀਂ ਕਿਸੇ ਸਰਕਾਰੀ ਕਾਲਜ ਲੈ ਪਾਓ। ਹੈਲੋ, ਹਾਂਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਜੀ? ਹਾਂਜੀ, ਕਰਨ ਹਰਿਆਣਾ ਤੋਂ ਬਾਤ ਕਰ ਰਹਾ ਹੂੰ ਮੈਂ, ਸੁਮਿਤ ਕੁਮਾਰ। ਹਾਂਜੀ ਸੁਮਿਤ ਕੁਮਾਰ ਜੀ, ਕੀ ਜਾਣਨਾ ਚਾਹਤੇ ਹੈ? ਸਰ, ਮੈਨੇ ਨਾ ਕੈਨੇਡਾ ਕਾ ਵੀਜ਼ਾ ਅਪਲਾਈ ਕਰਨਾ ਹੈ, ਸਟੱਡੀ ਵੀਜ਼ਾ, ਔਰ ਮੇਰੇ ਨਾ ਪਲੱਸ ਟੂ ਮੈਂ 50% ਹੈ ਨਾ, ਤੋ ਮੈਨੇ ਕਈ ਕੰਟਰ ਵੀਜ਼ਾ ਕਰੇ, ਉਨ ਸਭ ਨੇ ਮੇਰੇ ਕੋ ਮਨਾ ਕਰ ਦਿਆ। ਤੁਹਾਰੇ ਆਈਲੈਟਸ ਮੇਂ ਕਿਤਨੇ ਬੈਂਡ ਹੈ? ਸਰ, ਮੇਰੇ ਆਈਲੈਟਸ ਮੇਂ 6.5 ਹੈ, ਔਰ ਏਕ ਮੇਂ 5.5 ਵੈਰਾਈਟੀ ਹੈ। ਕਹਾਂ ਸੇ ਬੋਲ ਰਹੇ ਹੈਂ ਆਪ? ਹਰਿਆਣਾ ਸੇ ਬਾਤ ਕਰ ਰਹਾ ਹੂੰ ਸਰ। ਹਰਿਆਣਾ ਮੇਂ ਕਹਾਂ ਰਹਤੇ ਹੈਂ ਆਪ? ਕੁਰੂਕਸ਼ੇਤਰ ਮੇਂ। ਕੁਰੂਕਸ਼ੇਤਰ 7 ਸੈਕਟਰ ਮੇਂ ਹਮਾਰਾ ਦਫ਼ਤਰ ਹੈ, ਵਹਾਂ ਜਾ ਕੇ ਜਾਣਕਾਰੀ ਲੈ ਲੀਜੀਏ। 20 ਸੇ 25 ਦਿਨ ਲਗੇਂਗੇ, 25 ਦਿਨ ਮੇਂ ਆਪਕਾ ਕੈਨੇਡਾ ਕਾ ਵੀਜ਼ਾ ਆ ਜਾਏਗਾ। ਠੀਕ ਹੈ ਸਰ। ਟੋਰਾਂਟੋ, ਵੈਨਕੂਵਰ ਦੋਨੋਂ ਮੇਂ ਕਿਸੀ ਜਗ੍ਹਾ ਵੀ ਜਾ ਸਕਤੇ ਹੈਂ ਜੀ। ਸਰ, ਮੈਨੇ ਐਕਚੁਅਲੀ ਮੇਂ ਕਈ ਸੈਂਟਰ ਵੀ ਦੇਖ ਰਹੇ ਹੂੰ, ਕਹਿ ਰਹੇ ਹੈਂ ਆਪਕੀ ਪਰਸੈਂਟੇਜ ਬਹੁਤ ਕਮ ਹੈ, ਰਿਫਿਊਜ਼ਲ ਆ ਜਾਏਗਾ ਆਪਕਾ। ਆਪ 7 ਸੈਕਟਰ ਮੇਂ ਕੁਰੂਕਸ਼ੇਤਰ ਮੇਂ ਆਫਿਸ ਆਏ, ਵਹਾਂ ਜਾ ਸਕਤੇ ਹੈਂ, ਜਾਂ ਆਪ ਚੰਡੀਗੜ੍ਹ ਹਮਾਰੇ ਸਾਥ ਸੰਪਰਕ ਕਰ ਸਕਤੇ ਹੈਂ। ਠੀਕ ਹੈ ਸਰ। ਆਪਕੇ ਬੈਂਡ ਬਹੁਤ ਅੱਛੇ ਹੈਂ, ਆਪਕਾ ਵੀਜ਼ਾ ਰਿਫਿਊਜ਼ ਨਹੀਂ ਹੋਗਾ। ਠੀਕ ਹੈ ਸਰ ਜੀ, ਧੰਨਵਾਦ ਸੁਮਿਤ ਜੀ। ਵਿਨੇ ਜੀ, ਇੱਕ ਸੈਂਟਰ ਤੋਂ ਵਿਦਿਆਰਥੀ ਜਾਂਦਾ ਹੈ, ਉਹ ਨਾ ਕਰ ਦਿੰਦੇ ਹੈ, ਤੁਸੀਂ ਹਾਂ ਕਰ ਦਿੰਦੇ ਹੋ। ਹੁਣ ਬੱਚੇ ਨੇ ਆਪਣੇ ਪਲੱਸ ਟੂ ਆਪਣੀ ਪੂਰੀ ਪ੍ਰੋਫਾਈਲ ਲੈ ਕੇ ਥਾਂ ਥਾਂ ਘੁੰਮਿਆ, ਹਾਲਾਂਕਿ ਤੁਸੀਂ ਹਰਿਆਣਾ ਦੇ ਵਿੱਚ ਵੀ ਆਫਿਸ ਖੋਲ ਦਿੱਤੇ ਨੇ, ਲੱਗਦਾ ਵੀ ਬੱਚੇ ਨੂੰ ਕਿਤੇ ਉਹ ਮਿਸਗਾਈਡ ਕਰ ਦਿੱਤਾ ਜਾਂਦਾ ਹੈ, ਜਾਂ ਲਾਲਚ ਤਾਂ ਉਹਨੂੰ ਵੀ ਹੋਊਗਾ ਮੇਰੇ ਕੋਲ ਗਾਹਕ ਆਵੇ ਜਿਹਨੇ ਉਹਨੂੰ ਨਾ ਕੀਤੀ ਹੈ, ਫਿਰ ਤੁਸੀਂ ਕਿਵੇਂ ਇਹੋ ਜਿਹੇ ਕੇਸ ਫੜ ਲੈਣੇ? ਇੱਕ ਦੁਕਾਨ ਤੇ ਦੁੱਧ ਵੇਚਿਆ ਜਾਂਦਾ, ਦੂਜਾ ਦਹੀਂ ਵੇਚਦਾ, ਤੀਜਾ ਪਨੀਰ ਬਣਾ ਕੇ ਵੇਚਦਾ, ਹਰ ਕਿਸੇ ਦਾ ਆਪਦਾ ਆਪਦਾ ਕੰਮ ਹੈ। ਬੰਦਾ ਬਾਹਰ ਹੀ ਜਾਣਾ ਤੇ ਕਿਸੇ ਦਾ ਦੁੱਧ ਵਿਕੀ ਜਾਂਦਾ, ਉਹ ਬਣਾਉਂਦਾ ਹੀ ਨਹੀਂ ਪਨੀਰ, ਤੇ ਜ਼ਿਆਦਾਤਰ ਲੋਕ ਕਰੀਮ ਵਾਲੇ ਬੱਚੇ ਨੂੰ ਚੁੱਕਦੇ ਆ। ਹੁਣ ਜਿਹਦੇ ਨੰਬਰ ਬਹੁਤ ਵਧੀਆ, ਬੈਂਡ 6 ਸੀ ਚ, ਉਹਨੂੰ ਸਾਰੇ ਵੀਜ਼ਾ ਲਵਾ ਦੂਗੇ। ਅਸੀਂ ਉਸ ਬੱਚੇ ਨੂੰ ਭੇਜਦੇ ਹਾਂ ਜਿਹੜਾ ਨਹੀਂ ਜਾ ਸਕਦਾ। ਬਾਕੀ ਕਿਸੇ ਵੀ ਤਰ੍ਹਾਂ ਦੀ ਬੱਚੇ ਨੂੰ ਕੋਈ ਡਾਊਟ ਹੋਵੇ, ਇੱਕ ਵਾਰ ਵਿਜ਼ਿਟ ਕਰੇ, ਅਸੀਂ ਉਹਦੇ ਕਾਗਜ਼ ਦੇਖ ਕੇ ਉਹਨੂੰ ਦੱਸ ਦਿੰਦੇ ਕੰਮ ਹੋ ਸਕਦਾ ਕਿ ਨਹੀਂ ਹੋ ਸਕਦਾ। ਇੱਕ ਕਾਲਰ ਜੁੜੇ ਨੇ। ਹੈਲੋ 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 ਹਾਂਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਜੀ? ਪਾਣੀਪਤ ਤੋਂ ਬੋਲ ਰਹੇ ਜੀ। ਕੌਣ ਬੋਲ ਰਹੇ ਹੋ, ਕੀ ਨਾਮ ਹੈ ਸਰ ਆਪਕਾ? ਹੋਰ ਨਾਮ ਹੈ। ਹਾਂਜੀ, ਕੀ ਕਰਨਾ ਚਾਹਤੇ ਹੈ ਜੀ? ਇਹ ਵੀਜ਼ਾ ਅਪਲਾਈ ਕਰਵਾ, ਮਲਟੀਪਲਾਈ ਵਾਲਾ ਟੈਸਟ। ਮਲਟੀਪਲਾਈ ਵਾਲਾ, ਕੀ ਕੰਮ ਕੀ ਕਰਤੇ ਹੈ ਜੀ ਆਪ? ਕੁਛ ਨਹੀਂ, ਖਾਲੀ ਬੈਠੇ ਹੈ, ਕੋਈ ਕੰਮ ਨਹੀਂ ਕਰਤੇ ਜੀ। ਰੋਜ਼ਗਾਰ ਕਾ ਕੀ ਸਾਧਨ ਹੈ ਆਪਕਾ ਜੀ? ਪਾਪਾ ਦਾ ਬਿਜ਼ਨਸ ਹੈ ਜੀ। ਪਾਪਾ ਦਾ ਬਿਜ਼ਨਸ ਹੈ। ਆਪਕੀ ਉਮਰ ਕਿਤਨੀ ਹੈ ਜੀ? ਇੱਕੀ ਸਾਲ ਤੋ ਆਪ ਪਾਪਾ ਕੇ ਸਾਥ ਵੀਜ਼ਾ ਅਪਲਾਈ ਕਰੋ, ਕੈਨੇਡਾ ਮੇਂ ਆਸਟ੍ਰੇਲੀਆ ਮੇਂ ਘੁੰਮਨੇ ਕਾ। ਪਾਪਾ ਕੀ ਇਨਕਮ ਟੈਕਸ ਕੀ ਰਿਟਰਨ ਲਗੇਗੀ, 5 ਸੇ 10 ਲੱਖ ਰੁਪਏ ਬੈਂਕ ਬੈਲੈਂਸ ਲਗੇਗਾ, ਆਪਕੋ ਵੀਜ਼ਾ ਮਿਲ ਜਾਏਗਾ। ਹਾਂ, 10 ਲੱਖ ਰੁਪਏ ਆਪ ਖਾਤੇ ਮੇਂ ਰੱਖ ਕੇ ਪਾਪਾ ਕੇ ਸਾਥ ਅਪਲਾਈ ਕਰੋ, ਜੋ ਉਨਕਾ ਬਿਜ਼ਨਸ ਹੈ ਉਸਕੇ ਸਾਰੇ ਡਾਕੂਮੈਂਟ ਲਗਾਓ। ਖਰਚਾ 10 ਸੇ 20 ਹਜ਼ਾਰ ਰੁਪਏ ਵੀਜ਼ਾ ਫੀਸ ਹੋਤੀ ਹੈ, ਹਮ ਲੋਗ 50 ਹਜ਼ਾਰ ਰੁਪਏ ਲੇਤੇ ਹੈਂ ਵੀਜ਼ਾ ਲਗਨੇ ਕੇ ਬਾਅਦ ਜੀ। ਜ਼ਿਆਦਾ ਜਾਣਕਾਰੀ ਕੇ ਲੀਏ ਆਪ ਕਰਨਾਲ ਮੇਂ ਹਮਾਰਾ ਦਫ਼ਤਰ ਹੈ, ਵਹਾਂ ਵਿਜ਼ਿਟ ਕਰ ਸਕਤੇ ਹੈਂ। ਕਹਾਂ ਪੇ ਹੈ ਦਫ਼ਤਰ ਆਪਕਾ? ਸੈਕਟਰ 8 ਮੇਂ ਜੀ। ਕਿਸ ਨਾਮ ਸੇ ਹੋ? ਵਿਨੇ ਹਰੀ, ਐਜੂਕੇਸ਼ਨ ਕੰਸਲਟੈਂਟ। ਆਪ ਗੂਗਲ ਕਰ ਲੀਜੀਏ, ਸੈਕਟਰ 8 ਮੇਂ ਆਪਕੋ ਆਰਾਮ ਸੇ ਐਡਰੈਸ ਮਿਲ ਜਾਏਗਾ। ਠੀਕ ਹੈ ਜੀ, ਧੰਨਵਾਦ ਜੀ। ਧੰਨਵਾਦ ਸਰ। ਵੀਰੇ ਜੀ, ਮੈਨੂੰ ਲੱਗਦਾ ਪੰਜਾਬ ਤੋਂ ਵੱਧ ਹੁਣ ਕਾਲਸ ਤੁਹਾਨੂੰ ਹਰਿਆਣੇ ਤੋਂ ਆਉਣ ਲੱਗ। ਹਾਂਜੀ, 4 ਦਿਨ ਪਹਿਲਾਂ ਖੋਲਿਆ ਜੀ ਕਰਨਾਲ ਦਫ਼ਤਰ, ਤੁਸੀਂ ਵਧਾਈਆਂ ਦਿੱਤੀਆਂ ਨੇ ਸਾਨੂੰ। ਪਹਿਲਾਂ ਚਲੋ ਸੈਨਿਕ ਸਵੇਰਾ ਦੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਸਾਨੂੰ ਇਹਨਾਂ ਦਾ ਪਤਾ ਲੱਗ ਗਿਆ ਤੁਸੀਂ ਉੱਥੇ ਪੈਰ ਪਸਾਰ ਲਏ ਹੋ, ਪਰ ਮੈਨੂੰ ਇੰਨਾ ਨਹੀਂ ਸੀ ਪਤਾ ਵੀ ਹੁਣ ਫਰੈਂਚਾਈਜ਼ ਜਿਹੜੀਆਂ ਖੁੱਲ ਰਹੀਆਂ ਨੇ। ਸਾਡਾ ਇੱਕ ਦਫ਼ਤਰ ਕੁਰੂਕਸ਼ੇਤਰ ਦੇ ਵਿੱਚ ਹੈ ਜੀ ਆਲਰੇਡੀ, ਇੱਕ ਸ਼ਾਹਬਾਦ ਦੇ ਵਿੱਚ ਹੈ। ਹੁਣ ਅਸੀਂ ਕਰਨਾਲ ਦੇ ਵਿੱਚ 4 ਦਿਨ ਪਹਿਲਾਂ ਖੋਲਿਆ, ਤੇ ਅਗਲੇ 5 ਦਿਨ ਬਾਅਦ ਅਸੀਂ ਯਮੁਨਾ ਨਗਰ ਸ਼ੁਰੂ ਕਰਨ ਲੱਗੇ ਹਾਂ ਜੀ। ਮਤਲਬ ਪੂਰਾ ਅੰਬਾਲੇ 'ਚ ਮਿਸਤਰੀ ਲੱਗੇ ਹੋਏ ਆ, ਤੇ ਨਰਾਤਿਆਂ ਦੇ ਵਿੱਚ ਵਿੱਚ ਅਸੀਂ ਅੰਬਾਲੇ 'ਚ ਵੀ ਖੋਲਾਂਗੇ। ਮਤਲਬ ਵਧੀਆ ਉੱਥੇ ਲੋਕ ਵਧੀਆ, ਲੋਕ ਬਹੁਤ ਅੱਛੇ ਨੇ ਜੀ, ਲੋਕਾਂ ਦਾ ਵਿਸ਼ਵਾਸ ਬਹੁਤ ਬਣਦਾ ਪਿਆ ਵਾ, ਔਰ ਆਲਰੇਡੀ ਉੱਥੇ ਦੀ ਮਾਰਕੀਟ ਦੇ ਵਿੱਚ ਫਰੋਡ ਬਹੁਤ ਜ਼ਿਆਦਾ ਹੋ ਰਿਹਾ ਵਾ, ਜਿਹਦੇ ਕਰਕੇ ਲੋਕ ਬਹੁਤ ਡਰੇ ਹੋਏ ਨੇ ਅੱਜ। ਵੀਜ਼ੇ ਬਹੁਤ ਰਿਫਿਊਜ਼ ਹੋ ਰਹੇ ਨੇ, ਨਕਲੀ ਕਾਗਜ਼ ਬਹੁਤ ਲੱਗਦੇ ਪਏ ਨੇ, ਤੇ ਅਸੀਂ ਲੋਕਾਂ ਨੂੰ ਸਹੀ ਗਾਈਡੈਂਸ ਦੇ ਰਹੇ ਹਾਂ, ਜਿਹਦੇ ਕਰਕੇ ਲੋਕ ਸਾਡੇ ਕੋਲ ਆ ਰਹੇ ਨੇ। ਕਾਲਰ ਜੁੜਨੀ। ਹੈਲੋ ਹਾਂਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਮਾਨਸਾ ਤੋਂ ਬੋਲ ਰਹੇ ਹਾਂ। ਹਾਂਜੀ, ਕੌਣ ਬੋਲ ਰਹੇ ਹੋ ਜੀ, ਕੀ ਨਾਮ ਤੁਹਾਡਾ? ਬਲਵਿੰਦਰ ਸਿੰਘ। ਹਾਂਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਸਰ, ਐਂ ਪੁੱਛਣਾ ਚਾਹੁੰਦੇ ਹਾਂ, ਕੈਨੇਡਾ ਦਾ ਵੀਜ਼ਾ ਲੱਗਣ ਵਾਸਤੇ 6 ਸੀ ਬੈਂਡ ਚਾਹੀਦੇ ਨੇ, ਪਰ ਹੈਗੇ 3 ਚੋਂ 5.5 ਨੇ ਜੀ। ਵੀਰ ਜੀ, ਕੈਨੇਡਾ ਦੇ ਵੀਜ਼ੇ ਵਾਸਤੇ 2 ਕੈਟਾਗਰੀਆਂ ਹੁੰਦੀਆਂ, ਜੇ 6 ਸੀ 'ਚ ਹੈਗਾ ਤਾਂ ਫਿਰ SDS 'ਚ ਲੱਗਦਾ, ਜੇ 6 ਸੀ 'ਚ ਨਹੀਂ ਹੈਗਾ ਤਾਂ ਜਨਰਲ ਦੇ ਵਿੱਚ ਵੀਜ਼ਾ ਅਪਲਾਈ ਹੁੰਦਾ ਜੀ। ਠੀਕ ਹੈ ਸਰ। ਤੇ ਜਨਰਲ ਕੈਟਾਗਰੀ 'ਚ ਚਾਂਸ ਬਹੁਤ ਘੱਟ ਹੁੰਦੇ ਆ ਵੀਜ਼ੇ ਦੇ ਜੀ। ਠੀਕ ਹੈ ਜੀ। ਤੇ ਜੇ ਤਾਂ 6 ਸੀ 'ਚ ਹੈਗੇ ਆ, ਫਿਰ ਤਾਂ ਸਮਝੋ ਕਿ 100% ਚਾਂਸ ਹੈ ਕਿ ਵੀਜ਼ਾ ਲੱਗ ਜਾਏਗਾ।
ਜੇ ਬੈਂਡ ਘੱਟ ਆ ਤਾਂ 50-50 ਦੀ ਚਾਂਸ ਜੇ। ਠੀਕ ਹੈ ਸਰ, ਕੋਸ਼ਿਸ਼ ਕਰੋ ਬੈਂਡ ਇੰਪਰੂਵ ਕਰਕੇ ਲਾ ਲਓ, ਨਹੀਂ ਹੁੰਦਾ ਤਾਂ ਕਿਸੇ ਪ੍ਰੋਵਿੰਸ ਦੇ ਵਿੱਚ ਲਾਓ, ਕਿਸੇ ਛੋਟੇ ਸ਼ਹਿਰ ਦੇ ਵਿੱਚ। ਠੀਕ ਹੈ ਸਰ, ਪੀਟੀ ਵੀ ਅਭੀ ਵੀ ਲੱਗਦਾ ਜੀ ਕੈਨੇਡਾ? ਨਹੀਂ ਪੀਟੀ ਨਹੀਂ ਚੱਲਦੀ ਜੀ, ਪੀਟੀ ਬੰਦ ਹੈ ਜੀ ਕੈਨੇਡਾ ਨੂੰ ਜੀ। ਠੀਕ ਹੈ ਸਰ, ਥੈਂਕ ਯੂ ਜੀ, ਧੰਨਵਾਦ ਜੀ। ਮੈਨੂੰ ਇਹ ਵੀ ਕੋਈ ਫਰਕ ਹੁੰਦਾ ਵੀ ਛੋਟੇ ਕਾਲਜ ਦੇ ਵਿੱਚ ਅਪਲਾਈ ਕਰੋ ਜਾਂ ਵੱਡੇ ਕਾਲਜ ਦੇ ਵਿੱਚ ਸਟੱਡੀ ਕਰਨ ਲਈ ਜਾਓ, ਤਾਂ ਵੀਜ਼ਾ ਵੀਜ਼ੇ 'ਚ ਕੋਈ ਫਰਕ ਪੈਂਦਾ ਇਸ ਚੀਜ਼ ਦਾ? ਹਾਂਜੀ, ਜਿੱਦਾਂ ਜੰਮੂ ਕਸ਼ਮੀਰ ਹੁਣ ਬੰਦ ਕੀਤਾ ਨਾ, ਧਾਰਾ ਚੁੱਕ ਲਈਆਂ ਸਾਰੀਆਂ, ਉੱਥੇ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਨੂੰ ਫੈਸਿਲਿਟੀਆਂ ਮਿਲਦੀਆਂ ਸੀ। ਇਹਦੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਇਲਾਕੇ ਆ ਜਿਹਨਾਂ ਨੂੰ ਬੈਨੀਫਿਟ ਮਿਲਦਾ ਵਾ, ਜਿਹਨਾਂ ਨੂੰ ਐਡਵਾਂਟੇਜਿਸ ਆ ਵੀਜ਼ਾ ਦੇ ਵਿੱਚ ਵੀ। ਹੁਣ ਕਿਸੇ ਦੇ ਬੈਂਡ ਨਹੀਂ ਆਏ ਜੀ, ਉਹ ਟੋਰਾਂਟੋ ਵੈਨਕੂਵਰ ਛੱਡ ਕੇ ਅਲਬਰਟਾ ਵਾਲੇ ਪਾਸੇ ਅਪਲਾਈ ਕਰ ਲਵੇ, ਸਸਕੈਚਵਨ ਅਪਲਾਈ ਕਰ ਲਵੇ, ਪ੍ਰਿੰਸ ਐਡਵਰਡ ਆ ਜਾਵੇ, ਅਟਲਾਂਟਿਕ ਰੀਜਨ 'ਚ ਕਿਤੇ ਅਪਲਾਈ ਕਰ ਰਹੇ, ਤਾਂ ਚਾਂਸ ਵੀਜ਼ੇ ਦੇ ਵੱਧ ਜਾਂਦੇ ਆ। ਇੱਕ ਮੈਨੂੰ ਨਿੱਜੀ ਤੌਰ ਦੇ ਉੱਤੇ ਵੀ ਕਿਸੇ ਨੇ ਸਵਾਲ ਤੁਹਾਡੇ ਤੱਕ ਪਹੁੰਚਾਉਣ ਲਈ ਕਿਹਾ ਸੀਗਾ, ਕਹਿੰਦੇ ਮਾਸਟਰ ਕੀਤੀ ਹੈ ਡਿਗਰੀ ਇੱਥੇ, 3 ਸਾਲ ਰੈਗੂਲਰ ਜੋਬ ਹੈ, ਉਸ ਤੋਂ ਬਾਅਦ ਕਿਸ ਬੇਸ 'ਤੇ ਅਪਲਾਈ ਕਰ ਸਕਦਾ? ਮਾਸਟਰਸ ਕੀਤੀ ਹੈ ਜਰਨਲਿਜ਼ਮ ਦੇ ਵਿੱਚ, ਔਰ ਕਿਸ ਬੇਸ 'ਤੇ ਜੇ ਜਾਣਾ ਹੋਵੇ ਤਾਂ ਕੱਲ੍ਹ ਨੂੰ ਕਿਸ ਬੇਸ ਦੇ ਉੱਤੇ ਅਪਲਾਈ ਕਰ ਸਕਦਾ? ਬੇਸ ਪੜ੍ਹਾਈ ਵਾਲਾ ਹੀ ਹੈ ਜੀ, ਪੈਸੇ ਚਾਹੀਦੇ, ਉੱਥੇ ਦੀ ਗੌਰਮੈਂਟ ਨੂੰ ਨਜ਼ਰ ਆਉਂਦੇ ਤੁਹਾਡੇ ਕੋਲ, ਤੁਹਾਡੇ ਕੋਲ ਪੈਸੇ ਹੈਗੇ 15-20 ਲੱਖ ਰੁਪਇਆ, 6 ਬੈਂਡ ਲੈ ਕੇ ਅਪਲਾਈ ਕਰ ਲਓ, ਵੀਜ਼ਾ ਰਿਫਿਊਜ਼ ਨਹੀਂ ਹੁੰਦਾ ਜੀ। ਇੱਕ ਮਿੰਟ, ਮੈਨੂੰ ਲੱਗਦਾ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਸਵਾਲ ਹੁੰਦਾ ਵੀ ਮੈਂ ਇੱਥੇ ਡਿਗਰੀ ਵੀ ਸਹੀ ਕੀਤੀ ਆ, ਉਹਦੇ ਰਿਲੇਟਡ ਮੈਂ ਜੋਬ ਵੀ ਕਰ ਲਿਆ 3-4-5 ਸਾਲ, ਤਾਂ ਮੈਂ ਕੀ PR ਅਪਲਾਈ ਕਰ ਸਕਦਾ? ਕੀ ਮੈਂ PR ਬੇਸ ਦੇ ਉੱਤੇ ਜਾ ਸਕਦਾ ਜਾਂ ਸਿਰਫ ਸਟੱਡੀ ਬੇਸ ਹੀ ਉਹਦੇ ਲਈ ਰਾਹ ਹੁੰਦਾ? ਦੇਖੋ, ਜਿਹੜਾ PR ਬੇਸ ਲਈ ਜਾਂਦਾ ਵਾ ਉਹ ਜਾਂਦੇ ਹੀ ਉੱਥੇ ਦੀ ਸਰਕਾਰ ਦੇ ਉੱਤੇ ਬੋਝ ਪਾਉਂਦਾ, ਜਿਹੜਾ ਸਟੱਡੀ ਬੇਸ 'ਤੇ ਜਾਂਦਾ ਉਹ ਰੁਪਈਆ 20 ਲੱਖ ਲਾ ਕੇ ਜਾਂਦਾ। ਹੁਣ ਤੁਹਾਡੇ ਘਰ ਕਿਸੇ ਨੇ ਆਉਣਾ ਹੋਵੇ, ਅਗਲਾ 20 ਲੱਖ ਰੁਪਇਆ ਦੇ ਕੇ ਆਵੇ ਰੋਟੀ ਪਾਣੀ ਖਾਣ, ਤਾਂ ਤੁਸੀਂ ਉਹਨੂੰ ਇੱਜ਼ਤ ਕਰੋਗੇ? ਇੱਕ ਬੰਦਾ ਖਾਲੀ ਹੱਥ ਹੀ ਆ ਜਾਵੇ, ਤੁਸੀਂ ਉੱਥੋਂ ਥੋੜ੍ਹਾ ਜਿਹਾ ਵਿਤਕਰਾ ਤਾਂ ਕਰੋਗੇ? ਇਹ ਲਿਖੀਆਂ ਨਹੀਂ ਹੋਈਆਂ ਕਿਤੇ ਵੀ ਚੀਜ਼ਾਂ, ਇਹ ਆਪਦਾ ਤਜਰਬਾ ਕਿ PR ਵਾਲੇ ਕੇਸ ਹੁਣ ਬੰਦ ਹੋਏ ਦੇ, PR ਬਹੁਤ ਔਖੀ ਆ ਅੱਜ ਦੀ ਡੇਟ 'ਚ, PR ਨੂੰ 1-1.5 ਸਾਲ, 2-2 ਸਾਲ ਲੱਗ ਜਾਂਦੇ ਆ। ਜਦੋਂ PR ਡਾਇਰੈਕਟ ਸਟੂਡੈਂਟ ਦੀ ਗੱਲ ਕਰਦੇ ਆ, 20 ਦਿਨਾਂ 'ਚ ਵੀਜ਼ਾ ਆ ਜਾਂਦਾ। ਹੈਲੋ ਹੈਲੋ, ਹਾਂਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਗੁੱਡ ਆਫਟਰਨੂਨ ਸਰ, ਮੈਂ ਅਨੁਰਾਗ ਬੋਲ ਰਿਹਾ ਹਾਂ ਪਠਾਨਕੋਟ ਤੋਂ। ਹਾਂਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਸਰ, ਮੇਰੇ 2 ਮੋਡਿਊਲ 5.5 ਆਏ ਆ। ਹਾਂਜੀ, 1-7.5 ਆਏ ਤੇ 1-7 ਆਏ ਆ। ਅੱਛਾ ਜੀ, ਤੇ ਕੈਨੇਡਾ ਦੀ ਫਾਈਲ ਲਾਉਣੀ ਹੈ, ਮਤਲਬ ਜਨਰਲ ਕੈਟਾਗਰੀ 'ਚ ਲੱਗੂਗੀ, ਉਹਦੇ 'ਚ ਵੀਜ਼ੇ ਦੇ ਚਾਂਸ ਬਹੁਤ ਘੱਟ ਹੈ। ਹਾਂਜੀ, ਕੋਸ਼ਿਸ਼ ਕਰੋ ਇੱਕ ਵਾਰੀ ਆਇਲਸ ਦਾ ਪੇਪਰ ਦੁਬਾਰਾ ਦੇ ਲਓ ਜੇ ਦੇ ਸਕਦੇ ਹੋ। ਅੱਛਾ, ਹਾਂਜੀ, ਇਹਨਾਂ ਬੈਂਡਾਂ ਦੇ ਵੀਜ਼ੇ ਦੇ ਚਾਂਸ ਬਹੁਤ ਘੱਟ ਹੈ ਤੁਹਾਡੇ। ਅੱਛਾ, ਤੇ ਮਤਲਬ ਕਿੰਨੇ ਚਾਹੀਦੇ ਆ? 6 ਸੀਟ ਚਾਹੀਦੇ ਜੀ। ਅੱਛਾ, ਹਾਂਜੀ, ਮਤਲਬ ਜਿੱਦਾਂ ਕੋਈ ਵੀ ਸਟੇਟ 'ਚ ਲੱਗ ਸਕਦੀ? ਨਹੀਂ, ਲੱਗ ਤਾਂ ਜਾਊਗੀ, ਜੇ ਤੁਸੀਂ ਟੋਰਾਂਟੋ ਵੈਨਕੂਵਰ ਨਹੀਂ ਜਾਣਾ ਫਿਰ ਤੁਹਾਡੀ ਫਾਈਲ ਲੱਗ ਜੂਗੀ ਜੀ, ਨੋਵਾ ਸਕੋਸ਼ੀਆ ਲੱਗ ਜੂਗੀ, ਨਿਊ ਬ੍ਰਾਂਸਵਿਕ 'ਚ ਲੱਗ ਜੂਗੀ, ਨਿਊ ਫੋਰਲੈਂਡ 'ਚ ਲੱਗ ਜੂਗੀ। ਅੱਛਾ, ਮੌਂਟਰੀਅਲ ਲੱਗ ਜੂਗੀ? ਨਹੀਂ, ਮੌਂਟਰੀਅਲ ਨਹੀਂ ਲੱਗੂ ਜੀ। ਅੱਛਾ, ਮੌਂਟਰੀਅਲ ਦਾ ਕੀ ਹੈ? ਮੌਂਟਰੀਅਲ 6 ਸੀਟ ਚਾਹੀਦੀ ਜੀ ਤੁਹਾਨੂੰ। ਅੱਛਾ, 6 ਸੀਟ, ਹਾਂਜੀ। ਤੁਸੀਂ ਆਇਲਸ ਕਿੱਥੋਂ ਕਰ ਰਹੇ ਹੋ? ਤੁਸੀਂ ਕਿੱਥੋਂ ਕੀਤੀ ਸੀ ਪਹਿਲਾਂ ਆਇਲਸ? ਹੈਲੋ, ਕਾਲ ਕੱਟੀ ਗਈ ਹੈ। ਇੱਕ ਟੂਰਿਸਟ ਵੀਜ਼ੇ ਨੂੰ ਲੈ ਕੇ ਵੀ ਸਵਾਲ ਰਹਿੰਦਾ ਮਨ ਦੇ ਵਿੱਚ ਵੀ ਜੇ ਮੇਰਾ ਕੋਈ ਉੱਥੇ ਬ੍ਰਦਰ ਹੈਗਾ, ਮੇਰਾ ਖੂਨ ਦਾ ਰਿਸ਼ਤਾ ਉਹਦੇ ਨਾਲ, ਮੇਰਾ ਸਗਾ ਭਰਾ ਉੱਥੇ ਰਹਿੰਦਾ, PR ਹੈਗਾ, ਚਾਹੇ ਕੈਨੇਡਾ ਲਾ ਲਈਏ, ਆਸਟ੍ਰੇਲੀਆ ਦੇ ਵਿੱਚ ਲਾ ਲਈਏ, ਜਦੋਂ ਆਪਾਂ ਇੱਥੋਂ ਉਹ ਸਾਨੂੰ ਸਪੋਂਸਰ ਕਰਦਾ ਹੈ ਤਾਂ ਕੀ ਉੱਥੇ ਇਹ ਮੈਟਰ ਚੀਜ਼ ਕਰਦੀ ਹੈ ਵੀ ਉਹਦਾ ਬਹੁਤ ਵੱਡਾ ਬਿਜ਼ਨਸ ਹੋਵੇ ਫਿਰ ਵੀ ਮੈਨੂੰ ਸੱਦ ਸਕਦਾ, ਜਾਂ ਜੇ ਉਹ ਇੱਕ ਜੋਬ ਕਰ ਰਿਹਾ ਉੱਥੇ ਕਿਸੇ ਵੀ ਸੈਕਟਰ ਦੇ ਵਿੱਚ ਹੋਵੇ ਤਾਂ ਸਾਨੂੰ ਮੰਗਵਾ ਸਕਦਾ ਇੱਥੇ? ਤੁਸੀਂ ਰਹਿੰਦੇ ਕਿਰਾਏ 'ਤੇ ਹੋਵੋ, ਕਮਰਾ ਤੁਹਾਡੇ ਕੋਲ ਇੱਕ ਹੋਵੇ, ਤੁਸੀਂ 4 ਜੀ ਆਪਣੇ ਰਿਸ਼ਤੇਦਾਰ ਕਿੱਦਾਂ ਆਪਣੇ ਘਰ ਰਾਤ ਨੂੰ ਸਵਾਲੋਗੇ? ਇਹੀ ਫਾਰਮੂਲਾ ਉੱਥੇ ਲਾਗੂ ਹੁੰਦਾ। ਜਿਸ ਵੀ ਬੰਦੇ ਨੇ ਤੁਹਾਨੂੰ ਸਪੋਂਸਰ ਕਰਨਾ ਉਹਦਾ ਘਰ ਆਪਦਾ ਹੋਣਾ ਚਾਹੀਦਾ, ਉਹਦੇ ਘਰ 'ਚ 3-4 ਕਮਰੇ ਹੋਣ, ਜਨਾਨੀ ਆਦਮੀ ਦੋਵੇਂ ਟੈਕਸ ਦਿੰਦੇ ਹੋਣ, ਚਾਹੇ ਨੌਕਰੀ ਕਰਦੇ ਹੋਣ, 4 ਪੈਸੇ ਉਹਨਾਂ ਦੇ ਕੋਲ ਹੋਣ ਕਿ ਤੁਹਾਨੂੰ ਉਹ 4 ਦਿਨ ਲਈ ਬੁਲਾ ਰਹੇ ਆ ਅਤੇ ਤੁਹਾਡੀ ਸੇਵਾ ਕਰ ਸਕਣ। ਜੋ ਬੰਦਾ ਵਿਚਾਰਾ ਆਪ ਹੀ ਲੋਨ 'ਚ ਫਸਿਆ ਹੋਇਆ, ਮਕਾਨ ਕਿਰਾਏ 'ਤੇ ਹੈ, ਥੱਲੇ ਕੁਛ ਹੈ ਨਹੀਂ ਗਾ, ਟੈਕਸ ਦਿੰਦਾ ਨਹੀਂ, ਹੁਣ ਉਹ ਬੱਚਾ ਸੋਚੇ ਕਿ ਮੈਂ ਕਿਸੇ ਨੂੰ ਸਪੋਂਸਰ ਕਰਦਾ ਤਾਂ ਵੀਜ਼ਾ ਲੱਗ ਜਾਏਗਾ, ਇੱਦਾਂ ਵੀਜ਼ਾ ਨਹੀਂ ਲੱਗਦੇ। ਹੈਲੋ ਹੈਲੋ, ਹਾਂਜੀ, ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ? ਨਮਸਕਾਰ ਸਰ, ਮੈਂ ਅਮਿਤ ਬਾਤ ਕਰ ਰਹਾ ਹੂੰ, ਹਰਿਆਣਾ ਸੇ, ਸੋਨੀਪਤ ਸੇ। ਹਾਂਜੀ ਅਮਿਤ ਜੀ, ਕਿਆ ਜਾਨਣਾ ਚਾਹਤੇ ਹੈ ਭਈਆ? ਸਰ, ਮੇਰਾ ਛੋਟੇ ਭਾਈ ਨੇ ਅਭੀ ਡਿਜ਼ਾਸਟਰ ਮੈਨੇਜਮੈਂਟ 'ਚ PG ਡਿਪਲੋਮਾ ਕੀਆ ਹੈ। ਅੱਛਾ ਜੀ, ਤੋ ਮੈਂ ਇਹ ਪੁੱਛਣਾ ਚਾਹ ਰਹਾ ਥਾ ਕਿ ਕੈਨੇਡਾ ਮੇਂ ਡਾਇਰੈਕਟ ਵਰਕ ਪਰਮਿਟ ਵੀ ਲੱਗ ਸਕਤਾ ਹੈ, ਸਟੱਡੀ ਬੇਸ ਪੇ ਜਾ ਸਕਤੇ? ਨਹੀਂ ਨਹੀਂ, ਵਰਕ ਪਰਮਿਟ ਵੀ ਲੱਗ ਸਕਤਾ ਸਰ। ਤੋ ਉਸਕੇ ਲੀਏ ਕਿਆ ਕੁਛ ਪ੍ਰੋਸੀਜਰ ਹੋਗਾ ਸਰ? ਉਸਕੇ ਲੀਏ ਸਰ, ਗਲਤ ਜਗ੍ਹਾ ਫੋਨ ਕੀਆ, ਹਮ ਵਰਕ ਪਰਮਿਟ ਨਹੀਂ ਦੇਤੇ ਸਰ, ਹਮ ਤੋ ਸਿਰਫ ਸਟੱਡੀ ਕਾ ਵੀਜ਼ਾ ਲਗਾਤੇ ਹੈ।
लेने हैं सर, 20-25 दिन में ये वीजा लग जाता है, 15 लाख रुपए इसका खर्चा आता है। पिछे जी गुजरात सेमिनार करके आए, उत्थे थोड़ी लैंग्वेज दी चैलेंज सीगा, बट कितने ना कितने हिंदी नाल गल बन जांदी। ओवरऑल देखा जाए तो तुहाडे लिए जॉब किन्नी चैलेंजिंग है, हालांकि लंबा एक्सपीरियंस है, किसी नूं ना भी नहीं करदे, जिहड़ा मर्जी आ जावे, किसी दी जिंदगी फड़ा दित्ती जांदी जी साडे हत्थ दे विच। एक परिवार च जे वीजा लग गया, घट्टो घट 10 बंदे नूं रोटी मिलनी है, उहदे नाल बहुत वड्डी चैलेंज हुंदा साडे सिर। अज जिस भी बच्चे ने बाहर जाना है, उहदे माँ बाप भैण भरा सारे दी शकलां देखण वाली हुंदियां जदों वीजा लग जांदा। इन्ने कि ज़्यादा भावुक हो जांदे लोग, ਉਹਨਾਂ ਨੂੰ ਲੱਗਦਾ ਕਿ ਸਾਨੂੰ ਦੁਨੀਆਂ ਦੀਆਂ ਖੁਸ਼ੀਆਂ ਮਿਲ ਗਈਆਂ, ਔਰ ਜਦੋਂ ਇੱਦਾਂ ਦੀ ਜ਼ਿੰਮੇਵਾਰੀ ਸਾਨੂੰ ਦਿੱਤੀ ਜਾਂਦੀ ਹੈ ਤਾਂ ਅਸੀਂ ਬੜਾ ਚੈਲੰਜ ਨੂੰ ਫੀਲ ਕਰਦੇ ਹਾਂ। ਇੱਕ ਕਾਲਰ, ਹੈਲੋ 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 ਹਾਂਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਜੀ? ਮੈਂ ਸੁਖਦੇਵ ਸਿੰਘ ਬੋਲ ਰਿਹਾ, ਲੁਧਿਆਣੇ ਤੋਂ। ਸੁਖਦੇਵ ਜੀ, ਪਹਿਲਾਂ ਤੁਸੀਂ ਆਪਣੇ ਟੀਵੀ ਦੀ ਆਵਾਜ਼ ਜਿਹੜੀ ਹੈ ਥੋੜ੍ਹੀ ਜਿਹੀ ਘੱਟ ਕਰ ਲਓ, ਤਾਂ ਜੋ ਤੁਹਾਡਾ ਸਵਾਲ ਜਿਹੜਾ ਉਹ ਸਾਫ਼ ਜਿਹੜਾ ਸੁਣ ਸਕੇ ਸਾਨੂੰ। ਨਹੀਂ ਇੱਥੇ ਟੀਵੀ, ਇੱਕ ਮਿੰਟ ਹੋਰ। ਹੈਲੋ, ਆ ਰਹੀ ਹੁਣ ਆਵਾਜ਼ ਭਾਜੀ? ਜੀ ਹਾਂਜੀ ਹਾਂਜੀ। ਸੁਖਦੇਵ ਜੀ, ਕੀ ਕੰਮ ਕੀ ਕਰਦੇ ਜੀ ਤੁਸੀਂ? ਜੀ ਅਸੀਂ ਮਤਲਬ ਸਾਡਾ ਜਿਮ ਹੈ। ਅੱਛਾ ਜੀ, ਕੀ ਕਰਨਾ ਚਾਹੁੰਦੇ, ਕਿਹਨੂੰ ਬਾਹਰ ਭੇਜਣਾ ਜੀ? ਸਰ ਐਕਚੁਅਲੀ ਨਾ ਮੇਰੀ ਬੇਟੀ ਦੇ ਓਵਰ ਮਤਲਬ 5.5 ਬੈਂਡ ਆਇਆ, ਅਸੀਂ ਉਹਨੂੰ ਆਸਟ੍ਰੇਲੀਆ ਭੇਜਣਾ ਚਾਹੁੰਦੇ ਹਾਂ। ਅੱਛਾ ਜੀ, ਪੜ੍ਹੀ ਕਿੰਨਾ ਹੋਈ ਬੇਟੀ ਤੁਹਾਡੀ? ਪਲੱਸ 2 ਕੀਤੀ ਹੈ ਰੀਸੈਂਟਲੀ ਉਹਨੇ। ਪਲੱਸ 2 'ਚ ਕੀ ਨੰਬਰ ਕੀ ਔਰ ਸਬਜੈਕਟ ਕੀ ਨੇ ਜੀ? ਵਨ ਸੈਕਿੰਡ, ਇੱਕ ਮਿੰਟ, ਤੁਹਾਡੀ ਗੱਲ ਹੀ ਕਰਾ ਦਿੰਦਾ। ਹਾਂਜੀ ਕਰਾ ਦਿਓ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਰ ਮੇਰਾ ਨਾਮ ਸੁਜਾਤਾ। ਅੱਛਾ ਸੁਜਾਤਾ ਜੀ, ਕਿੰਨਾ ਪੜ੍ਹੇ, ਕਿੰਨਾ ਹੋਏ ਤੁਸੀਂ? 12th ਸਰ। 12th 'ਚ ਕੀ ਸਬਜੈਕਟ ਕੀ ਨੇ ਤੁਹਾਡੇ? ਸਰ ਕਮਰਸ ਰੱਖੀ ਸੀ। ਅਤੇ ਨੰਬਰ ਕਿੰਨੇ ਆਏ ਜੀ ਕਮਰਸ 'ਚ ਤੁਹਾਡੇ? ਸਰ 60%। 60%, ਅਤੇ ਕਿੱਥੇ ਜਾਣਾ ਚਾਹੁੰਦੇ ਆਸਟ੍ਰੇਲੀਆ 'ਚ ਤੁਸੀਂ? ਸਰ ਮੈਲਬੋਰਨ। ਮੈਲਬੋਰਨ, ਤੁਹਾਡੇ ਬੈਂਡ ਥੋੜ੍ਹੇ ਆ, ਜੇਕਰ ਤੁਸੀਂ ਜਾਣਾ ਹੈ ਮੈਲਬਰਨ 'ਚ ਤਾਂ ਤੁਹਾਨੂੰ 6 ਬੈਂਡ ਲੈਣੇ ਪੈਣੇ ਜੀ ਘੱਟੋ ਘੱਟ। ਸਰ ਅੱਜ ਰਿਜ਼ਲਟ ਆਇਆ, ਐਕਚੁਅਲੀ ਓਵਰਆਲ 5.5 ਆਇਆ। ਬੱਚੇ ਥੋੜ੍ਹਾ ਜਿਹਾ ਮਿਹਨਤ ਕਰਨੀ ਪੈਣੀ ਤੁਹਾਨੂੰ ਇਹਨਾਂ ਬੈਂਡਾਂ 'ਤੇ, ਜੇ ਦਾਖਲਾ ਹੋਏਗਾ ਡਿਪਲੋਮੇ 'ਚ ਹੋਏਗਾ, ਡਿਗਰੀ 'ਚ ਨਹੀਂ ਹੋਏਗਾ। ਓਕੇ ਸਰ, ਨਹੀਂ ਕੋਈ ਇਸ਼ੂ ਨਹੀਂ ਹੈਗਾ। ਹਾਂ, ਡਿਪਲੋਮੇ 'ਚ ਤੁਸੀਂ ਜਾ ਸਕਦੇ ਜੇ। 5 ਲੱਖ ਰੁਪਇਆ ਦਾ ਖਰਚਾ ਆਉਂਦਾ, ਜਿਹਦੇ 'ਚ 6 ਮਹੀਨੇ ਦੀ ਫੀਸ ਹੁੰਦੀ ਹੈ ਔਰ 2 ਸਾਲ ਦੀ ਇੰਸ਼ੋਰੈਂਸ ਹੁੰਦੀ ਹੈ। ਓਕੇ, ਤੁਸੀਂ ਪਾਪਾ ਨੂੰ ਨਾਲ ਲੈ ਕੇ ਚੰਡੀਗੜ੍ਹ ਆਫਿਸ 'ਚ ਸਾਨੂੰ ਮਿਲ ਲਓ ਕਿਸੇ ਵੇਲੇ। ਓਕੇ ਸਰ। ਮਹੀਨੇ ਦੇ ਵਿੱਚ ਵਿੱਚ ਪ੍ਰੋਸੈਸ ਖਤਮ ਹੋ ਜਾਏਗਾ। ਮੈਲਬਰਨ 'ਚ ਤੁਹਾਡਾ ਡਿਪਲੋਮਾ ਹੋਏਗਾ 2 ਸਾਲ ਦਾ ਬਿਜ਼ਨਸ ਮੈਨੇਜਮੈਂਟ ਦਾ। ਓਕੇ ਸਰ ਜੀ। ਓਕੇ ਸਰ, ਕਰਾ ਦਿਓ, ਪਾਪਾ ਨਾਲ ਗੱਲ ਕਰਾ ਦਿਓ। ਹੈਲੋ ਭਾਈ ਸਾਹਿਬ, ਬੱਚੇ ਦੇ ਨੰਬਰ ਠੀਕ ਹੈ ਤੁਹਾਡੇ? ਹਾਂਜੀ। ਬੈਂਡ ਥੋੜ੍ਹੇ ਘੱਟ ਨੇ, ਬਟ ਇਹਨਾਂ ਬੈਂਡਾਂ 'ਤੇ ਜੇ ਦਾਖਲਾ ਹੋਏਗਾ ਤਾਂ ਡਿਪਲੋਮੇ ਵਾਸਤੇ ਹੋਏਗਾ ਜੀ। ਅੱਛਾ, ਕਿੱਥੇ ਦਾ ਜੀ? ਡਿਪਲੋਮੇ ਵਾਸਤੇ ਮੈਲਬਰਨ ਭੇਜਾਂਗੇ ਜੀ ਇਹਨਾਂ ਨੂੰ। 5 ਲੱਖ ਰੁਪਇਆ ਖਰਚਾ ਆਏਗਾ ਔਰ ਮਹੀਨੇ 'ਚ ਬੱਚਾ ਤੁਹਾਡਾ ਚਲਾ ਜਾਏਗਾ ਜੀ। ਠੀਕ ਠੀਕ। ਨਵੰਬਰ ਦਾ ਇੰਟੇਕ ਹੋਏਗਾ। ਜ਼ਿਆਦਾ ਜਾਣਕਾਰੀ ਲਈ ਤੁਸੀਂ ਇੱਕ ਵਾਰ ਚੰਡੀਗੜ੍ਹ ਵਿਜ਼ਿਟ ਕਰ ਲਿਓ ਜੀ, ਕਾਗਜ਼ ਲੈ ਕੇ। ਠੀਕ ਹੈ, ਤੁਹਾਡੇ ਕੋਲ ਆ ਜਾਣ ਕੋਈ ਨਹੀਂ ਜੀ। ਧੰਨਵਾਦ ਜੀ। ਉਹੀ ਸਵਾਲ ਮੈਂ ਦੁਹਰਾ ਲੈਣਾ, ਸੈਟੀਸਫਾਈ ਹੋ ਅੱਜ ਤੱਕ ਕਿੰਨੇ ਕੁ ਲੋਕਾਂ ਨੂੰ ਬਾਹਰ ਭੇਜ ਦਿੱਤਾ, ਤੁਸੀਂ ਆਪਣੀ ਇਸ ਜੌਬ ਤੋਂ ਸੈਟੀਸਫਾਈ ਹੋ? ਵੀ ਹਾਂ, ਜੋ ਮੈਂ 10,000 ਲੋਕ ਬਾਹਰ ਜਾ ਚੁੱਕੇ ਆ ਜੀ। ਹਰ ਰੋਜ਼ ਬੱਚੇ ਜਾ ਰਹੇ ਆ, ਕੋਸ਼ਿਸ਼ ਹੁੰਦੀ ਹੈ ਇਮਾਨਦਾਰੀ ਨਾਲ ਭੇਜੇ ਜਾਣ, ਕੋਸ਼ਿਸ਼ ਹੁੰਦੀ ਸਾਰਿਆਂ ਦੇ ਵੀਜ਼ੇ ਲੱਗ ਜਾਣ, ਸਾਰੇ ਵੀਜ਼ੇ ਨਹੀਂ ਲੱਗਦੇ, ਰਿਫਿਊਜ਼ ਵੀ ਹੋ ਜਾਂਦੇ। ਬਟ ਮਾਣ ਬੜੀ ਗੱਲ ਹੁੰਦੀ ਹੈ ਵੀ ਉਹ ਲੋਕ ਭੇਜ ਦਈਦੇ ਜਿਹੜੇ ਜਾ ਨਹੀਂ ਸਕਦੇ। ਲੋਕ ਉੱਥੇ ਜਾ ਕੇ ਫੋਟੋਆਂ ਖਿੱਚ ਕੇ ਭੇਜਦੇ ਆ, ਲੋਕ ਉੱਥੋਂ ਗਿਫਟ ਭੇਜਦੇ ਆ, ਲੋਕ ਉੱਥੋਂ ਧੰਨਵਾਦ ਕਰਦੇ ਆ, ਮਾਂ ਬਾਪ ਆਉਂਦੇ ਆ, ਬੜਾ ਅੱਛਾ ਫੀਲ ਹੁੰਦਾ ਜੀ, ਜ਼ਿੰਦਗੀ ਬਣਦੀ ਹੈ। ਜੇਕਰ ਬੱਚਾ ਨਾ ਜਾਵੇ ਜਿਹਦਾ ਵੀਜ਼ਾ ਅਪਲਾਈ ਹੋਇਆ ਹੋਵੇ, ਪਹਿਲਾਂ ਤਾਂ ਪੈਸੇ ਦਾ ਨੁਕਸਾਨ ਹੈ, ਫਿਰ ਸਾਰੇ ਪਰਿਵਾਰ ਦੇ ਸੁਪਨੇ ਟੁੱਟਦੇ। ਇੱਕ ਬੰਦੇ ਦਾ ਵੀਜ਼ਾ ਨਹੀਂ ਹੁੰਦਾ ਜਿਹੜਾ ਕੈਨੇਡਾ ਜਾਂਦਾ, ਉਹਦੇ ਨਾਲ ਡਾਇਰੈਕਟ ਇਨਡਾਇਰੈਕਟ ਘੱਟੋ ਘੱਟ 10 ਬੰਦੇ ਜੁੜੇ ਹੁੰਦੇ। ਹੈਲੋ, ਹਾਂਜੀ ਹਾਂਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਸਰ ਦਿੱਲੀ ਤੋਂ ਬੋਲ ਰਿਹਾ ਜੀ, ਮਨਪ੍ਰੀਤ ਸਿੰਘ। ਹਾਂਜੀ ਮਨਪ੍ਰੀਤ ਜੀ, ਕੀ ਪੁੱਛਣਾ ਚਾਹੁੰਦੇ ਹੋ? ਸਰ ਮੈਂ ਅਰਿਜਨਲ ਗੱਲ ਕਰਾਂ। ਹਾਂਜੀ ਹਾਂਜੀ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਕੀ ਜਾਨਣਾ ਚਾਹੁੰਦੇ ਸਰ ਤੁਸੀਂ ਕਲੱਬ ਕਰਕੇ ਕਰ ਲੋ ਹਸਬੈਂਡ ਵਾਈਫ ਦਾ ਅਪਲਾਈ ਫਿਰ ਲੱਗ ਜੂਗਾ ਵੀਜ਼ਾ ਸਰ ਮੇਰਾ ਵੀਜ਼ਾ ਆਲਰੇਡੀ ਰਿਫਿਊਜ਼ ਹੋ ਗਿਆ ਦੋ ਤਿੰਨ ਵਾਰ ਨਾ ਮੈਂ ਰਿਫਿਊਜ਼ ਜਿਵੇਂ ਅਪਲਾਈ ਕੀਤਾ ਤੇ ਤੁਸੀਂ ਸਪਾਂਸਰ ਲਾਈ ਸੀ ਟੂਰਿਸਟ ਬੁੱਕ ਕੀਤਾ ਸੀ ਨਹੀਂ ਟੂਰਿਸਟ ਲਗਾਇਆ ਜੀ ਸਰ ਸਪਾਂਸਰ ਤੇ ਹੈ ਹੀ ਨਹੀਂ ਮੇਰੇ ਕੋਲ ਅੱਛਾ ਜੀ ਉਮਰ ਕਿੰਨੀ ਤੁਹਾਡੀ 33 ਤੇ ਕੰਮ ਕੀ ਕਰਦੇ ਜੀ ਤੁਸੀਂ ਟਰਾਂਸਪੋਰਟ ਦਾ ਜੀ ਕੀ ਲਿਖਦੇ ਕੀ ਤੁਹਾਡੀ ਰਿਫਿਊਜ਼ਲ ਚ ਹਾਂਜੀ ਉਹੀ ਦੇ ਦਿੱਤਾ ਉਹਨਾਂ ਨੇ ਕਿ ਫੈਮਿਲੀ ਟਾਈਜ਼ ਇਨ ਕੈਨੇਡਾ ਐਂਡ ਕੰਟਰੀ ਆਫ ਰੈਸੀਡੈਂਸ ਐਂਡ ਪਰਪਸ ਆਫ ਵਿਜ਼ਿਟ ਦੇਖੋ ਮਨਪ੍ਰੀਤ ਜੀ ਜੇ ਤੁਹਾਨੂੰ ਲੱਗਦਾ ਨਾ ਤੁਸੀਂ ਜੈਨੂਨ ਹੈਗੇ ਜੇ ਫਿਰ ਅਸੀਂ ਫਾਈਟ ਕਰ ਲਾਂਗੇ ਜੀ ਮੈਂ ਤਾਂ ਸਰ ਜੈਨੂਨ ਹਾਂ ਮੈਂ ਤਾਂ ਕੋਈ ਪੇਪਰ ਫਰੋਡ ਲਗਾਇਆ ਨਹੀਂ ਨਹੀਂ ਗੱਲ ਫਰੋਡ ਦੀ ਗੱਲ ਫਰੋਡ ਦੀ ਨਹੀਂ ਗੱਲ ਇਹ ਵੀ ਇੱਥੇ ਤੁਹਾਡੇ ਕੋਲ ਆਪਣੀ ਪ੍ਰਾਪਰਟੀ ਥੋੜੀ ਬਹੁਤੀ ਹੋਣੀ ਚਾਹੀਦੀ ਹੈ ਹਾਂਜੀ ਤੁਸੀਂ ਇੱਥੇ ਵੈਲ ਸੈਟਲਡ ਹੋ ਦੈਨ ਵੀ ਕੈਨ ਫਾਈਟ ਫੋਰ ਯੂ ਹਾਂਜੀ ਹਾਂਜੀ ਮੈਂ ਟ੍ਰੈਵਲ ਵੀ ਸੀ ਕਾਫੀ ਕੰਟਰੀਆਂ 'ਚ ਲੱਗ ਜੂਗਾ ਵੀਜ਼ਾ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਇੱਕ ਵਾਰ ਚੰਡੀਗੜ੍ਹ ਵਿਜ਼ਿਟ ਕਰੋ ਸਾਡੇ ਤੁਹਾਡਾ ਆਫਿਸ ਨਜ਼ਦੀਕ ਦਿੱਲੀ ਤੋਂ ਕਿਹੜਾ ਪੈਂਦਾ ਚੰਡੀਗੜ੍ਹ ਹੀ ਹੈ ਸਰ ਤੁਹਾਨੂੰ ਚੰਡੀਗੜ੍ਹ ਸੂਟ ਕਰੇਗਾ ਅਦਰਵਾਈਜ਼ ਹਰਿਆਣੇ 'ਚ ਹੈਗੇ ਬਟ ਉੱਥੇ ਤੁਹਾਨੂੰ ਸਾਰੀ ਸਰਵਿਸ ਨਹੀਂ ਮਿਲਣੀ ਤੁਹਾਡਾ ਕੇਸ ਕੰਪਲੀਕੇਟਿਡ ਹੈ ਤੁਸੀਂ ਮੰਗਲ ਬੁੱਧਵਾਰ ਵੀਰਵਾਰ ਤਿੰਨ ਦਿਨ ਮੈਂ ਚੰਡੀਗੜ੍ਹ ਹੁੰਦਾ ਜੀ ਮੰਗਲ ਬੁੱਧਵਾਰ ਵੀਰ ਹਾਂ ਤੁਸੀਂ ਜਦੋਂ ਮਰਜ਼ੀ ਚੰਡੀਗੜ੍ਹ ਦਫ਼ਤਰ ਮੈਨੂੰ ਮਿਲ ਲਿਓ ਜੀ ਤੇ ਕੀ ਲੈ ਕੇ ਆਵਾਂ ਸਰ ਤੁਸੀਂ ਆਪਣੇ ਰਿਫਿਊਜ਼ਲ ਔਰ ਫਾਈਨੈਂਸ਼ੀਅਲ ਸਾਰੇ ਲੈ ਆਇਓ ਜੀ ਸਾਰੇ ਪੇਪਰ ਲੈ ਕੇ ਤੁਸੀਂ ਆਪ ਮਿਲੋਗੇ ਨਾ ਸਰ ਹਾਂਜੀ ਮੰਗਲ ਬੁੱਧ ਵੀਰ ਤਿੰਨ ਦਿਨ ਜਦੋਂ ਮਰਜ਼ੀ ਆ ਜਾਓ ਤੁਸੀਂ ਠੀਕ ਹੈ ਸਰ ਥੈਂਕ ਯੂ ਸਰ ਧੰਨਵਾਦ ਜੀ ਮਿਲਦੇ ਹੋ ਵੀਰੇ ਜੀ ਫਿਰ ਤਿੰਨ ਦਿਨ ਉੱਥੇ ਹਾਂਜੀ ਮਿਲਣਾ ਪੈਂਦਾ ਜੀ ਹੁਣ ਦੁਕਾਨ ਖੋਲੀਏ ਤਾਂ ਬੱਚੇ ਹੀ ਪਾਲਣੇ ਆ ਜੀ ਬਹੁਤ ਸਾਰੇ ਲੋਕ ਕਹਿੰਦੇ ਮੈਂ ਹਰ ਇੰਟਰਵਿਊ 'ਚ ਸਵਾਲ ਕਰਦਾ ਤਾਂ ਜੋ ਘੱਟੋ ਘੱਟ ਲੋਕਾਂ ਨੂੰ ਤੁਸੀਂ ਮਿਲ ਜ਼ਰੂਰ ਪਾਓ ਤੁਹਾਨੂੰ ਮਿਲਣ ਨੂੰ ਲੋਕ ਤਰਸਦੇ ਹਾਂਜੀ ਜੀ ਤਰਸਦੇ ਕਹਿੰਦੇ ਅਸੀਂ ਮਿਲ ਤਰਸਦੇ ਹਾਂ ਜੀ ਲੋਕ ਸਾਡੇ ਕੋਲ ਆਉਣ ਅਸੀਂ ਵੀ ਆਪਣੀ ਦਾਲ ਫੁਲਕਾ ਚਲਾਈਏ ਜੀ ਹੁਣ ਹੋਰ ਤਾਂ ਕੰਮ ਕਰਦੇ ਨੇ ਜੀ ਕਣਕ ਝੋਨਾ ਤਾਂ ਆਉਂਦਾ ਨਹੀਂ ਲਾਉਣਾ ਵੀਜ਼ਾ ਲੈਣਾ ਆਉਂਦਾ ਜੀ ਰਿਫਿਊਜ਼ਲ ਵਾਲੇ ਤਾਂ ਕੰਮ ਕਰਦੇ ਹਾਂ ਕਿਉਂਕਿ ਸੌਖਾ ਬੜਾ ਹੁੰਦਾ ਵੀਜ਼ਾ ਲਵਾਉਣਾ ਇੰਗਲੈਂਡ ਦਾ ਬੜਾ ਅੱਜ ਕੱਲ੍ਹ ਰੌਲਾ ਚੱਲ ਰਿਹਾ ਕਹਿੰਦੇ ਇੰਗਲੈਂਡ ਬਹੁਤ ਛੇਤੀ ਸਟੂਡੈਂਟਸ ਹੋਰ ਮੰਗਵਾ ਰਿਹਾ ਪਹਿਲਾਂ ਅੱਜ ਤੋਂ ਮੈਨੂੰ ਲੱਗਦਾ 7-8-10 ਸਾਲ ਪਹਿਲਾਂ ਬੜੇ ਸਟੂਡੈਂਟਸ ਗਏ ਉੱਥੇ ਇੰਗਲੈਂਡ ਦੇ ਵਿੱਚ ਵਰਕ ਪਰਮਿਟ ਵੀ ਮਿਲਿਆ ਉਹਨਾਂ ਨੂੰ 2-2 ਸਾਲ ਦਾ ਅੱਗੇ ਐਕਸਟੈਂਡ ਵੀ ਕਰਵਾਇਆ ਹੁਣ ਕਹਿੰਦੇ ਇੱਕ ਵਾਰ ਫਿਰ ਇਹ ਰਾਹ ਖੁੱਲ੍ਹਣ ਜਾ ਰਿਹਾ ਕੀ ਸੱਚਾਈ ਕੀ ਹੈ ਇਸ ਖਬਰ ਦੀ ਦੋ ਕੁ ਮਿੰਟ ਲਊਂਗਾ ਫਿਰ ਜੇ ਤੁਸੀਂ ਬਿਲਕੁਲ ਲਓ ਜੀ ਬਿਲਕੁਲ ਫਿਰ ਕਾਲ ਨਾ ਲਿਓ ਵਿੱਚ ਤੁਸੀਂ ਬਿਲਕੁਲ ਜੀ ਬਿਲਕੁਲ ਇੰਗਲੈਂਡ ਵਾਲਿਆਂ ਨੂੰ ਪੈਸੇ ਚਾਹੀਦੇ ਆ ਜੀ ਬੇਸਿਕਲੀ ਇਹਨਾਂ ਨੂੰ ਸਾਡੇ ਲੋਕਾਂ ਦੀਆਂ ਜ਼ਮੀਨਾਂ ਨਜ਼ਰ ਆਉਂਦੀਆਂ ਅੱਜ ਤੋਂ ਪਿੱਛੇ ਚੱਲ ਜਾਈਏ 8-9 ਸਾਲ ਪਹਿਲਾਂ 10 ਸਾਲ ਪਹਿਲਾਂ ਅਤੇ ਟਰਾਲੀਆਂ ਭਰ ਭਰ ਕੇ ਲੋਕ ਗਏ ਸੀ ਇੰਗਲੈਂਡ ਦੇ ਵਿੱਚ ਬੜਾ ਰੌਲਾ ਪਿਆ ਸੀਗਾ 50,000 ਬੰਦਾ ਪਹੁੰਚ ਗਿਆ ਜੀ ਪੰਜਾਬ 'ਚੋਂ ਅਖਬਾਰਾਂ 'ਚ ਆਇਆ ਉੱਥੇ ਦੀ ਮੀਡੀਆ 'ਚ ਆਇਆ ਕਿ ਅਨਪੜ੍ਹ ਲੋਕ ਆ ਗਏ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਕਿਸੇ ਨੂੰ ਸਾਲ ਬਾਅਦ ਡਿਪੋਰਟ ਕੀਤਾ ਗਿਆ ਕਿਸੇ ਨੂੰ 2 ਸਾਲ ਬਾਅਦ ਕੀਤਾ ਗਿਆ ਕਿਸੇ ਨੂੰ 3 ਸਾਲ ਤੋਂ ਬਾਅਦ ਡਿਪੋਰਟ ਕੀਤਾ ਗਿਆ ਉੱਥੇ ਦੀ ਸਰਕਾਰ ਨੇ ਮਸ਼ਹੂਰੀਆਂ ਕੀਤੀਆਂ ਚੈਨਲਾਂ 'ਤੇ ਗੱਡੀਆਂ 'ਤੇ ਹੋਰਡਿੰਗਸ ਲਾਏ ਕਿ ਗੋ ਬੈਕ ਆਪਣੇ ਮੁਲਕ ਵਾਪਸ ਚਲੇ ਜਾਓ ਉੱਥੋਂ ਜਿਹੜੇ ਪੰਜਾਬੀ ਬੱਚੇ ਗਏ ਸੀ ਉਹਨਾਂ ਨੂੰ ਕੱਢਿਆ ਗਿਆ ਬੁਲਾਇਆ ਕਿਉਂ ਗਿਆ ਸੀ ਕਿਉਂਕਿ ਓਲੰਪਿਕ ਸੀਗੀ ਸਟੇਡੀਅਮ ਬਣਾਉਣੇ ਸੀ ਮਜ਼ਦੂਰ ਚਾਹੀਦੇ ਸੀ ਪੈਸੇ ਘੱਟ ਚਾਹੀਦੇ ਸੀ ਪਤਾ ਸੀਗਾ ਕਿ ਇੰਡੀਅਨ ਬੱਚਿਆਂ ਨੇ ਫੀਸਾਂ ਦੇ ਦੇਣੀਆਂ ਅਤੇ 50,000 ਬੰਦਾ ਇਫੈਕਟ ਹੋਇਆ ਸੀਗਾ ਅੱਜ ਤੋਂ 10 ਸਾਲ ਪਹਿਲਾਂ ਜਦੋਂ ਟੀਅਰ 4 ਇਹਨਾਂ ਨੇ ਸ਼ੁਰੂ ਕੀਤਾ ਸੀ ਹਾਲਾਤ ਵਧੀਆ ਹੋ ਗਏ ਮੁਲਕ ਦੇ ਓਲੰਪਿਕ ਨਿਕਲ ਗਿਆ ਪੈਸਾ ਚੰਗਾ ਆ ਗਿਆ ਸਾਰੇ ਦੇ ਸਾਰੇ ਪੰਜਾਬੀ ਇੰਡੀਅਨ ਲੋਕਾਂ ਨੂੰ ਵਾਪਸ ਕਰਤਾ ਡਿਪੋਰਟ ਕੀਤਾ ਗਿਆ ਕਾਲਜ ਇਹਨਾਂ ਦੇ ਸੀਗੇ ਕਾਲਜ ਬੰਦ ਹੋ ਗਏ ਐਲੀਗੇਸ਼ਨ ਲੱਗੇ ਸੀ ਲੋਕ ਨਕਲੀ ਆਈਲੈਟ ਦੇ ਨਾਲ ਆ ਗਏ ਲੋਕ ਨਕਲੀ ਸਰਟੀਫਿਕੇਟਾਂ ਨਾਲ ਆ ਗਏ ਹੁਣ ਅੱਜ ਸਾਰਿਆਂ ਨੂੰ ਪਤਾ ਵਾ ਕਿ ਇਸ ਟਾਈਮ ਇੰਟਰਨੈਸ਼ਨਲ ਲੈਵਲ 'ਤੇ UK ਟੁੱਟ ਚੁੱਕਾ ਵਾ UK ਯੂਰਪ 'ਚੋਂ ਬਾਹਰ ਆ ਚੁੱਕਾ ਵਾ ਕਰੰਸੀ ਦੀ ਕੋਈ ਵੈਲਿਊ ਨਹੀਂ ਹੈਗੀ ਅਤੇ ਇਹ ਉਹੀ ਇੰਗਲੈਂਡ ਆ ਜਿਹਨੇ ਲੋਕਾਂ ਨੇ ਡਿਪੋਰਟ ਕੀਤਾ ਸੀ ਤਾਂ ਅੱਜ ਉਹੀ ਇੰਗਲੈਂਡ ਫਿਰ ਦੁਬਾਰਾ ਨਜ਼ਰ ਆ ਗਿਆ ਮਸ਼ਹੂਰੀਆਂ 'ਚ ਕਿ ਇੰਗਲੈਂਡ ਚੱਲੋ ਬਿਨਾਂ ਆਈਲੈਟ ਦੇ ਹੁਣ ਬਿਨਾਂ ਆਈਲੈਟ ਦੇ ਜਦੋਂ ਕੋਈ ਇੱਕ ਇੰਗਲਿਸ਼ ਕੰਟਰੀ ਜਾਊਗਾ ਉੱਥੇ ਜਾ ਕੇ ਦਿਹਾੜੀਆਂ ਲਾਊਗਾ ਪੜ੍ਹਨ ਤਾਂ ਚੱਲਾ ਹੀ ਨਹੀਂ ਨਿਆਣਾ ਅੱਜ ਉਸ ਬੱਚੇ ਨੂੰ ਇਨਵਾਈਟ ਕੀਤਾ ਜਾ ਰਿਹਾ ਇੰਗਲੈਂਡ ਵਾਸਤੇ ਜੋ ਬਾਹਰ ਨਹੀਂ ਜਾ ਸਕਦਾ ਜਿਹੜੇ ਲੋਕ ਅੰਗਰੇਜ਼ੀ ਨਹੀਂ ਬੋਲ ਪਾਉਂਦੇ ਉਹਨਾਂ ਨੂੰ ਅੰਬੈਸੀ ਵੀਜ਼ਾ ਦਿੰਦੀ ਪਈ ਹੈ 4-5 ਦਿਨ ਦੇ ਵਿੱਚ ਵੀਜ਼ਾ ਮਿਲਦਾ ਪਿਆ ਅੱਜ ਯੂਨੀਵਰਸਿਟੀਆਂ ਦੇ ਵਿੱਚ ਵੀਜ਼ੇ ਲੱਗਦੇ ਪਏ ਐਵਰੇਜਲੀ ਇੱਕ ਬੱਚੇ ਦਾ 12-15 ਲੱਖ ਰੁਪਈਆ ਲੱਗਦਾ ਪਿਆ ਅੱਜ ਇੰਗਲੈਂਡ ਵਾਲਿਆਂ ਨੂੰ 15 ਲੱਖ ਰੁਪਈਆ ਨਜ਼ਰ ਆ ਰਿਹਾ ਇੱਕ ਪੰਜਾਬੀ ਬੱਚੇ ਦੀ ਜੇਬ 'ਚੋਂ ਜਿਹਦੇ ਕਰਕੇ ਅੱਜ ਇੰਗਲੈਂਡ ਦੇ ਵੀਜ਼ੇ ਖੁੱਲ੍ਹੇ ਆ
ਇਹੀ ਇੰਗਲੈਂਡ ਹੈ, 6 ਮਹੀਨਿਆਂ ਬਾਅਦ ਇਹਨਾਂ ਨੇ ਕਹਿਣਾ ਪੰਜਾਬੀ ਏਜੰਟਾਂ ਨੇ ਨਕਲੀ ਸਰਟੀਫਿਕੇਟ ਲਾ ਕੇ ਅੰਗਰੇਜ਼ੀ ਮੀਡੀਅਮ ਦੇ ਸਾਡੇ ਕੋਲ ਇੰਨਾ ਬੱਚਾ ਭੇਜਤਾ। ਸਾਡੇ ਲੋਕਾਂ ਨੂੰ ਸਮਝਣਾ ਪੈਣਾ, ਇਸ ਝਾਂਸੇ 'ਚ ਨਾ ਫਸੋ। ਇਹਨਾਂ ਨੇ ਪਹਿਲਾਂ ਵੀ ਬੜੇ ਲੋਕਾਂ ਦਾ ਪੈਸਾ ਖਰਾਬ ਕੀਤਾ, ਹੁਣ ਫਿਰ ਪੈਸਾ ਖਰਾਬ ਹੋਣਾ। ਮੈਨੂੰ ਪਤਾ ਮੇਰੇ ਦੱਸਣ ਨਾਲ ਕੋਈ ਫਰਕ ਨਹੀਂ ਪੈਣਾ, ਹਟਣਾ ਨਹੀਂ ਲੋਕਾਂ ਨੇ, ਕਿਉਂਕਿ ਹਰ ਕਿਸੇ ਨੂੰ ਆ ਵੀ ਕੋਈ ਨਹੀਂ ਬਗੈਰ ਆਈਲੈਟ 'ਤੇ ਚੱਲ ਜਾਈਏ। ਅੱਜ ਏਜੰਟਾਂ ਨੇ ਬਾਜਾ ਮਾਰ ਮਾਰ ਕੇ ਤੁਹਾਨੂੰ ਇੰਗਲੈਂਡ ਭੇਜਣਾ, ਵੀਜ਼ੇ ਦਿਖਾਉਣੇ ਲੱਗੇ ਹੋਏ। ਅਜੇ ਕਿਹਾ ਜਾ ਰਿਹਾ ਕਿ 2 ਸਾਲ ਦਾ ਵਰਕ ਪਰਮਿਟ ਮਿਲਣਾ ਸ਼ੁਰੂ ਹੋ ਜਾਏਗਾ। ਉਹ ਭਾਈ 2 ਸਾਲ ਦਾ ਵਰਕ ਪਰਮਿਟ ਉਹਨੂੰ ਮਿਲਣਾ ਜਿਹੜਾ ਬੈਚਲਰ ਡਿਗਰੀ ਖਤਮ ਕਰੇਗਾ, ਔਰ ਬੈਚਲਰ ਡਿਗਰੀ ਮਾਸਟਰ ਡਿਗਰੀ ਦੀ ਫੀਸ 40 ਤੋਂ 50 ਲੱਖ ਰੁਪਈਆ। 50 ਲੱਖ ਰੁਪਈਆ ਲਾ ਕੇ 3 ਸਾਲਾਂ ਬਾਅਦ 2 ਸਾਲ ਦਾ ਵਰਕ ਪਰਮਿਟ ਮਿਲਣਾ, ਔਰ ਵਰਕ ਪਰਮਿਟ ਤੋਂ ਬਾਅਦ ਕਿਤੇ ਨਹੀਂ ਲਿਖਿਆ PR ਹੈਗੀ, ਵਰਕ ਪਰਮਿਟ ਤੋਂ ਬਾਅਦ ਵਾਪਸ ਆਉਣਾ ਪੈਣਾ ਇੰਡੀਆ ਨੂੰ। 4 ਤੋਂ 5 ਸਾਲ ਤੁਸੀਂ ਖੱਜਲ ਹੋਵੋਗੇ, ਰੁਪਈਆ ਵੀ 50 ਲੱਖ ਜਾਊਗਾ, ਅਤੇ ਫਿਰ ਬਰੰਗ ਲਿਫਾਫੇ ਵਾਂਗੂ ਪੰਜਾਬ 'ਚ ਵਾਪਸ ਆਵੋਗੇ, ਪਾਸਪੋਰਟਾਂ 'ਤੇ ਬੈਨ ਹੋ ਕੇ ਆਓਗੇ। ਬਿਲਕੁਲ ਇਸ ਝਾਂਸੇ 'ਤੇ ਨਾ ਫਸਿਓ। ਅੱਜ ਜੇ ਕੋਈ ਕੰਟਰੀ PR ਦੇ ਰਹੀ ਹੈ ਤਾਂ ਉਹ ਕੈਨੇਡਾ ਵਾ, ਅਤੇ ਕੈਨੇਡਾ ਵਾਲੇ ਪਾਸੇ ਜਾਓ ਜਿੱਥੇ ਬੰਦਾ ਪੱਕਾ ਹੁੰਦਾ ਵਾ। ਅਦਰਵਾਈਜ਼ ਜਿਸ ਵੀ ਮੁਲਕ 'ਚ ਜਾਣਾ ਪੱਕੇ ਹੋਣ ਵਾਲੇ ਪਾਸੇ ਤੁਰੋ, ਕਿਉਂਕਿ ਸਾਡਾ ਉਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ। ਅੱਜ ਜਿਹੜਾ ਵੀ ਬੰਦਾ ਇੰਗਲੈਂਡ ਜਾ ਰਿਹਾ, ਆਪਣੇ ਦਿਮਾਗ 'ਚ ਇਹ ਚੀਜ਼ ਪਾ ਲਓ ਕਿ 2 ਸਾਲ ਦਾ ਵਰਕ ਪਰਮਿਟ ਤਾਂ ਮਿਲਣਾ ਜੇ ਬੈਚਲਰ ਡਿਗਰੀ ਖਤਮ ਹੋਊਗੀ, ਔਰ ਡਿਗਰੀ ਦੀ ਫੀਸ 50 ਲੱਖ ਰੁਪਈਆ। ਅੱਜ ਕਿਸੇ ਕੋਲ ਇੱਥੇ ਫੰਡ ਨਹੀਂ ਹੈਗੇ ਸ਼ੋਅ ਕਰਨ ਵਾਸਤੇ, ਇਕੱਲਾ ਵੀਜ਼ਾ ਲੈਣਾ ਉਹ ਹੱਲ ਨਹੀਂ ਹੈਗਾ। ਮੈਂ ਮੰਨਦਾ 50,000 ਲੱਖ ਬੰਦਾ ਫਿਰ ਚੱਲ ਜਾਣਾ ਅਗਲੇ 2-4 ਮਹੀਨਿਆਂ 'ਚ। ਜਿਹੜੀ ਯੂਨੀਵਰਸਿਟੀ ਫੀਸ ਲੈ ਰਹੀ ਹੈ, ਮੁੜ ਕੇ ਪੈਸੇ ਨਹੀਂ ਮੋੜਦੇ ਹੁੰਦੇ, ਅਤੇ ਜਿਸ ਵੀ ਬੱਚੇ ਨੇ ਪੈਸੇ ਭੇਜਣੇ ਆ ਪਹਿਲਾਂ ਚੰਗੀ ਤਰ੍ਹਾਂ ਰਿਫੰਡ ਪੋਲਿਸੀ ਪੜ੍ਹ ਲਿਓ। ਇਹ ਉਹੀ ਅੰਗਰੇਜ਼ ਨੇ ਜਿਨ੍ਹਾਂ ਨੇ ਸਾਡੇ 'ਤੇ ਰਾਜ ਕੀਤਾ ਸੀਗਾ, ਇਹਨਾਂ ਦੀਆਂ ਚਲਾਕੀਆਂ ਟਾਈਮ ਟੂ ਟਾਈਮ ਸਾਹਮਣੇ ਆਉਂਦੀਆਂ। ਅੱਜ ਕਿਸੇ ਏਜੰਟ ਨੇ ਤੁਹਾਨੂੰ ਇਹ ਨਹੀਂ ਦੱਸਣਾ ਇਹਦਾ ਨੁਕਸਾਨ ਕੀ ਹੈਗਾ। ਅੱਜ ਨਿਊਜ਼ੀਲੈਂਡ ਦੀ ਗੱਲ ਕਿਉਂ ਨਹੀਂ ਹੁੰਦੀ? ਨਿਊਜ਼ੀਲੈਂਡ ਨੇ 3 ਦਿਨ ਪਹਿਲਾਂ ਆਪਣਾ ਟੋਟਲੀ ਬੰਦ ਕਰਤਾ ਸਿਸਟਮ, ਕਿਸੇ ਏਜੰਟ ਨੇ ਉਹਦੇ ਬਾਰੇ ਦੱਸਿਆ ਹੀ ਨਹੀਂ। ਨਿਊਜ਼ੀਲੈਂਡ ਸਰਕਾਰ ਕਹਿੰਦੀ ਜਿਹਦੀ $80,000 ਤਨਖਾਹ ਹੋਊਗੀ ਅਸੀਂ ਉਹਨੂੰ PR ਦੇਵਾਂਗੇ। $80,000 ਤਾਂ ਉੱਥੇ ਪੱਕੇ ਬੰਦੇ ਦੀ ਤਨਖਾਹ ਨਹੀਂ ਹੈਗੀ। ਇਹੀ ਇੰਗਲੈਂਡ ਨੇ ਇੱਦਾਂ ਦੀ ਕੋਈ ਨਾ ਕੋਈ ਪੋਲਿਸੀ ਲੈਣੀ ਜਦੋਂ ਸਾਨੂੰ ਵਾਪਸ ਭੇਜਣਾ। ਇਸ ਕਰਕੇ ਸੰਭਲ ਕੇ ਇਸ ਝਾਂਸੇ 'ਚ ਨਾ ਫਸਿਓ। ਜੇ ਫਸੋਗੇ ਤਾਂ ਤਿਆਰ ਹੋ ਕੇ ਜਾਇਓ ਵੀ 4-5 ਸਾਲ ਬਾਅਦ ਤੁਸੀਂ ਵਾਪਸ ਆਉਣਾ, ਔਰ ਖੱਜਲ ਖਰਾਬੀ ਵੱਖਰੀ ਹੋਣੀ ਔਰ ਪੈਸਾ ਵੀ ਖਰਾਬ ਹੋਣਾ। ਇਹ ਸੱਚ ਹੈ ਜੀ ਇੰਗਲੈਂਡ ਦਾ। ਤੁਸੀਂ ਇਹ ਤਾਂ ਨਹੀਂ ਕਿਤੇ ਵੀ ਕੈਨੇਡਾ ਦਾ ਸਮਝ ਵੀ ਚੁੱਕੇ ਹੋ ਤੁਸੀਂ ਚੰਗੀ ਤਰ੍ਹਾਂ? ਹਾਂਜੀ, ਵੀਜ਼ੇ ਲਗਵਾ ਵੀ ਰਹੇ ਹੋ। ਐਂ ਤਾਂ ਨਹੀਂ ਵੀ ਇੰਗਲੈਂਡ 'ਤੇ ਇੱਧਰ ਸੌਖਾ ਹੋਵੇ ਕੰਮ ਭੇਜਣਾ, ਤੁਸੀਂ ਤਾਂ ਇਹਦੀ ਪ੍ਰਮੋਸ਼ਨ ਜਿਹੜੀ ਹੈ? ਨਹੀਂ, ਮੈਂ ਤਾਂ ਨੈਗੇਟਿਵ ਕਰੂੰਗਾ ਹੀ ਨਹੀਂ ਜੀ। ਇੰਗਲੈਂਡ ਦੱਸੋ PR ਹੁੰਦੀ, ਪੁੱਛ ਲਓ ਕਿਸੇ ਨੂੰ, ਕਾਨੂੰਨ ਚੈੱਕ ਕਰ ਲਓ, PR ਵਰਡ ਹੀ ਹੈ ਨਹੀਂ ਉੱਥੇ। 2 ਸਾਲ ਦਾ ਵਰਕ ਪਰਮਿਟ ਅਨਾਊਂਸ ਕੀਤਾ ਗਿਆ 3 ਦਿਨ ਪਹਿਲਾਂ, ਅਤੇ ਜੇ ਉਹ ਅਨਾਊਂਸ ਕੀਤਾ ਗਿਆ ਤਾਂ ਉਹਨੂੰ ਵਾਪਸ ਲੈਣ ਨੂੰ ਵੀ ਕਿੰਨਾ ਕੁ ਟਾਈਮ ਲੱਗਣਾ? ਕਿਉਂ ਵਰਕ ਪਰਮਿਟ ਦੇ ਰਹੇ ਹੋ ਤੁਸੀਂ? ਕਿਉਂ ਅਟਰੈਕਟ ਕਰਦੇ ਪਏ ਸਟੂਡੈਂਟ ਨੂੰ? ਕਿੰਨੀ ਕੁ ਵਧੀਆ ਪੜ੍ਹਾਈ ਹੈ ਤੁਹਾਡੇ ਉੱਥੇ, ਤੁਸੀਂ ਬਿਨਾਂ ਆਇਲਸ ਦੇ ਕਿਉਂ ਲੈ ਰਹੇ ਹੋ ਬੱਚਾ ਪੰਜਾਬ 'ਚੋਂ? ਇੰਗਲਿਸ਼ ਕੰਟਰੀਆਂ ਨਾਲ, ਇੰਗਲਿਸ਼ ਕੰਟਰੀ ਕਿਉਂ ਅੱਜ ਵੀਜ਼ਾ ਦਿੱਤਾ ਜਾ ਰਿਹਾ ਬਿਨਾਂ ਆਇਲਸ ਦੇ? ਜਿਹੜੇ ਬੰਦੇ ਨੂੰ ਕੁਛ ਬੋਲਣਾ ਨਹੀਂ ਆਉਂਦਾ ਉਹਨੂੰ ਵੀਜ਼ਾ ਕਿਉਂ ਮਿਲਦਾ ਪਿਆ? ਇਹੀ ਸਰਕਾਰਾਂ, ਇਹੀ ਅੰਬੈਸੀਆਂ, ਇਹਨਾਂ ਨੇ ਬੰਦਿਆਂ ਦੇ ਪਰਚੇ ਕਰਾਉਣੇ ਮੁੜ ਕੇ ਏਜੰਟਾਂ ਦੇ। 8 ਸਾਲ ਪਹਿਲਾਂ ਲੈਣਾ ਲੱਗੀਆਂ ਸੀ BFS 'ਚ, 400-500 ਬੰਦਾ ਲੈਣ ਲਾ ਕੇ ਖੜਾ ਸੀ ਫਾਈਲ ਜਮ੍ਹਾਂ ਕਰਾਉਣ ਨੂੰ। ਇਹ ਟਾਈਮ ਟੂ ਟਾਈਮ ਕੰਟਰੀਆਂ ਨੇ ਬੇਵਕੂਫ ਬਣਾਉਣਾ, ਇਹ ਕਾਰੋਬਾਰ ਹੈ ਉਹਨਾਂ ਦਾ। ਜਦੋਂ ਕੰਮ ਦੀ ਲੋੜ ਹੈ, ਪਤਾ ਸਸਤੀ ਲੇਬਰ ਚਾਹੀਦੀ ਹੈ, ਉਦੋਂ ਵੀਜ਼ੇ ਖੋਲ੍ਹ ਦਿਓ। ਪਤਾ ਅੱਜ ਪੈਸਾ ਨਹੀਂ ਹੈਗਾ, ਡਾਲਰ ਦਾ ਪੌਂਡ ਦਾ ਰੇਟ ਪੂਰੀ ਤਰ੍ਹਾਂ ਡਿੱਗਦਾ ਪਿਆ, ਸਟੂਡੈਂਟ ਵੀਜ਼ਾ ਲਿਆਓ। 4 ਦਿਨ ਪਹਿਲਾਂ ਦੇ ਅੰਕੜੇ ਪੜ੍ਹੇ ਮੈਂ ਕਿਤੇ, 17 ਲੱਖ ਬੰਦਾ ਕਹਿੰਦੇ ਪਿਛਲੇ ਸਾਲ ਇੰਡੀਆ ਤੋਂ ਬਾਹਰ ਗਿਆ ਪੜ੍ਹਨ ਵਾਸਤੇ। 17 ਲੱਖ ਬੰਦਾ ਇੰਡੀਆ ਤੋਂ ਬਾਹਰ ਪੜ੍ਹਨ ਚਲਾ ਗਿਆ ਪਿਛਲੇ ਸਾਲ। 10 ਲੱਖ ਰੁਪਈਆ ਤਾਂ ਘੱਟੋ ਘੱਟ ਇੱਕ ਬੰਦਾ ਲਾ ਕੇ ਗਿਆ ਹੋਊਗਾ, ਕੈਨੇਡਾ ਨੂੰ 20 ਲੱਖ ਲੱਗਦੇ। 17 ਲੱਖ ਨੂੰ ਗੁਣਾ ਕਰੋ 10 ਲੱਖ ਨਾਲ, ਫਿਰ ਅਸੀਂ ਕਹਿੰਦੇ GDP ਡਿੱਗ ਗਈ ਸਾਡੀ, ਗੱਡੀਆਂ ਨਹੀਂ ਵਿਕਦੀਆਂ ਪਈਆਂ, ਬੇਰੁਜ਼ਗਾਰੀ ਹੋ ਗਈ। ਭਾਈ 17 ਲੱਖ ਬੰਦਾ 10-10 ਲੱਖ ਰੁਪਏ ਲਾ ਕੇ ਚਲਾ ਗਿਆ। ਇਹ ਕਾਰੋਬਾਰ ਬਣਾਏ ਬਾਹਰਲੀਆਂ ਕੰਟਰੀਆਂ ਨੇ, ਰੁਜ਼ਗਾਰ ਸਾਡਾ ਵੀ ਹੈ। ਸਾਨੂੰ ਇਹ ਸੋਚਣਾ ਪੈਣਾ ਕਿ ਜਿਸ ਮੁਲਕ 'ਚ ਚੱਲੇ ਹਾਂ ਘੱਟੋ ਘੱਟ ਉਸ ਮੁਲਕ 'ਚ ਪੱਕੇ ਤਾਂ ਹੋ ਜਾਈਏ। 7.5 ਲੱਖ ਬੰਦਾ ਅੱਜ ਆਸਟ੍ਰੇਲੀਆ ਦੇ ਵਿੱਚ ਫਸਿਆ ਪਿਆ ਜਿਹਨਾਂ ਦੀ PR ਨਹੀਂ ਹੋ ਰਹੀ। ਆਸਟ੍ਰੇਲੀਅਨ ਗੌਰਮੈਂਟ ਕਹਿੰਦੀ ਨਹੀਂ ਅਸੀਂ ਨਹੀਂ ਦਿੰਦੇ, ਉਹ ਸਕੋਰ ਹੀ ਵਧਾਈ ਜਾਂਦੇ ਪਏ, ਮਨਾ ਕੋਈ ਵੀ ਨਹੀਂ ਕਰਦਾ। ਨਿਊਜ਼ੀਲੈਂਡ ਨੇ 3 ਦਿਨ ਪਹਿਲਾਂ ਅਪਡੇਟ ਕਰਤਾ ਕਿ ਸਟੂਡੈਂਟ ਵੀਜ਼ੇ 'ਚ PR ਤਾਂ ਦੇਵਾਂਗੇ ਜੇ $80,000 ਤਨਖਾਹ ਹੋਊਗੀ। $80,000 ਤਨਖਾਹ ਦੇ ਵਾਸਤੇ ਘੱਟੋ ਘੱਟ 20 ਸਾਲ ਲੱਗ ਜਾਂਦੇ ਤੁਹਾਨੂੰ। $80,000 ਤਨਖਾਹ ਨਹੀਂ ਹੁੰਦੀ, ਇੱਕ ਗੋਰਾ ਵੀ $40,000 ਤੋਂ ਵੱਧ ਨਹੀਂ ਲੈਂਦਾ। ਸਾਡੇ ਸਟੂਡੈਂਟ ਨੂੰ ਕੋਈ $80,000 ਤਨਖਾਹ ਕਿਉਂ ਦਊਗਾ?
ਅੱਜ ਨਹੀਂ ਗੱਲ ਕਰਦਾ ਕੋਈ ਨਿਊਜ਼ੀਲੈਂਡ ਦੀ, ਅੱਜ ਹਰ ਬੰਦਾ ਯੂਕੇ ਖੁੱਲ ਗਿਆ, ਮੈਂ ਕਹਿੰਦਾ ਨਿਊਜ਼ੀਲੈਂਡ ਬੰਦ ਹੋ ਗਿਆ ਹੁਣ ਕਹੋ, ਫਿਰ ਕਹਿਣਾ ਨਹੀਂ ਜੀ ਇਹ ਤਾਂ ਬੰਦ ਵੀ ਕਰ ਦਿੰਦੇ ਆਪ ਹੀ, ਇਹ ਸ਼ਟਰ ਲਾ ਕੇ ਆ ਜਾਂਦੇ, ਤਾਲਾ ਲਾ ਕੇ ਜਾਂਦੇ, ਸੱਚ ਨੂੰ ਘੋੜਾ ਹੁੰਦਾ। ਬੜੀਆਂ ਮਿਰਚਾਂ ਲੱਗਣੀਆਂ ਲੋਕਾਂ ਨੂੰ ਕਿ ਇੰਗਲੈਂਡ ਬਾਰੇ ਏਦਾਂ ਕਿਉਂ ਬੋਲਦਾ ਪਿਆ, ਅਸੀਂ ਵੀਜ਼ੇ ਲਵਾਵਾਂਗੇ, ਬਟ ਬਣਨਾ ਕੀ ਹੈ? ਸਾਰੀ ਜ਼ਿੰਦਗੀ ਤੁਸੀਂ ਝੂਠ ਦੇ ਸਹਾਰੇ ਨਹੀਂ ਰਹਿ ਸਕਦੇ, ਜਿਹਨੇ ਬਾਹਰ ਜਾਣਾ ਉਹ ਵੀ ਕਿਸੇ ਮਾਂ ਦਾ ਪੁੱਤ ਹੈ, ਘੱਟੋ ਘੱਟ ਜੇ ਤੁਸੀਂ ਅਗਲੇ ਦਾ ਕੋਈ ਫਾਇਦਾ ਨਹੀਂ ਕਰਾ ਸਕਦੇ, ਨੁਕਸਾਨ ਤਾਂ ਨਾ ਕਰੋ। ਅਗਲਾ ਇੱਥੋਂ 20 ਲੱਖ ਰੁਪਏ ਲਾ ਕੇ ਜਾਣ ਡਿਆ, ਲੱਭਦਾ ਕੀ ਪਿਆ ਉਹਨੂੰ? ਕੁਛ ਵੀ ਨਹੀਂ। ਬਾਕੀ ਲੋਕਾਂ ਨੂੰ ਸਿਆਣੇ ਨੇ, ਸਮਝ ਲੱਗਣੀ ਕਿਸੇ ਨੂੰ, ਇਹ ਮੱਛੀਆਂ ਪੱਥਰ ਚੱਟ ਕੇ ਵਾਪਸ ਆਉਂਦੀਆਂ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਅਗਲਾ ਕਹਿੰਦਾ ਇੱਥੇ ਕੰਮ ਨਹੀਂ ਹੈਗਾ, ਇੱਥੇ ਕਿਹੜਾ ਕੋਈ ਭਾਜੀ ਕੋਈ ਖਤਮ ਥੋੜ੍ਹੀ ਹੋ ਗਿਆ, ਕੋਈ ਤੂਫਾਨ ਥੋੜ੍ਹੀ ਆ ਗਿਆ, ਰੋਟੀ ਸਾਰੇ ਕੋਈ ਖਾਈ ਜਾਂਦੇ, ਹਰ ਬੰਦਾ ਸ਼ਰਾਬ ਹੀ ਪੀ ਲੈਂਦਾ ਸ਼ਾਮ ਨੂੰ। ਤੁਸੀਂ ਕਿਹਾ ਸਾਰਿਆਂ ਨੂੰ ਗੱਲਾਂ ਤੁਹਾਡੀਆਂ ਬਹੁਤ ਚੁੱਭਣੀਆਂ, ਹਾਂਜੀ, ਵਿਲਨ ਬਣ ਗਏ ਤੁਸੀਂ ਸਾਰਿਆਂ ਲਈ ਆਪਣੀ? ਨਹੀਂ, ਵਿਲਨ ਤੇ ਹੀਰੋ ਦਾ ਕੋਈ ਫਰਕ ਨਹੀਂ ਹੁੰਦਾ ਜੀ, ਆਪਣਾ ਕੰਮ ਕਰਨਾ ਹਰ ਬੰਦੇ ਦਾ ਤਰੀਕਾ ਹੁੰਦਾ। ਮੈਂ ਝੂਠ 'ਚ ਨਹੀਂ ਰਹਿਣਾ ਚਾਹੁੰਦਾ, ਜਿਹਨੂੰ ਮੇਰੀ ਗੱਲ ਨਹੀਂ ਚੰਗੀ ਲੱਗਦੀ ਉਹ ਨਾ ਆਵੇ ਮੇਰੇ ਕੋਲ, ਜਿਹਨੂੰ ਮੇਰੀ ਗੱਲ ਪੁੱਛੇ ਕੋਈ ਪ੍ਰੋਬਲਮ ਹੈਗੀ। ਅਗਲਾ ਹੋਰ ਇੰਨੇ ਪ੍ਰੋਗਰਾਮ ਚੱਲਦੇ ਪਏ ਇੰਟਰਟੇਨਮੈਂਟ, ਅਗਲਾ ਬੰਦ ਕਰ ਦੇ ਸਾਡਾ ਚੈਨਲ ਨਾ ਦੇਖੇ, ਦੁਪਹਿਰ ਦਾ ਟਾਈਮ ਹੈ, ਬੜੇ ਚੈਨਲਾਂ 'ਤੇ ਗਾਣੇ ਗੁਣੇ ਲੱਗੇ ਆ, ਜੇ ਕਿਸੇ ਨੂੰ ਕੋਈ ਪ੍ਰੋਗਰਾਮ 'ਚ ਪੱਤੀ ਹੈ ਨਹੀਂ ਸਮਝ ਲੱਗਦਾ ਗਾਣੇ ਦੇਖ ਲਵੇ ਅਗਲਾ। ਬਾਕੀ ਮੁਲਕ ਯਾਦ ਹੈ, ਬੋਲਣ ਦਾ ਅਧਿਕਾਰ ਸਾਰਿਆਂ ਨੂੰ, ਅਸੀਂ ਆਪਣੇ ਵਿਚਾਰ ਰੱਖਦੇ ਪਏ, ਜਿਹਨੂੰ ਚੰਗੇ ਲੱਗਦੇ ਆ ਉਹਨੂੰ ਬਹੁਤ ਧੰਨਵਾਦ, ਜਿਹਨੂੰ ਨਹੀਂ ਲੱਗਦੇ ਭਾਈ ਠੀਕ ਹੈ, ਅਸੀਂ ਹੁਣ ਤਾਂ ਆਪਣੇ ਕੰਮ ਕਰੂੰਗਾ ਨਾ। ਵੀਰੇ ਜੀ ਬੋਲਣ ਦਾ ਹੁਨਰ ਬਹੁਤ ਵਧੀਆ ਤੁਹਾਡੇ ਕੋਲ, ਕਦੀ ਪੋਲਿਟਿਕਸ ਬਾਰੇ ਸੋਚਿਆ ਵੀ? ਮੈਂ ਪੋਲਿਟਿਕਸ 'ਚ ਵੀ ਆ ਕੀ ਕਰਨੀ, ਪੋਲਿਟਿਕਸ ਹੀ ਆਪਣਾ ਹੀ ਕੰਮ ਕਰ ਲਈ, ਇਹੀ ਨਹੀਂ ਇੱਥੋਂ ਵੇਲ ਮਿਲਦੀ, ਪੋਲਿਟਿਕਸ ਪੋਲਿਟਿਕਸ ਵਾਲੇ ਕਰਨਗੇ, ਆਪਾਂ ਵੀਜ਼ੇ ਲਵਾਉਣੇ, ਵੀਜ਼ੇ ਲਵਾਈਏ ਨਹੀਂ। ਹੈਲੋ ਹੈਲੋ ਹੈਲੋ, ਹਾਂਜੀ ਕੌਣ ਬੋਲ ਰਿਹਾ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਗੁਰਦੀਪ ਸਿੰਘ ਬੋਲ ਰਿਹਾ ਲੁਧਿਆਣੇ ਤੋਂ ਜੀ। ਹਾਂਜੀ ਗੁਰਦੀਪ ਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ? ਸਰ ਮੇਰੀ ਗੁੜੀਆਂ ਨੇ ਨਾ ਕਮਰਸ ਵਿੱਚ ਕੀਤੀ ਹੈ ਜੀ ਪਲੱਸ ਟੂ, ਅਤੇ ਕੈਨੇਡਾ ਬਾਰੇ ਪੁੱਛਣਾ ਸੀਗਾ ਜੀ। ਕਦੋਂ ਕਦੋਂ ਕੀਤੀ ਤੁਹਾਡੀ ਗੁੱਡੀ ਨੇ ਪਲੱਸ ਟੂ? ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਦੋਂ ਕੀਤੀ ਪਲੱਸ ਟੂ ਜੀ? ਇਸੇ ਸਾਲ ਕੀਤੀ ਹੈ ਸਰ ਜੀ। ਕਿੰਨੇ ਨੰਬਰ ਕਿੰਨੇ ਆਏ ਜੀ ਉਹਨਾਂ ਦੇ? 68% ਆਏ ਜੀ। ਬਹੁਤ ਸੋਹਣੇ ਨੰਬਰ ਹੈ ਜੀ, ਆਈਲੈਟਸ ਕਰਾ ਲਈ ਤੁਸੀਂ, ਕਰਾਣੀ ਹੈ ਜੀ? ਹਾਂ ਜੀ ਕਰਾ ਲਈ ਜੀ, 7.5 ਤੋਂ ਬੈਂਡ ਆ ਗਏ ਜੀ ਆਪ ਲੋਨ। ਅੱਛਾ ਜੀ, ਕੀ ਜਾਣਨਾ ਚਾਹੁੰਦੇ ਜੀ? ਮੈਂ ਕੈਨੇਡਾ ਦਾ ਪੁੱਛਣਾ ਸੀਗਾ ਜੀ, ਕੈਨੇਡਾ ਦਾ ਸਰਕਾਰੀ ਕਾਲਜ ਦਾ ਬਣ ਜਾਏਗਾ ਜੀ? ਹਾਂ ਜੀ, ਜਨਵਰੀ ਇੰਟੇਕ ਦੇ ਵਿੱਚ ਦਾਖਲਾ ਮਿਲ ਜੂਗਾ ਜੀ। ਕਿਹੜੇ ਸ਼ਹਿਰ 'ਚ ਭੇਜਣਾ ਤੁਸੀਂ ਬੱਚੇ ਨੂੰ? ਵਿਨੀਪੈਗ ਦਾ ਬ੍ਰੋਂਟਨ, ਵਿਨੀਪੈਗ ਦੇ ਵਿੱਚ ਯੂਨੀਵਰਸਿਟੀ, ਉਹ ਵਿਨੀਪੈਗ 'ਚ ਦਾਖਲਾ ਹੋਊਗਾ ਜੀ। $16,000 ਫੀਸ ਹੈ ਸਾਲ ਦੀ ਉਹਦੀ, ਠੀਕ ਹੈ ਜੀ। 15 ਦਿਨ ਲੱਗਣੇ ਜੀ ਐਡਮਿਸ਼ਨ ਨੂੰ। ਅਤੇ ਸਰ ਕਾਲਜ ਦੇ ਜੀ? ਹਾਂਜੀ ਕਾਲਜ, ਕਾਲਜ ਦਾ ਕਰਾ ਜੀ, ਕਾਲਜ ਵੀ ਹੈਗਾ ਜੀ ਉੱਥੇ, ਰੈਡ ਰਿਵਰ ਕਾਲਜ, ਉਹਦੇ 'ਚ ਹੋ ਜੂਗਾ ਜੀ। ਸੋਮਵਾਰ ਮੈਂ ਜਲੰਧਰ ਹੋਣਾ ਜੀ, ਬਾਕੀ ਦਿਨ ਚੰਡੀਗੜ੍ਹ ਜੀ। ਵੀਰੇ ਜੀ, ਸਰਕਾਰੀ ਤੇ ਪ੍ਰਾਈਵੇਟ ਕਾਲਜ ਦਾ ਪੀਆਰ ਦੇ ਉੱਤੇ ਅਸਰ ਪੈਂਦਾ ਕੋਈ? ਨਹੀਂ, ਇਹਦਾ ਕੋਈ ਅਸਰ ਨਹੀਂ ਹੈਗਾ। ਜਿਹੜਾ ਵੀ ਪ੍ਰਾਈਵੇਟ ਕਾਲਜ, ਸਰਕਾਰੀ ਕਾਲਜ, ਉਹ ਕੁਆਲੀਫਿਕੇਸ਼ਨ ਸਰਕਾਰ ਦੀ ਹੈ, ਕੋਈ ਕਾਲਜ ਵਾਲੇ ਆਪਣੇ ਘਰ ਨਹੀਂ ਪੜ੍ਹਾਉਂਦੇ, ਉਹਨਾਂ ਨੇ ਘਰ ਨਹੀਂ ਬਣਾਈ। ਸਰਕਾਰ ਪਹਿਲਾਂ ਕੋਰਸ ਨੂੰ ਮਾਨਤਾ ਦਿੰਦੀ ਹੈ, ਫਿਰ ਕਾਲਜ ਪੜ੍ਹਾਉਂਦਾ। ਔਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਕੈਨੇਡੀਅਨ ਸਿਟੀਜ਼ਨ ਵੀ ਸਰਕਾਰੀ ਕਾਲਜ 'ਚ ਨਹੀਂ ਪੜ੍ਹਦਾ, ਉਹ ਵੀ ਪ੍ਰਾਈਵੇਟ 'ਚ ਪੜ੍ਹਦਾ। ਅੱਜ ਪੰਜਾਬ 'ਚ ਹੈਗੇ ਆਪਾਂ, ਤੁਹਾਡੇ ਜਵਾਕ ਸਰਕਾਰੀ ਸਕੂਲ 'ਚ ਨਹੀਂ ਪੜ੍ਹਦੇ, ਪ੍ਰਾਈਵੇਟ 'ਚ ਪੜ੍ਹਦੇ, ਕਿਉਂ? ਕੋਈ ਪ੍ਰਾਈਵੇਟ 'ਚ ਪੜ੍ਹਾਈ ਵਧੀਆ ਹੁੰਦੀ। ਇੱਦਾਂ ਹੀ ਕੈਨੇਡਾ ਦੇ ਸਰਕਾਰੀ ਕਾਲਜਾਂ 'ਚ ਪੜ੍ਹਾਈਆਂ ਨਹੀਂ ਹੈਗੀਆਂ, ਪ੍ਰਾਈਵੇਟ ਕਾਲਜ 'ਚ ਪੜ੍ਹਾਈ ਜ਼ਿਆਦਾ ਵਧੀਆ। ਸਾਡੇ ਲੋਕਾਂ ਨੂੰ ਸਮਝ ਨਹੀਂ ਲੱਗਦੀ। ਫੀਸਾਂ ਘੱਟ ਹੁੰਦੀਆਂ ਜਾਂ ਫੀਸ ਜ਼ਿਆਦਾ ਹੁੰਦੀ ਪ੍ਰਾਈਵੇਟ ਕਾਲਜ ਦੀ? ਜਿੱਦਾਂ ਇੱਥੇ ਹੁੰਦਾ ਪ੍ਰਾਈਵੇਟ ਕਾਲਜ ਦੀ ਫੀਸ ਜ਼ਿਆਦਾ ਹੁੰਦੀ, ਸਰਕਾਰੀ ਹਸਪਤਾਲ 'ਚ ਕਿੰਨੀ ਕੁ ਦੁਨੀਆ ਜਾਂਦੀ ਇਲਾਜ ਕਰਾਉਣ, ਪ੍ਰਾਈਵੇਟ 'ਚ ਜਾਂਦੀ ਨਾ, ਉਹ ਪ੍ਰਾਈਵੇਟ 'ਚ ਕੋਈ ਬੰਦਾ ਵਾ ਜਿਹਨੇ ਜ਼ਿੰਮੇਵਾਰੀ ਲੈਣੀ, ਸਰਕਾਰੀ ਜ਼ਿੰਮੇਵਾਰੀ ਥੋੜ੍ਹੀ ਲੈਣੀ ਕਿਸੇ ਨੇ। ਹੈਲੋ ਹੈਲੋ, ਹਾਂਜੀ ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਬਟਾਲੇ ਤੋਂ ਸਰਦਾਰ ਹਰਚੰਦ ਸਿੰਘ ਰੰਧਾਵਾ। ਹਾਂਜੀ ਰੰਧਾਵਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮੈਨੇ ਹਰੀ ਭਾਜੀ ਬੋਲਦੇ ਹੋ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਰੰਧਾਵਾ ਸਾਹਿਬ ਹੁਕਮ ਕਰੋ ਜੀ। ਹੁਕਮ ਨਹੀਂ ਆ, ਬੇਨਤੀਆਂ ਨੇ ਅਜੇ ਤੱਕ। ਤੁਸੀਂ ਮੈਨੂੰ ਇਹ ਦੱਸੋ ਕਿ ਆਪਣਾ ਜਲੰਧਰ ਤੁਹਾਡਾ ਵਿਜਿਟ ਕਿੱਦਣ ਹੁੰਦਾ? ਤੁਹਾਨੂੰ ਜੇ ਮਿਲ ਸਕਦਾ ਹੋਇਆ? ਮੈਂ ਭਾਜੀ ਸੋਮਵਾਰ ਜਲੰਧਰ ਹੁੰਦਾ ਜੀ, ਬਾਕੀ ਦਿਨ ਚੰਡੀਗੜ੍ਹ ਹੁੰਦਾ ਜੀ। ਤੇ ਸੋਮਵਾਰ ਇਹ ਕਿੱਥੇ ਕਿੱਥੇ ਐਡਰੈਸ ਹੈ ਤੁਹਾਡਾ? ਇਹ ਆਪਾਂ ਯੰਤਰ ਜਿਹਾ ਹੁੰਦਾ ਜੀ ਮੋਬਾਈਲ ਵਾਲਾ, ਉਹ 'ਚ ਲਿਖੋ ਵਿਨੇ ਹਰੀ ਗੂਗਲ 'ਚ, ਨਾਲ ਹੀ ਲੈ ਜਾਣਾ ਉਹਨੇ ਤੁਹਾਨੂੰ BMC ਚੌਂਕ ਦਫ਼ਤਰ ਹੈ ਸਾਡਾ। ਚਲੋ ਠੀਕ ਹੈ। ਤੇ ਸਰ ਬੇਟੇ ਦੇ ਨਾ 6, 5, 5, 5.5 ਨੰਬਰ ਆਏ ਸੀ। ਅੱਛਾ ਜੀ। ਤੇ ਬਾਅਦ ਵਿੱਚ ਉਹ ਨੰਬਰ ਉਹਨੇ 73%। ਅੱਛਾ ਜੀ। ਨਾਨ ਮੈਡੀਕਲ ਨਾਲ। ਹਾਂਜੀ।
ਤੇ ਅਸੀਂ ਕੈਨੇਡਾ ਵਾਸਤੇ ਅਪਲਾਈ ਕਰਨਾ ਚਾਹੁੰਦੇ ਸੀ। ਤੁਸੀਂ ਆ ਜਿਹੜਾ ਨੰਬਰ ਤੁਹਾਡੇ ਜਿਸ ਨੰਬਰ ਤੇ ਫੋਨ ਕੀਤਾ ਨਾ, ਹਾਂਜੀ ਹਾਂਜੀ, ਇਸ ਨੰਬਰ ਤੇ ਵਟਸਐਪ ਤੇ ਕਾਗਜ਼ ਸੈਂਡ ਕਰ ਦਿਓ, ਅਸੀਂ ਸਾਰੇ ਕਾਗਜ਼ ਦੇਖ ਕੇ ਤੁਹਾਡੇ ਨਾਲ ਅਪਾਇੰਟਮੈਂਟ ਸੈੱਟ ਕਰ ਲੈਣੇ ਜੀ। ਠੀਕ ਹੈ ਵੀਰ ਜੀ, ਠੀਕ ਹੈ ਜੀ, ਆ ਜਾਓ ਤੁਸੀਂ ਸੋਮਵਾਰ ਬਾਕੀ ਕਾਗਜ਼ ਲੈ ਕੇ ਜੀ। ਓਕੇ ਸਰ ਜੀ, ਥੈਂਕ ਯੂ, ਧੰਨਵਾਦ। ਮੈਨੂੰ ਜੀ ਵੀਡੀਓ ਦੇਖੀਆਂ ਮੈਂ, ਚਲੋ ਖੁਸ਼ੀ ਵੀ ਹੁੰਦੀ ਆ ਉਸ ਗੱਲ ਦੀ। ਹਾਂਜੀ, ਵੀਡੀਓ ਕਿਹੜੀਆਂ ਦੇਖੀਆਂ ਤੁਸੀਂ? ਤੁਹਾਡਾ ਧੰਨਵਾਦ ਬੜਾ ਕਰ ਲਿਓ ਜੀ, ਪਹਿਲਾਂ ਵੀਡੀਓ ਤੁਸੀਂ ਤੁਹਾਡੇ ਦਿਮਾਗ 'ਚ ਇਹ ਆਇਆ ਹੋਣਾ ਵੀ ਸ਼ਾਇਦ ਕੋਈ ਨੈਗੇਟਿਵ ਵੀਡੀਓ ਮੇਰੀ ਦੇਖਿਆ ਆ, ਮੈਨੂੰ ਸੋਰੀ ਮੇਰੀਆਂ ਨੇ ਹੋਰ ਵੀ ਵੀਡੀਓ ਤੇ ਦੇਖ ਦੇ। ਨਹੀਂ ਮੈਂ ਵੀਡੀਓ ਦੇਖੀ ਜਿਹਦੇ ਵਿੱਚ ਬੱਚੇ ਤੁਹਾਡਾ ਧੰਨਵਾਦ ਕਰ ਰਹੇ ਨੇ। ਦੇਖੋ ਧੰਨਵਾਦ ਵੀ ਕਰਦੇ ਆ, ਗਾਲਾਂ ਵੀ ਬੜੀਆਂ ਕੱਢਦੇ ਆ ਜੀ। ਬਾਕੀ ਜਦੋਂ ਕਿਸੇ ਦਾ ਕੰਮ ਸਵਾਰਿਆ ਹੋਵੇ ਉਹ ਤੁਹਾਡਾ ਥੈਂਕਸ ਕਰੇ ਵਧੀਆ ਲੱਗਦਾ ਜੀ। ਅਸੀਂ ਕੋਸ਼ਿਸ਼ ਕਰਦੇ ਹਾਂ ਬੱਚਿਆਂ ਨੂੰ ਸਹੀ ਗਾਈਡ ਕਰੀਏ। ਅਸੀਂ ਕਦੀ ਕਿਸੇ ਨੂੰ ਕਹਿੰਦੇ ਨਹੀਂ ਕਿ ਭਰਾਵਾ ਤੂੰ ਵੀਡੀਓ ਸਾਡੇ ਨਾਲ ਬਹਿ ਕੇ ਬਣਾ। ਜੋ ਕਿਸੇ ਨੂੰ ਚੰਗਾ ਲੱਗਦਾ ਅਗਲਾ ਬੋਲ ਦਿੰਦਾ ਜੀ। ਲਿਖਣ ਵਾਲੇ ਵੀ ਲਿਖਦੇ ਜੀ, ਸਕ੍ਰਿਪਟ ਆ ਜੀ, ਐਕਟਰ ਨੇ ਜੀ, ਜਿਹੜੇ ਬੰਦੇ ਰੱਖੇ ਆ ਜੀ, ਉਹਨਾਂ ਦੀ ਵੀਡੀਓ ਏਦਾਂ ਦਾ ਕੁਛ ਨਹੀਂ ਹੁੰਦਾ। ਸੱਚ ਹੈਗਾ, ਸੱਚ ਸਾਰਿਆਂ ਦੇ ਸਾਹਮਣੇ ਆ ਜਾਂਦਾ ਜੀ। ਹੈਲੋ, ਹੈਲੋ, ਹਾਂਜੀ, ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ? ਸਰ ਫਿਰੋਜ਼ਪੁਰ ਤੋਂ ਬੋਲ ਰਹੇ ਜੀ। ਹਾਂਜੀ, ਕੌਣ ਬੋਲ ਰਹੇ ਹੋ ਜੀ, ਕੀ ਨਾਮ ਤੁਹਾਡਾ? ਵਧੀਆ ਸਰ, ਸਤਿ ਸ਼੍ਰੀ ਅਕਾਲ ਜੀ। ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਸਰ ਮੇਰੇ 5.5 ਬੈਂਡ ਆ ਤੇ ਪਲੱਸ 2 ਦੀ ਮੇਰੀ ਨੌਨ ਮੈਡੀਕਲ ਤੇ 80% ਨੰਬਰ ਆ ਜੀ। ਅੱਛਾ ਜੀ, ਮੇਰੀ ਬੀਬੀਏ ਕੀਤੀ ਹੈ ਤੇ ਮੈਂ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦਾ। ਨਹੀਂ ਵੀਰ ਜੀ, ਹਜੇ ਨਹੀਂ ਕਰਨਾ, 6 ਬੈਂਡ ਲੈ ਕੇ ਕਰਨਾ ਆਪਾਂ, ਇਦਾਂ ਰਿਫਿਊਜ਼ਲ ਆ ਜਾਣੀ ਆਪਣੀ। 6 ਬੈਂਡ ਪੂਰੇ ਜੀ? 6 ਬੈਂਡ ਪੂਰੇ ਲੈ ਕੇ ਆਓ ਤਾਂ ਵੀਜ਼ਾ 100% ਲਵਾਵਾਂਗੇ। ਠੀਕ ਹੈ ਜੀ, ਥੋੜੀ ਜੀ ਮਿਹਨਤ ਕਰੋ ਭਾਜੀ ਹੋਰ। ਠੀਕ ਹੈ, ਥੈਂਕ ਯੂ ਸਰ। ਥੈਂਕ ਯੂ ਸਰ। ਵੀਰੇ ਜੀ, ਵੀਡੀਓਜ਼ ਦੀ ਆਪਾਂ ਗੱਲ ਕਰ ਰਹੇ ਸੀਗੇ। ਹਾਂਜੀ ਹਾਂਜੀ, ਵੀਡੀਓ ਤਾਂ ਮੰਗਵਾਈਆਂ ਵੀ ਜਾ ਸਕਦੀਆਂ, ਲੋਕੀ ਤੁਹਾਡੀ ਇਸ ਵੀਡੀਓ ਤੇ ਵੀ ਸ਼ੱਕ ਕਰ ਰਹੇ ਨੇ। ਹਾਂਜੀ, ਕਰ ਲੈਣ ਜੀ, ਕੋਈ ਗੱਲ ਨਹੀਂ, ਫਿਰ ਨਾ ਜਾਣ। 2.5 ਕਰੋੜ ਵਧੀ ਹੈ ਪੰਜਾਬ ਦੀ, ਆਪਾਂ ਕਿਹੜਾ ਸਾਰੇ ਭੇਜ ਦੇਣੇ ਜੀ। ਜਿਹਨੂੰ ਵਿਸ਼ਵਾਸ ਹੁੰਦਾ ਅਗਲਾ ਆ ਜਾਂਦਾ। ਸਾਡੇ ਕੋਲ ਪਤਾ ਵੀਜ਼ਾ ਕੌਣ ਲਵਾਉਂਦਾ? ਲੋਕਾਂ ਨੂੰ ਲੱਗਦਾ ਮਸ਼ਹੂਰੀ ਕਰਕੇ ਵੀਜ਼ੇ ਲਵਾਉਂਦੇ। ਸਾਡੇ ਕੋਲ ਉਹ ਬੰਦਾ ਵੀਜ਼ਾ ਲਵਾਉਂਦਾ ਜਿਹਦਾ ਪਹਿਲਾਂ ਰਿਸ਼ਤੇਦਾਰ ਅਸੀਂ ਭੇਜਿਆ। ਸਾਡਾ 90% ਕਲਾਇੰਟ ਰੈਫਰੈਂਸ ਦਾ ਕਲਾਇੰਟ ਹੈ। ਜਿੱਥੋਂ ਤੁਹਾਨੂੰ ਆਰਾਮ ਆ ਜਾਂਦਾ ਨਾ ਕਿਸੇ ਡਾਕਟਰ ਤੋਂ, ਤੁਸੀਂ ਆਪਦਾ ਰਿਸ਼ਤੇਦਾਰ ਵੀ ਉੱਥੇ ਭੇਜ ਦਿਓ, ਨਾਲ ਲੈ ਕੇ ਜਾਂਦੇ ਹੋ ਕਿ ਡਾਕਟਰ ਸਾਹਿਬ ਇਹਦੇ ਵੀ ਟੀਕਾ ਲਾਓ, ਇਹ ਟੀਕੇ ਨੇ ਮੈਨੂੰ ਠੀਕ ਕੀਤਾ ਸੀ। ਅੱਜ 90% ਸਾਡੇ ਕੋਲ ਗਾਹਕ ਉਹ ਹੈ ਜਿਹਦਾ ਅਸੀਂ ਵੀਜ਼ਾ ਪਹਿਲਾਂ ਰਿਸ਼ਤੇਦਾਰ ਪਹੁੰਚਾ ਚੁੱਕੇ ਹਾਂ, ਜਿਹਦਾ ਭੈਣ ਭਰਾ ਸਾਡੇ ਕੋਲ ਜਾ ਚੁੱਕਾ। ਸਾਡੇ ਕੋਲ ਇਹੋ ਇਹੋ ਜਿਹੇ ਗਾਹਕ ਨੇ ਜਿਹੜਾ ਬੰਦਾ 100-100 ਬੰਦਾ ਸਾਡੇ ਕੋਲ ਵੀਜ਼ਾ ਲਵਾ ਚੁੱਕਾ। ਇਹੋ ਇਹੋ ਜਿਹੇ ਪਿੰਡ ਨੇ ਜਿਹਨਾਂ ਪਿੰਡਾਂ 'ਚੋਂ 50-50 ਬੱਚੇ ਅਸੀਂ ਭੇਜ ਚੁੱਕੇ ਹਾਂ। ਸਾਡੇ ਦਫ਼ਤਰ ਆਓ, ਤੁਹਾਨੂੰ ਦਿਖਾਨੇ ਆ, ਗੁੜ ਵੀ ਪਏ ਸਾਡੇ ਕੋਲ, 10 ਤਰ੍ਹਾਂ ਦਾ ਗੁੜ ਹੋਊਗਾ, ਕਈ ਤਰ੍ਹਾਂ ਦਾ ਸਾਗ ਹੋਊਗਾ, ਕੋਈ ਮੱਖਣ ਲੈ ਕੇ ਆਉਂਦਾ, ਕੋਈ ਦਹੀਂ ਕਰਾ ਕੇ ਲਿਆਉਂਦਾ, ਕੋਈ ਖੀਰ ਲੈ ਕੇ ਆਉਂਦਾ। ਮੱਖਣ ਤੁਸੀਂ ਖੁਦ ਵੀ ਲਾ ਦਿੰਦੇ ਨਾ ਲੋਕਾਂ ਵਿੱਚ? ਨਹੀਂ, ਕਹਿੰਦਾ ਮਤਲਬ ਕਿ ਜਦੋਂ ਕੋਈ ਕਲਾਇੰਟ, ਜਦੋਂ ਕਿਸੇ ਦਾ ਕੰਮ ਬਣਦਾ, ਇੱਕ ਰਿਸ਼ਤੇਦਾਰੀ ਪੈਂਦੀ ਹੈ ਲੋਕਾਂ ਨਾਲ, ਇੱਕ ਨਵਾਂ ਰਿਸ਼ਤਾ ਸ਼ੁਰੂ ਹੁੰਦਾ ਕਿਸੇ ਪਰਿਵਾਰ ਦੇ ਨਾਲ, ਪੂਰਾ ਦਾ ਪੂਰਾ ਪਰਿਵਾਰ ਖੁਸ਼ ਹੋ ਜਾਂਦਾ ਜਦੋਂ ਕਿਸੇ ਦਾ ਵੀਜ਼ਾ ਲੱਗਦਾ। ਇਹ ਬੂਟੇ ਲੱਗਦੇ ਪਏ ਆ, ਇਹ ਇਕੱਲੇ ਇਕੱਲੇ ਬੰਦੇ ਨੇ 2-2 ਲੱਖ ਰੁਪਇਆ ਕਮਾਉਣਾ ਉੱਥੇ ਜਾ ਕੇ, ਪਿੱਛੇ ਪੂਰੇ ਪਰਿਵਾਰ ਨੂੰ ਅਗਲੇ ਨੇ ਰੋਟੀ ਖਵਾ ਕੇ ਦੇਣੀ ਹੈ, ਦਵਾਈ ਆਉਣੀ ਬਜ਼ੁਰਗ ਦੀ ਉਹਨਾਂ ਪੈਸਿਆਂ ਨਾਲ। ਸਾਡੇ ਇੱਕ ਵੀਜ਼ਾ ਲਵਾਉਣ ਨਾਲ ਕਿੰਨੇ ਹੀ ਪਰਿਵਾਰ ਦੇ ਮੈਂਬਰਾਂ ਦੀ ਜ਼ਿੰਦਗੀ ਚੇਂਜ ਹੋ ਜਾਂਦੀ ਹੈ। ਸਡਨਲੀ ਰੋਟੀ ਪਾਣੀ ਚੇਂਜ ਹੋ ਜਾਂਦਾ, ਬੱਚਾ ਜਿੱਦਾਂ ਬਾਹਰ ਜਾਂਦਾ, ਕੱਪੜੇ ਪਾਉਣ ਦਾ ਤਰੀਕਾ ਚੇਂਜ ਹੋ ਜਾਂਦਾ, ਮੋਟਰਸਾਈਕਲ ਤੋਂ ਚੰਗਾ ਵਧੀਆ ਗੱਡੀਆਂ 'ਤੇ ਆ ਜਾਂਦੇ ਆ, ਲੋਕ ਸਮਾਜ ਦੇ ਵਿੱਚ ਇੱਜ਼ਤ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਹ ਇਕੱਲਾ ਵੀਜ਼ਾ ਨਹੀਂ ਹੈਗਾ, ਵੀਜ਼ੇ ਦੇ ਨਾਲ ਬਹੁਤ ਸਾਰੀਆਂ ਖੁਸ਼ੀਆਂ ਜੁੜੀਆਂ ਹੈਗੀਆਂ। ਇੱਕ ਕਾਲਰ, ਹੈਲੋ, 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 ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਜੀ? ਮੈਂ ਰਜਤ ਕੁਮਾਰ ਬਾਤ ਕਰ ਰਿਹਾ ਹਾਂ ਸਰ, ਯਮੁਨਾ ਨਗਰ ਸੇ। ਹਾਂਜੀ ਰਜਤ ਜੀ, ਕੀ ਜਾਨਣਾ ਚਾਹਤੇ ਹੈ? ਸਰ ਮੈਂ ਕੈਨੇਡਾ ਕਾ ਵੀਜ਼ਾ ਚਾਹਤਾ ਹੂੰ ਸਰ, ITI ਕੀ ਹੈ? ਮੈਨੇ ITI ਕੀ ਹੈ, ਆਈਲੈਟਸ ਕਰਾ ਆਪਣੇ ਕਰਨਾ ਅਭੀ? ਨਹੀਂ ਸਰ, ਪਲੱਸ 2 ਚ ਘੱਟ ਨੰਬਰ ਆ ਜੀ। ਪਲੱਸ 2 ਚ ਘੱਟ ਨੰਬਰ ਆ ਤੇ ਵੀਰ ਬੈਂਡ ਲੈ ਸਕਦਾ, ਆਈਲੈਟਸ ਕਰ ਸਕਦਾ ਕਿ ਨਹੀਂ ਕਰ ਸਕਦਾ? ਨੋ ਸਰ। ਪਿਤਾ ਜੀ ਕੀ ਕਰਦੇ ਤੁਹਾਡੇ? ਫਾਰਮਰ ਹੈ ਸਰ। ਫਾਰਮਰ ਹੈ, ਕਿੰਨੀ ਜ਼ਮੀਨ ਕਿੰਨੀ ਉਹਨਾਂ ਕੋਲ? ਐ ਸਰ 2 ਕਿੱਲਾ। ਤੋ ਉਮਰ ਕਿੰਨੀ ਹੈ ਆਪਕੀ? 21 ਸਾਲ ਹੈ ਸਰ। ਨਹੀਂ ਰਜਤ, ਆਈਲੈਟ ਹੀ ਕਰਨੀ ਪੈਣੀ ਵੀਰ, ਆਈਲੈਟ ਤੋਂ ਬਿਨਾ ਨਹੀਂ ਹੋਣਾ ਕੋਈ ਵੀ ਕੰਮ। ਆਸਟ੍ਰੇਲੀਆ ਕਾ ਵੀ ਕੰਮ? ਨਹੀਂ ਵੀਰ, ਨਹੀਂ, ਆਈਲੈਟ ਕੇ ਬਿਨਾ ਕੁਛ ਨਹੀਂ ਹੋਗਾ। ਹਮਾਰਾ ਨਾ 4 ਦਿਨ ਮੇ ਜਮੁਨਾ ਨਗਰ ਮੇ ਦਫ਼ਤਰ ਖੁੱਲ ਜਾਣਾ ਹੈ। ਅੱਛਾ ਸਰ। 4-5 ਦਿਨ ਮੇ ਜਮੁਨਾ ਨਗਰ ਮੇ ਦਫ਼ਤਰ ਖੁੱਲ ਜਾਊਗਾ, ਤੋ ਇੱਕ ਵਾਰ ਦਫ਼ਤਰ ਵਿਜ਼ਿਟ ਕਰ ਲੈਣਾ। ਆਪ ਸਰ ਮੈਂ ਹੀ ਕੰਮ? ਹਾਂ, ਮੈਂ ਜਬ ਓਪਨਿੰਗ ਹੋ ਗਈ ਅਗਲੇ 4-5 ਦਿਨ ਮੇ, ਪਹਿਲੇ ਨਰਾਤੇ ਕੀ ਪਲਾਨ ਕਰ ਰਹੇ ਹਾਂ, ਤੋ ਆ ਜਾਣਾ ਵਹਾਂ ਪੇ, ਆਪਕੋ ਸਾਰੀ ਜਾਣਕਾਰੀ ਦੇ ਦੇਂਗੇ। ਠੀਕ ਹੈ ਸਰ, ਥੈਂਕ ਯੂ। ਠੀਕ ਹੈ, ਧੰਨਵਾਦ।
ਵੀਰੇ ਜੀ ਮੈਂ ਜਦੋਂ ਦੇ ਤੁਹਾਡਾ ਇੰਟਰਵਿਊ ਕਰਨ ਲੱਗਾ ਮੇਰੇ ਕੋਲ ਪਰਸਨਲ ਬੜੇ ਸਵਾਲ ਲੋਕ ਕਹਿੰਦੇ ਨੇ ਵੀ ਇਹ ਸਾਡਾ ਸਵਾਲ ਪੁੱਛ ਕਿਉਂ ਨਹੀਂ ਜਾਣਗੇ, ਇੱਕ ਸਵਾਲ ਕਹਿੰਦੇ ਸਨ ਤੁਸੀਂ ਵੀ ਏਜੰਟ ਬਣ ਜਾਓ, ਅੱਧਾ ਕੁ ਤਾਂ ਮੈਨੂੰ ਮੈਂ ਤਾਂ ਆਪ ਹੀ ਦੱਸ ਦੇਣਾ ਉਹਨਾਂ ਨੂੰ ਵੀ ਇੱਦਾਂ ਨਾ ਕਰੋ, ਪੰਜਾਬ ਦੇ ਅੱਧੇ ਜਿਹੜੇ ਐਂਕਰ ਨੇ ਨਾ ਵੱਖਰੇ ਵੱਖਰੇ ਜਿਹੜੇ ਪਰ ਕੰਮ ਕਰਦੇ ਉਹਨਾਂ ਨੇ ਆਪਦੀਆਂ ਦੁਕਾਨਾਂ ਵੀ ਖੋਲੀਆਂ ਹੋਈਆਂ ਨੇ, ਮੈਨੂੰ ਵੀ ਲੋਕ ਮਜ਼ਾਕ ਕਰਨ ਲੱਗ ਪਏ ਇਸ ਗੱਲ ਦਾ। ਇੱਕ ਮਿੱਤਰ ਦਾ ਸਵਾਲ ਸੀਗਾ ਕਹਿੰਦਾ ਮੇਰਾ ਬ੍ਰਦਰ ਆਸਟ੍ਰੇਲੀਆ ਕੈਨੇਡਾ ਹੈਗਾ, ਚਲੋ ਕਿਸੇ ਮੁਲਕ 'ਚ ਹੋਊਗਾ, ਕਹਿੰਦਾ ਉਹ ਮੈਨੂੰ ਸਪੋਂਸਰ ਕਰਦਾ, ਉਹਦੇ ਘਰ 'ਚ ਕੋਈ ਈਵੈਂਟ ਹੋਊਗਾ ਜਾਂ ਕੋਈ ਪ੍ਰੋਗਰਾਮ ਕਰ ਰਿਹਾ ਫਿਰ ਹੀ ਸਪੋਂਸਰ ਕਰ ਸਕਦਾ ਜਾਂ ਮੈਨੂੰ ਨੋਰਮਲੀ ਵੀ ਸਪੋਂਸਰ ਕਰ ਸਕਦਾ? ਇਹ ਵਹਿਮ ਹੈਗੇ ਜੀ ਆਪਣੇ ਆਪਣੇ ਹਰ ਕਿਸੇ ਦੇ, ਜੇ ਉਹ ਉੱਥੇ ਵਧੀਆ ਵਾ, ਇੱਥੇ ਭਰਾ ਵਧੀਆ ਵਾ, ਚੰਗੀ ਨੌਕਰੀ ਆ, ਚੰਗੇ ਟੈਕਸ ਦਿੰਦਾ ਤਾਂ ਵੀਜ਼ਾ ਲੱਗ ਜਾਣਾ, ਬਾਕੀ ਈਵੈਂਟ ਜਿੰਨੇ ਮਰਜ਼ੀ ਬਣਾਈਓ, ਜੇ ਸਾਰਾ ਕੁਛ ਸੀ ਤੁਹਾਡੇ ਪੱਲੇ ਕੁਛ ਨਹੀਂ ਹੈਗਾ, ਤੁਸੀਂ ਕੰਮ ਇੱਥੇ ਕੋਈ ਨਹੀਂ ਕਰਦੇ, ਟੈਕਸ ਤੁਸੀਂ ਦਿੰਦੇ ਨਹੀਂ ਤਾਂ ਵੀਜ਼ਾ ਥੋੜ੍ਹੀ ਲੱਗ ਜਾਣੇ ਜੀ। ਹੈਲੋ ਹੈਲੋ, ਹਾਂਜੀ ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਪਠਾਨਕੋਟ ਤੋਂ ਬੋਲ ਰਿਹਾ, ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਣੀ ਸੀ ਵੀਰਾਂ ਨੂੰ। ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸਾਡੇ ਵੱਲੋਂ। ਹਾਂਜੀ ਬਾਈ, ਆਪਣੇ ਵਿਨੇ ਹੈਰੀ ਜੀ ਨਾਲ ਗੱਲ ਕਰਵਾਈ। ਹਾਂਜੀ ਹਾਂਜੀ, ਦੱਸੋ ਜੀ ਕੀ ਜਾਣਨਾ ਚਾਹੁੰਦੇ ਜੀ? ਸਰ ਐਕਚੁਅਲੀ ਨਾ ਮੈਂ ਕੈਨੇਡਾ ਲਈ ਅਪਲਾਈ ਕੀਤਾ ਸੀ। ਅੱਛਾ ਜੀ। ਤੇ ਮੇਰੇ ਨਾਲ ਤਿੰਨ ਰਿਫਿਊਜ਼ਲ ਆ ਗਈਆਂ। ਕਿਹੜਾ ਵੀਜ਼ਾ, ਸਟੱਡੀ ਵੀਜ਼ਾ ਲਾਇਆ ਸੀ ਵਿੱਚ? ਸਰ ਟੂਰਿਸਟ ਵੀਜ਼ਾ ਤੇ ਵਿਕਟਰ ਵੀਜ਼ਾ ਲਗਾਇਆ। ਅੱਛਾ, ਤਿੰਨ ਵਾਰੀ ਅਪਲਾਈ ਕਰਤਾ ਤੁਸੀਂ? ਹਾਂਜੀ ਸਰ। ਤੇ ਮੇਰੇ ਕੋ ਆਪਣੇ ਇੱਕ ਦੋ ਹਜ਼ਾਰ 17 ਚ ਕੀਤਾ ਜੀ, ਤੇ ਤਿੰਨ ਮਹੀਨੇ ਦਾ ਗੈਪ ਪਾ ਕੇ ਫਿਰ ਤਿੰਨ ਮਹੀਨੇ ਬਾਅਦ ਕੀਤਾ, ਤੇ ਮਤਲਬ ਤਿੰਨ ਮਹੀਨੇ ਦਾ ਗੈਪ ਪਾ ਕੇ ਕੀਤਾ। ਕਾਰਨ ਲਿਖਿਆ ਕਿ ਸਾਨੂੰ ਡਾਊਟ ਹੈ ਕਿ ਬੰਦੇ ਨੇ ਵਾਪਸ ਨੀ ਆਉਣਾ, ਇੱਕ ਵਾਰੀ ਆਹ ਦਿੱਤਾ, ਇੱਕ ਵਾਰੀ 10-12 ਲੱਖ ਰੁਪਇਆ ਆਪਾਂ ਅਕਾਊਂਟ ਚ ਸ਼ੋ ਵੀ ਕਰਵਾਇਆ, ਉਹਦੇ ਵਿਚ ਵੀ ਉਹਨਾਂ ਨੇ ਕਿਹਾ ਤਾਂ 50,000 ਰੁਪਇਆ ਘਟਾ। ਅੱਛਾ ਜੀ। ਹਾਂਜੀ ਮੈਰਿਡ, ਮੈਂ ਤੇ ਮੇਰੀ ਵਾਈਫ ਨੇ ਜਾਣਾ ਸੀ, ਉਦਾਂ ਸਿੰਗਾਪੁਰ ਮਲੇਸ਼ੀਆ ਮੈਂ ਥਾਈਲੈਂਡ ਉਦਾਂ ਘੁੰਮਾਇਆ, ਪਰ ਫਿਰ ਵੀ ਵੀਜ਼ਾ ਨਹੀਂ ਮਿਲਿਆ। ਭਾਜੀ ਵੀਜ਼ਾ ਤੁਹਾਨੂੰ ਤਾਂ ਨਹੀਂ ਮਿਲਦਾ ਪਿਆ, ਤੁਹਾਡੇ ਕੋਲ ਨਾ ਆਮਦਨ ਬਹੁਤੀ ਵਧੀਆ ਨਹੀਂ ਹੈਗੀ। ਜੇ 3 ਲੱਖ ਰੁਪਏ ਨੂੰ ਆਪਾਂ ਤਕਸੀਮ ਕਰ ਲਈਏ ਨਾ 12 ਤੇ, ਤੇ ਉਹ ਦੇਖੋ ਕਿੰਨੇ ਕੁ ਪੈਸੇ ਬਣਦੇ, 20-25,000 ਰੁਪਈਏ ਬਣਦਾ ਸਾਰਾ ਜੀ। ਤੇ ਤੁਸੀਂ ਸਮਝ ਸਕਦੇ ਹੋ ਕਿ ਜੇ ਇੱਕ ਵਾਰ ਕੈਨੇਡਾ ਜਾਣਾ ਤਾਂ 3-4 ਲੱਖ ਰੁਪਏ ਤਾਂ ਜਾਣ ਦਾ ਹੀ ਖਰਚਾ ਹੋ ਜਾਣਾ ਉੱਥੇ। ਹਾਂਜੀ। ਹੁਣ ਜੇ ਇੱਕ ਬੰਦਾ ਸਾਲ ਦੀ ਕਮਾਈ ਕੈਨੇਡਾ ਘੁੰਮਣ ਨੂੰ ਥੋੜੀ ਲਾ ਦੂਗਾ ਜੀ? ਹਾਂਜੀ ਹਾਂਜੀ, ਥੋੜਾ ਲੌਜੀਕਲੀ ਸਮਝੋ ਇਹਨੂੰ। ਤੇ ਸਰ ਇਹਦੇ ਲਈ ਮਤਲਬ ਕਿੰਨਾ ਕੁ ਫੰਡ ਚਾਹੀਦਾ? ਸਰ ਫੰਡ ਨਹੀਂ ਚਾਹੀਦਾ, ਤੁਹਾਡੀ ਆਮਦਨ 10 ਲੱਖ ਰੁਪਏ ਹੋਣੀ ਚਾਹੀਦੀ ਸਾਲ ਦੀ। ਸਾਲਾਨਾ ਆਮਦਨ 10 ਲੱਖ ਰੁਪਏ 10 ਲੱਖ ਰੁਪਏ ਘੱਟੋ ਘੱਟ ਹੋਣੀ ਚਾਹੀਦੀ ਤਾਂ ਜੋ ਤੁਸੀਂ ਕੈਨੇਡਾ ਘੁੰਮਣ ਜਾ ਸਕੋ ਜੀ। ਠੀਕ ਹੈ ਸਰ। ਤੁਹਾਡੀ ਦੁਕਾਨ ਤੇ ਕੋਈ ਬੰਦਾ ਸੌਦਾ ਲੈਣ ਆਊਗਾ, ਪੈਸੇ ਨਹੀਂ ਹੋਊਗੇ, ਤੁਸੀਂ ਉਹਨੂੰ ਵਾਪਸ ਹੀ ਭੇਜੋਗੇ ਨਾ? ਸਰ ਉਦਾਂ ਤੁਸੀਂ ਕਰਦੇ ਹੋ ਵੈਸੇ? ਨਹੀਂ ਅਸੀਂ ਸਾਰਾ ਕੁਛ ਕਰਦੇ ਹਾਂ ਭਾਜੀ, ਜਿਨ੍ਹਾਂ ਦੇ ਵੀਜ਼ੇ ਲੱਗਣੇ ਉਹੀ ਅਪਲਾਈ ਕਰਾਵਾਂਗੇ ਨਾ। ਹੁਣ ਤੁਹਾਡਾ 3 ਵਾਰੀ ਰਿਫਿਊਜ਼ ਹੋ ਚੁੱਕਾ, ਅਸੀਂ 4ਵੀਂ ਵਾਰੀ ਰਿਫਿਊਜ਼ ਨਹੀਂ ਕਰਾਉਣਾ ਚਾਹੁੰਦੇ, ਤੁਸੀਂ ਆਪਣੇ ਰਿਟਰਨ ਵਧਾਓ। ਮੇਰੀ ਗੱਲ ਸੁਣੋ ਨਾ, ਆਪਾਂ ਨੇ ਜ਼ਮੀਨ ਵੀ ਹੈਗੇ, ਜ਼ਮੀਨ ਦੇ ਕਾਗਜ਼ ਵੀ ਲਗਾਏ ਜੀ ਨਾਲ। ਤੁਹਾਡੀ ਆਮਦਨ ਕਿੰਨੀ ਸ਼ੋ ਕੀਤੀ ਸੀ ਤੁਸੀਂ ਸਾਲ ਦੀ, ਕਿੰਨੀ ਆਮਦਨ ਹੈ ਤੁਹਾਨੂੰ? ਆਮਦਨ ਸਰ ਆਪਾਂ 10-15 ਲੱਖ ਰੁਪਏ ਸ਼ੋ ਕੀਤੀ ਦੀ ਹੈ। ਸ਼ੋ ਕੀਤੀ ਦੀ ਕਿੱਦਾਂ ਕੀਤੀ ਦੀ? 3 ਲੱਖ ਦੀ ਰਿਟਰਨ ਹੈ, ਹੋਰ ਕੀ ਦਿਖਾਇਆ ਤੁਸੀਂ? ਰਿਟਰਨਾਂ ਦਿਖਾਈਆਂ, ਜ਼ਮੀਨ ਦੇ ਕਾਗਜ਼ ਲਗਾਏ ਨਾਲ, ਟੋਪੀ ਲਾਈ ਹੈ ਸਾਰੀ। ਹਾਂਜੀ। ਤੇ ਆਪਣੀ ਹੈਗੀ ਆ 10 ਕਿੱਲੇ ਜ਼ਮੀਨ ਵੀ ਹੈਗੀ ਆ। ਦੇਖੋ ਜਿੱਦਾਂ ਤੁਸੀਂ ਮੈਨੂੰ ਦੱਸਦੇ ਪਏ ਨਾ ਸਾਰਾ ਕੁਛ। ਹਾਂਜੀ ਹਾਂਜੀ, ਅੰਬੈਸੀ ਨੂੰ ਇਦਾਂ ਦੱਸਣਾ ਪੈਂਦਾ ਸਾਰਾ ਕੁਛ। ਹਾਂਜੀ ਸਰ, ਇਦਾਂ ਹੀ ਜਿੱਦਾਂ ਤੁਹਾਨੂੰ ਦੱਸ ਰਿਹਾ ਇਦਾਂ ਹੀ ਦੱਸਿਆ ਮੈਂ। ਸਰ ਤੁਹਾਨੂੰ ਟੈਲੀਫੋਨ ਆਇਆ ਸੀ ਉੱਥੋਂ? ਨਹੀਂ ਸਰ, ਫੋਨ ਨੀ ਮੈਨੂੰ ਆਇਆ, ਉਹ ਤੇ ਉਹਨਾਂ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਨਾਲ ਹੀ ਗੱਲ ਹੋਈ, ਜਿਹੜਾ ਮੈਂ ਇਧਰੋਂ ਲਵਾਇਆ। ਉਹਨਾਂ ਨੇ ਅੱਗੇ ਤੁਹਾਡਾ ਮੈਸੇਜ ਕਲੀਅਰ ਨਹੀਂ ਨਾ ਕੀਤਾ ਅੰਬੈਸੀ ਨੂੰ? ਹਾਂਜੀ ਹਾਂਜੀ ਹਾਂਜੀ, ਇਹ ਸਾਰੀਆਂ ਚੀਜ਼ਾਂ ਨਾ ਕਵਰਿੰਗ ਲੈਟਰ 'ਚ ਲਿਖ ਕੇ ਦੇਈ ਦੀਆਂ। ਹਾਂਜੀ, ਜੇ ਕਿਸੇ ਨੂੰ ਹਾਲ ਚਾਲ ਪੁੱਛਣਾ ਹੋਵੇ ਚਿੱਠੀ ਦੇ ਵਿੱਚ, ਫਿਰ ਪੁੱਛਦੇ ਆ ਨਾ ਵੀ ਕਿੱਦਾਂ ਤੇਰੇ ਸੱਟ ਲੱਗੀ ਸੀ, ਹੁਣ ਸੱਟ ਠੀਕ ਹੋ ਗਈ ਹੋਗੀ? ਹਾਂਜੀ ਹਾਂਜੀ ਹਾਂਜੀ, ਅਸੀਂ ਕਾਮਨਾ ਕਰਦੇ ਹਾਂ ਮਹਾਰਾਜ ਨੂੰ ਕਿ ਤੇਰੀ ਸੱਟ ਜਲਦੀ ਠੀਕ ਹੋ ਜਾਵੇ। ਜਦੋਂ ਅਸੀਂ ਚਿੱਠੀ ਲਿਖਦੇ ਹਾਂ ਉਹਦੇ ਸਾਰਾ ਕੁਛ ਲਿਖਦੇ ਆ ਨਾ, ਕਿਉਂਕਿ ਵਨ ਸਾਈਡਡ ਹੁੰਦਾ ਵਾ। ਅਸੀਂ ਆਪਣੇ ਵੱਲੋਂ ਸਾਰੇ ਸਵਾਲ ਜਵਾਬ ਇਕੱਠੇ ਲਿਖ ਕੇ ਭੇਜਣੇ ਆ ਅੰਬੈਸੀ ਨੂੰ। ਹੁਣ ਮੈਨੂੰ ਸਰ ਮੈਨੂੰ ਗਾਈਡ ਕਰੋ ਥੋੜਾ ਜਿਹਾ ਕਿ ਇਹਦੇ ਵਾਸਤੇ ਮੈਨੂੰ ਕੀ ਕਰਨਾ ਪਊਗਾ। ਕੁਛ ਨੀ ਭਾਜੀ, ਇੱਕ ਵਾਰ ਸਾਰੇ ਕਾਗਜ਼ ਲੈ ਕੇ ਸਾਡੇ ਕੋਲ ਚੰਡੀਗੜ੍ਹ ਆਓ,
ਚੰਡੀਗੜ੍ਹ ਜਾਂ ਜਲੰਧਰ? ਨਹੀਂ ਚੰਡੀਗੜ੍ਹ, ਚੰਡੀਗੜ੍ਹ ਆਉਣਾ ਪੈਣਾ ਜੀ, ਡਾਕਟਰ ਸਾਰੇ ਚੰਡੀਗੜ੍ਹ ਆ ਸਾਡੇ ਕੋਲ ਇਹਦੇ ਵਾਸਤੇ ਜੀ। ਅੱਛਾ ਅੱਛਾ, ਹਾਂਜੀ ਠੀਕ ਠੀਕ ਠੀਕ। ਕਿੱਥੇ ਦੁਕਾਨ ਕਿੱਥੇ ਤੁਹਾਡੀ? ਸਰ ਆਪਣੀ ਹੈਗੀ ਮਾਲ ਟਾਊਨ। ਅੱਛਾ ਮਾਲ ਟਾਊਨ ਹੈ ਜੀ, ਹਾਂਜੀ ਹਾਂਜੀ। ਆ ਜਾਓ ਕਿਸੇ ਦਿਨ ਕਾਗਜ਼ ਲੈ ਕੇ ਆ ਜਾਓ ਚੰਡੀਗੜ੍ਹ ਜੀ। ਤੇ ਮੈਂ ਤਾਂ ਬੜਾ ਹੀ ਜਾਂਚ ਉਹੀ ਮੈਂ ਤਾਂ ਘੁੰਮਣਾ ਫਿਰਨਾ ਹੀ ਉੱਦਾਂ, ਕੋਈ ਇੱਦਾਂ ਦੀ ਕੋਈ ਗੱਲ ਨਹੀਂ, ਪਰ ਪਤਾ ਨਹੀਂ ਕਿਉਂ ਤਾਂ ਭਾਵੇਂ ਇੱਦਾਂ ਦੀ ਵੀ ਹੋਵੇ, ਸਾਡਾ ਤਾਂ ਕੰਮ ਹੀ ਇਹੀ ਹੈ ਨਾ। ਹਾਂਜੀ ਹਾਂਜੀ ਹਾਂਜੀ, ਅਸੀਂ ਤਾਂ ਤੁਹਾਨੂੰ ਹੁਣ ਰਸਤਾ ਦੱਸਣਾ ਵੀ ਇਹਦਾ ਹੱਲ ਕੀ ਆ। ਹਾਂਜੀ ਇਹਦਾ ਹੱਲ ਨਿਕਾਲੋ ਤੁਸੀਂ, ਸਮੱਸਿਆ ਤੁਸੀਂ ਸਾਨੂੰ ਦੱਸਤੀ। ਹਾਂਜੀ ਮੈਂ ਤੁਹਾਨੂੰ ਕਲੀਅਰ ਦੱਸਤਾ, ਅਸੀਂ ਤੁਹਾਨੂੰ ਹੱਲ ਨਹੀਂ ਦੇ ਸਕਦੇ ਫਿਰ ਸਾਡੀ ਨਲਾਇਕੀ ਹੈ ਨਾ। ਹੁਣ ਤੁਸੀਂ ਕੱਪੜਾ ਵੇਚਦੇ ਤੇ ਕੱਪੜੇ ਦਾ ਤੁਹਾਨੂੰ ਪਤਾ, ਅਸੀਂ ਤਾਂ ਵੀਜ਼ਾ ਲਵਾਉਂਦੇ, ਸਾਨੂੰ ਵੀਜ਼ਾ ਦਾ ਪਤਾ ਜੀ। ਹਾਂਜੀ ਹਾਂਜੀ ਹਾਂਜੀ, ਤੁਸੀਂ ਆਪਦੇ ਕਾਗਜ਼ ਲੈ ਕੇ ਚੰਡੀਗੜ੍ਹ ਆਓ ਕਿਸੇ ਦਿਨ। ਠੀਕ ਹੈ ਸਰ, ਨਾਲੇ ਸਾਰਾ ਕੁਝ ਸਮਝੋ, ਨਾਲੇ ਝੀਲ ਝੂਲ ਤੇ ਘੁੰਮ ਕੇ ਜਾਓ ਚੰਡੀਗੜ੍ਹ। ਕਦੋਂ ਮਿਲਦੇ ਸਰ? ਤੁਸੀਂ ਆ ਜਾਓ ਮੰਗਲ ਬੁੱਧਵਾਰ ਤੇ ਵੀਰਵਾਰ, ਤਿੰਨ ਦਿਨ ਹੋਣਾ ਜੀ ਚੰਡੀਗੜ੍ਹ। ਮੰਗਲ ਬੁੱਧ ਵੀਰ, ਹਾਂਜੀ ਹਾਂਜੀ ਠੀਕ ਹੈ ਸਰ। ਇਹ ਦੁਕਾਨ ਤੁਹਾਡੀ ਵਧੀਆ ਚੱਲ ਰਹੀ ਹੈ ਜੀ? ਹਾਂਜੀ ਹਾਂਜੀ ਬਹੁਤ ਵਧੀਆ ਜੀ। ਗਰਮੀ ਵਾਲੇ ਕੱਪੜਿਆਂ ਦੀ ਸੇਲ ਸੂਲ ਲਾਈਕ ਨਹੀਂ ਹੈ ਜੀ? ਮੈਂ ਕਹਿੰਦਾ ਭਾਈ ਵਟਸਐਪ ਨੰਬਰ ਦਿਓ, ਤੁਹਾਨੂੰ ਸੈਂਡ ਕਰ ਦਿੰਦੇ ਆ। ਅੱਛਾ, ਸੈਂਪਲ ਵੀ ਅੱਜ ਕੱਲ ਆਨਲਾਈਨ ਸਾਰਾ ਕੁਝ ਹੋ ਗਿਆ ਜੀ। ਹਾਂਜੀ ਹਾਂਜੀ ਭਾਈ, ਇਹ ਹੋਲਸੇਲ ਰਿਟੇਲ ਇਕੱਠਾ ਹੀ ਹੈ ਮੇਰੇ ਕੋਲ। ਠੀਕ ਹੈ ਜੀ, ਚਲੋ ਕੋਈ ਨਹੀਂ, ਤੁਸੀਂ ਵਿਜ਼ਿਟ ਕਰੋ ਆਫਿਸ ਵਿਨੇ ਹਰੀ ਜੀ ਦੇ, ਤੁਹਾਨੂੰ ਵਧੀਆ ਸਲਾਹ ਦੇਣਗੇ ਔਰ ਤੁਹਾਡਾ ਸੁਪਨਾ ਜਿਹੜਾ ਕੈਨੇਡਾ ਦਾ ਮੈਨੂੰ ਲੱਗਦਾ ਉਹ ਵੀ ਪੂਰਾ ਕਰ ਦੇਣਗੇ। ਹਾਂਜੀ ਹਾਂਜੀ, ਚੰਗਾ ਜੀ, ਮਿਹਰਬਾਨੀ। ਅੱਛਾ ਇੱਕ ਇੱਕ ਗੱਲ, ਸਵਾਲ ਹੋਰ ਮੈਂ ਤੁਹਾਡੇ ਤੋਂ ਪੁੱਛਦਾ, ਚਲੋ ਨਿੱਜੀ ਸਵਾਲ ਹੈ, ਬਾਹਰ ਜਾਣਾ ਕਿਉਂ ਚਾਹੁੰਦੇ ਹੋ? ਤੁਹਾਡਾ ਇੱਥੇ ਹੋਲਸੇਲ ਦਾ ਕੰਮ ਵੀ ਹੈਗਾ, ਦੁਕਾਨ ਵੀ ਹੈਗੀ। ਸਰ ਮੈਂ ਬਾਹਰ ਜਾਣਾ ਨਹੀਂ ਚਾਹੁੰਦਾ, ਮੈਂ ਘੁੰਮ ਫਿਰ ਜਾਣਾ ਚਾਹੁੰਦਾ। ਇੰਡੀਆ ਘੁੰਮੇ ਹੋ ਸਾਰਾ? ਇੰਡੀਆ ਵੀ ਮੋਸਟਲੀ ਘੁੰਮ ਹੀ ਲਿਆ ਤੇ ਆਪਾਂ ਸਿੰਗਾਪੁਰ, ਮਲੇਸ਼ੀਆ, ਏਦਾਂ ਥੋੜੀ ਬਹੁਤੀ ਕੰਟਰੀ ਘੁੰਮ ਲਈ ਆ ਤੇ ਮੇਰੀ ਸਿਸਟਰ ਰਹਿੰਦੇ ਉੱਥੇ, ਮੈਂ ਤਾਂ ਕਰਕੇ ਥੋੜਾ ਮੈਂ ਕਿਹਾ ਚਲੋ ਬਰਥਡੇ ਹੀ ਪਿਛਲੇ ਹਫ਼ਤੇ ਤੇ ਆਪਾਂ ਜਾ ਨਹੀਂ ਪਾਏ ਤੇ ਮੈਂ ਕਿਹਾ ਚਲੋ ਫਿਰ ਨੈਕਸਟ ਟਾਈਮ ਸਹੀ ਜਦੋਂ ਰੱਬ ਨੇ ਸੱਦੇਗਾ। ਇੱਥੇ ਕੇਕ ਕੱਟਿਆ ਫਿਰ ਉਹਨਾਂ ਦਾ ਆਨਲਾਈਨ? ਹਾਂਜੀ ਹਾਂਜੀ ਜ਼ਰੂਰ ਕੱਟਿਆ ਜੀ। ਚਲੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ, ਤੁਹਾਡੇ ਸਾਰੇ ਪਰਿਵਾਰ ਨੂੰ ਵੀ, ਔਰ ਕੋਸ਼ਿਸ਼ ਕਰੋ ਵਿਜ਼ਿਟ ਕਰੋ ਵੀ ਨਿਹਰੀ ਜੀ ਦੇ ਆਫਿਸ ਔਰ ਸਲਾਹ ਲਾਉਣ ਤੋਂ ਵਧੀਆ, ਔਰ ਤੁਹਾਡਾ ਸੁਪਨਾ ਮੈਨੂੰ ਲੱਗਦਾ ਸਾਕਾਰ ਜ਼ਰੂਰ ਹੋਊਗਾ। ਠੀਕ ਹੈ ਸਰ ਜੀ, ਧੰਨਵਾਦ ਜੀ। ਵੀਰੇ ਜੀ, ਲੋਕ ਬੜੇ ਖੁਸ਼ੀ ਦੇ ਨਾਲ ਫੋਨ ਕਰਦੇ ਆ ਤੁਹਾਨੂੰ, ਬੜੀ ਆਸ, ਬੜਾ ਪੋਜ਼ਿਟਿਵ ਇੱਕ ਲੋਕਾਂ ਦੇ ਵਿੱਚ ਹੁੰਦਾ ਹੈ। ਹੁਣ ਲੋਕ ਮੈਨੂੰ ਵੀ ਗਾਲਾਂ ਕੱਢਣਗੇ, ਕਹਿੰਦੇ ਐਂਕਰ ਉਹਦੀ ਬੋਲੀ ਬੋਲਣ ਲੱਗ ਪਿਆ ਥੋੜੇ ਦਿਨਾਂ ਬਾਅਦ, ਹੈ ਨਾ, ਪਰ ਸੱਚਾਈ ਵੀ ਹੈਗੀ ਹੈ ਕਿਤੇ ਨਾ ਕਿਤੇ। ਚਲੋ ਇੰਨੀਆਂ ਕਾਲਸ ਆਉਂਦੀਆਂ ਵਿੱਚੋਂ ਦੋ ਚਾਰ ਤਾਂ ਸੱਚੇ ਹੋਣਗੇ, ਨਹੀਂ ਸਾਰੇ ਸੱਚੇ ਹੁੰਦੇ। ਕਾਲ ਸੈਂਟਰ ਤਾਂ ਨਹੀਂ ਬਣਾਇਆ ਕਿਤੇ? ਨਹੀਂ, ਆਂਡੇ ਫੋਨ ਦੇਖੋ, ਹੁਣ ਫਿਰ ਦੁਬਾਰਾ ਜਾਣਾ, ਹੁਣ ਚੁਕਾਓ, ਅਗਲੇ ਕਾਲ ਚੁਕਾਓ, ਦੇਖੋ। ਹੈਲੋ ਹੈਲੋ ਤੁਸੀਂ ਸਰਦਾਰ ਜੀ ਨੂੰ ਭੇਜਣਾ? ਸਰਦਾਰ ਜੀ ਨੂੰ ਕੀ, ਤੁਹਾਡੇ ਕੀ ਲੱਗਦੇ ਨੇ? ਮੈਂ ਆਪਣੇ ਸਰਦਾਰ ਜੀ ਨੂੰ ਭੇਜਣਾ। ਤੁਸੀਂ ਤੁਸੀਂ ਆਪਣੇ ਪਤੀ, ਆਪਣੇ ਹਸਬੰਡ ਨੂੰ ਭੇਜਣਾ ਚਾਹੁੰਦੇ ਜੀ? ਹਾਂਜੀ ਹਾਂਜੀ। ਕੀ ਕੰਮ ਕੀ ਕਰਦੇ ਨੇ ਉਹ? ਉਹ ਸਾਊਦੀ ਅਰਬ ਤੇ ਗਏ ਹੈ ਤੇ ਭਰਾਈ ਜਾਂਦੇ ਨੇ, ਕਹੇ ਤੇ ਦਿੰਦੇ ਨਹੀਂ ਹੈਗੇ। ਨਹੀਂ ਪੈਸੇ ਕੌਣ ਨਹੀਂ ਦਿੰਦਾ ਤੁਹਾਡੇ? ਉੱਥੇ ਜਿੱਥੇ ਕੰਮ ਕਰਦੇ ਨੇ ਕੰਪਨੀ 'ਚ। ਅੱਛਾ ਜੀ, ਹਾਂਜੀ ਉਹ ਪੈਸੇ ਦਿੰਦੇ ਨੇ, ਭਰਾਈ ਜਾਂਦੇ ਨੇ। ਵਾਪਸ ਮੰਗਾ ਲੋ ਜੀ, ਇੱਥੇ ਕਰ ਲੋ ਫਿਰ ਕੁਛ ਜੀ। ਹਾਂਜੀ ਅਸੀਂ ਤਾਂ ਪਤਾ ਲੱਗੂਗਾ ਜੀ ਕੀ ਕੰਮ ਕਰਦੇ ਨੇ, ਪੜ੍ਹੇ ਲਿਖੇ ਨੇ, ਫੇਰ ਹੀ ਭੇਜਾਂਗੇ ਜੀ। ਬਾਹਰ ਜੀ ਪਹਿਲਾਂ ਕੋਈ ਰਿਸ਼ਤੇਦਾਰ, ਭੈਣ ਭਰਾ, ਸੱਜਣ ਮਿੱਤਰ ਰਹਿੰਦਾ ਕੋਈ? ਹਾਂਜੀ ਮੰਗਾ ਲੋਗੇ, ਰਾਹਦਾਰੀ ਮੰਗਾ ਲੋਗੇ ਕਿਸੇ ਕੋਲੋਂ ਕੋਈ? ਤੁਹਾਨੂੰ ਇੰਡੀਆ ਨੂੰ
ਉਦਾਂ ਉਦਾਂ ਕਦ ਆਉਣਾ ਉਹਨਾਂ ਨੇ ਦੀਵਾਲੀ ਦਵਾਲੀ 'ਤੇ ਆਉਣਾ ਦੀਵਾਲੀ 'ਤੇ ਨਵੇਂ ਸਾਲ 'ਤੇ ਹਾਂਜੀ ਨਹੀਂ ਜੀ ਹਾਲ ਤਾਂ ਬਹੁਤ ਤੁਸੀਂ ਗੱਲ ਕਰ ਲੈ ਜੀ ਫਿਰ ਹਾਂਜੀ ਦੇ ਦਿਓ ਨੰਬਰ ਦੇ ਦਿਓ ਭੈਣ ਜੀ ਉਹਨਾਂ ਨੂੰ ਬੜੇ ਆਸਪੰਦ ਨੇ ਲੋਕ ਬਹੁਤ ਸਾਰੇ ਦੇਖੇ ਨੇ ਫਿਲਮਾਂ ਦੇ ਵਿੱਚ ਤੁਸੀਂ ਕਦੀ ਸੋਚਿਆ ਤੁਹਾਡੇ ਵਰਗੇ ਸੋਹਣੇ ਸਰਦਾਰ ਆਉਂਦੇ ਜੀ ਪੱਗਾਂ ਵਾਲੇ ਸਾਨੂੰ ਮੋਟੇ ਬੰਦੇ ਨੂੰ ਕੌਣ ਲਊਗਾ ਫਿਲਮ ਨਹੀਂ ਇਹ ਕਰੈਕਟਰ ਜਿਹੜਾ ਤੁਹਾਡਾ ਹੈਗਾ ਮੈਨੂੰ ਲੱਗਦਾ ਹੈ ਵੀ ਇਹ ਲੋਕਾਂ ਤੱਕ ਇੱਕ ਵਾਰੀ ਹੈਲੋ ਹਾਂਜੀ ਕੌਣ ਬੋਲ ਰਹੇ ਜੀ ਕਿੱਥੋਂ ਬੋਲ ਰਹੇ ਹੋ ਹਾਂਜੀ ਨਮਸਕਾਰ ਜੀ ਅਸੀਂ ਅੰਬਾਲੇ ਤੋਂ ਬੋਲ ਰਹੇ ਹਾਂ ਜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਰਮੇਸ਼ ਕੁਮਾਰ ਹੈ ਜੀ ਹਾਂਜੀ ਰਮੇਸ਼ ਕੁਮਾਰ ਜੀ ਕੀ ਜਾਣਨਾ ਚਾਹੁੰਦੇ ਜੀ ਮੈਂ ਇਹੀ ਕਹਿਣਾ ਚਾਹੁੰਦਾ ਸੀ ਉਹ ਗੁੜੀਆ ਦੇ ਨਾ ਅੱਜ ਸਾਡਾ ਰਿਜ਼ਲਟ ਆਇਆ ਸੀ 5:30 ਦਾ ਆਏ ਨੇ ਕੈਨੇਡਾ ਬਾਰੇ ਪੁੱਛਣਾ ਚਾਹੁੰਦੇ ਸੀ ਅੱਛਾ ਜੀ ਕਿੰਨੀ ਪੜ੍ਹੀ ਕਿੰਨਾ ਜੀ ਗੁੜੀਆ ਤੁਹਾਡੀ ਗੁੜੀਆ ਇੱਕ ਮਿੰਟ ਗੱਲ ਹੀ ਕਰ ਲਿਓ ਲੋਕ ਹਾਂਜੀ ਕਰਾ ਦਿਓ ਜੀ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਨਮਸਤੇ ਹਾਂਜੀ ਹਾਂਜੀ ਨਮਸਤੇ ਜੀ ਕਿੱਦਾਂ ਪੜ੍ਹੇ ਹੋਏ ਜੀ ਆਪ ਮੈਂ ਜੇਬੀਟੀ ਕਰੀ ਹੋਈ ਹੈ ਔਰ ਫਿਰ ਉਸਕੇ ਬਾਅਦ ਮੈਂ 4 ਸਾਲ ਦਾ ਮੇਰੇ ਪਾਸ ਐਕਸਪੀਰੀਅੰਸ ਹੈ ਟੀਚਿੰਗ ਦਾ ਪੜ੍ਹੇ ਪੜ੍ਹੇ ਕਿਤਨੇ ਹੋਏ ਜੀ ਆਪ मैंने कहते रही हूँ जेबीटी करी हुई जेबीटी से पहले क्या करा आपने उस प्लस टू जेबीटी उसके बाद 4 साल मैंने स्कूल में जॉब करी है अच्छा जी प्लस टू में सब्जेक्ट क्या जी आपके मेरे पास प्लस टू में वही हिस्ट्री थी और क्या कहते पब्लिक एड थी और हिंदी इंग्लिश पंजाबी और आइल्स में कितने बैंड आए आपके मेरे आज आए 5.5 5.5 आए थोड़े से और लेने पड़ेंगे आपको 6 करने पड़ेंगे जी फिर वीजा लगेगा ਕਿਸੇ ਤਰੀਕੇ ਉਹ ਲੋਕ ਭੇਜ ਦੀਏ ਜਿਹੜੇ ਨਹੀਂ ਜਾ ਸਕਦੇ ਹਰ ਇੱਕ ਬੰਦੇ ਦਾ ਟਾਰਗੇਟ ਹੁੰਦਾ ਜ਼ਿੰਦਗੀ ਦਾ ਕਰਨਾ ਕੀ ਅਸੀਂ ਡੈਡੀਕੇਸ਼ਨ ਹੈ ਸਾਡੀ ਕਿ ਪੰਜਾਬ 'ਚੋਂ ਜਿਹੜਾ ਵੀ ਬੱਚਾ ਬਾਹਰ ਜਾਣਾ ਚਾਹੁੰਦਾ ਉਹਦੇ ਸੁਪਨੇ ਜ਼ਰੂਰ ਸਾਕਾਰ ਹੋ ਜਾਣ ਜਿਹਦੇ ਕੋਲ ਘੱਟ ਪੈਸੇ ਉਹ ਘੱਟ ਪੈਸੇ ਨਾਲ ਚੱਲ ਜਾਵੇ ਜਿਹਦੇ ਕੋਲ ਬੈਂਡ ਨਹੀਂ ਹੈਗੀ ਉਹ ਘੱਟ ਬੈਂਡ ਨਾਲ ਚੱਲ ਜਾਵੇ ਜਿਹਦਾ ਰਿਫਿਊਜ਼ ਹੋ ਗਿਆ ਉਹ ਜ਼ਰੂਰ ਚਲੇ ਜਾਵੇ ਇਸ ਕਰਕੇ ਤੁਹਾਡੇ ਚੈਨਲ ਦੇ ਨਾਲ ਜਾਂ ਹੋਰ ਵੀ ਜਿਹੜੀਆਂ ਚੀਜ਼ਾਂ ਅਸੀਂ ਯੂਜ਼ ਕਰਦੇ ਹਾਂ ਮਾਰਕੀਟਿੰਗ ਲਈ ਸਾਰਿਆਂ ਥਰੂ ਇਹੀ ਮੈਸੇਜ ਦਿੰਦੇ ਹਾਂ ਲੋਕਾਂ ਨੂੰ ਕਿ ਜਿਹੜਾ ਬੱਚਾ ਰਿਫਿਊਜ਼ਲ ਹੋ ਗਿਆ ਤੁਹਾਡਾ ਵਿਜ਼ਟਰ ਵੀਜ਼ਾ ਰਿਫਿਊਜ਼ ਹੋਇਆ ਸਟੂਡੈਂਟ ਹੋਇਆ ਉਹ ਬੰਦਾ ਸਾਡੇ ਕੋਲ ਜ਼ਰੂਰ ਆਇਓ ਅਸੀਂ ਇੱਦਾਂ ਦੇ ਕੇਸਾਂ ਨੂੰ ਚੈਲੰਜ ਦੇ ਤੌਰ ਦੇ ਉੱਤੇ ਕੰਮ ਕਰਦੇ ਹਾਂ ਹੈਲੋ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਜੀ ਅਸੀਂ ਗੜਸ਼ਿੰਗਰ ਤੋਂ ਬੋਲਦੇ ਹਾਂ ਥੋੜਾ ਉੱਚੀ ਬੋਲੋ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਪਾਈ ਮੈਂ ਕਿਹਾ ਅਸੀਂ ਗੜਸ਼ਿੰਗਰ ਤੋਂ ਬੋਲਦੇ ਜੇ ਇੱਦਾਂ ਕੈਨੇਡਾ ਦਾ 10 ਸਾਲ ਦਾ ਮਲਟੀਪਲ ਵੀਜ਼ਾ ਲਵਾਉਣਾ ਹੋਵੇ ਉਹਦਾ ਕੀ ਹਿਸਾਬ ਆ ਉਹਦਾ ਹਿਸਾਬ ਹੈ 50,000 ਰੁਪਏ ਲੈਂਦੇ ਹਾਂ ਜੀ ਅਸੀਂ ਕੰਮ ਕਰਾਉਣ ਦਾ ਆਪਣੇ ਬ੍ਰਦਰ ਨੂੰ ਮਿਲਣ ਦੇ ਵੀਜ਼ਾ ਲੱਗ ਜੂਗਾ ਜੀ ਤੁਹਾਡਾ ਥੋੜਾ ਜਿਹਾ ਮੈਨੂੰ ਤੁਹਾਡੇ ਬਾਰੇ ਮੈਂ ਜਿੰਨੀ ਪੜਤਾਲ ਉਰਦੂ ਦਾ ਕਹਿੰਦੇ ਬੜਾ ਸ਼ੌਕ ਹਾਂਜੀ ਥੋੜਾ ਜਿਹਾ ਸ਼ੌਕ ਹੈਗਾ ਜੀ ਉਰਦੂ ਪੜ੍ਹਨ ਦਾ ਉਰਦੂ ਲਿਖਣ ਦਾ ਉਰਦੂ ਸੁਣਨ ਦਾ ਜੀ ਮੈਂ ਚਾਹੁੰਦਾ ਕਿ ਅੱਜ ਕੁਛ 2-4 ਲਾਈਨਾਂ ਜੋ ਲਿਖੀਆਂ ਕਿਤੇ ਕੁਛ ਹਾਂਜੀ
ਉਹ ਸੁਣਾਓ ਅੱਜ ਦਰਸ਼ਕਾਂ ਨੂੰ। ਨਹੀਂ ਰਹਿਣ ਦਿਓ, ਕੋਈ ਨਹੀਂ, ਕੰਮ ਵਾਲੀ ਗੱਲ ਕਰੀਏ, ਬੋਰ ਥੋੜੀ ਕਰਨਾ। ਨਹੀਂ, 2 ਮਿੰਟ ਲਈ ਇੱਕ ਅੱਧਾ। ਹਰ ਕਿਸੇ ਦਾ ਆਪਣਾ ਇੱਕ ਆਪਣਾ ਤਰੀਕਾ ਹੁੰਦਾ ਜੀ। ਉਰਦੂ ਜ਼ਬਾਨ ਇਹੋ ਜਿਹੀ ਆ, ਇਹੋ ਜਿਹਾ ਮਜ਼ਾ ਆਉਂਦਾ ਉਹਦੇ ਨਾਲ। ਤੁਸੀਂ ਸੂਫੀਅਤ ਨਾਲ ਜੁੜਦੇ ਹੋ, ਤੁਹਾਨੂੰ ਪਤਾ ਲੱਗਦਾ ਪੰਜਾਬੀ ਦਾ ਵਜੂਦ ਕੀ ਹੈਗਾ। ਜਿਹੜੇ ਲੋਕ ਪਾਕਿਸਤਾਨ 'ਚ ਰਹਿੰਦੇ ਨੇ, ਜਿਹੜੇ ਪੰਜਾਬੀ ਸੂਬਿਆਂ ਦੇ ਵਿੱਚ ਉੱਧਰ ਰਹਿੰਦੇ ਨੇ, ਉਹ ਜਦੋਂ ਬੋਲਦੇ ਨੇ ਬੜੀ ਮਿਠਾਸ ਹੈ ਉਹਨਾਂ ਦੀ ਜ਼ਬਾਨ ਦੇ ਵਿੱਚ। ਮੈਂ ਤਾਂ ਹੀ ਕਹਿੰਦਾ ਇੱਕ ਵਾਰੀ ਸੁਣਾ ਦਿਓ, ਇੱਕ ਵਾਰੀ 2 ਕਿਲੋ। ਨਹੀਂ ਰਹਿਣ ਦਿਓ, ਕੋਈ ਨਹੀਂ, ਫੇਰ ਸੁਣਾਵਾਂਗੇ, ਤਿਆਰੀ ਕਰਕੇ ਆਵਾਂਗੇ ਕਿਸੇ ਵੇਲੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਵੀਰ ਜੀ ਜਗਜੀਤ ਸਿੰਘ ਬੋਲਦਾ, ਸ਼੍ਰੀ ਚਮਕੌਰ ਸਾਹਿਬ ਤੋਂ ਜੀ। ਹਾਂਜੀ ਜਗਜੀਤ ਜੀ, ਕੀ ਪੁੱਛਣਾ ਚਾਹੁੰਦੇ ਹੋ? ਵੀਰ ਜੀ, ਆਪਾਂ ਤੁਸੀਂ ਸਟੱਡੀ ਵੀਜ਼ਾ ਹੀ ਕਰਾਉਂਦੇ ਹੋ ਕਿ ਹੋਰ ਵੀ ਕੋਈ ਕਰਵਾਉਂਦੇ ਹੋ, ਟੂਰਿਸਟ ਵਗੈਰਾ ਤਾਂ ਵਿਜ਼ਟਰ ਵੀਜ਼ਾ? ਘੱਟ ਕਰਦੇ, ਸਟੱਡੀ ਵੀਜ਼ਾ ਤੇ ਜ਼ੋਰ ਹੁੰਦਾ ਜੀ ਜ਼ਿਆਦਾ ਜੀ। ਹਾਂਜੀ, ਜ਼ਿਆਦਾ ਜ਼ਿਆਦਾ ਜ਼ੋਰ ਸਾਡਾ ਸਟੂਡੈਂਟ ਵੀਜ਼ਾ ਤੇ ਹੁੰਦਾ ਜੀ, ਪੜ੍ਹਾਈ ਵਾਲੇ ਤੌਰ ਤੇ ਭੇਜਦੇ ਹਾਂ ਜੀ, ਉਹ ਵੀਜ਼ਾ ਲੱਗ ਜਾਂਦਾ ਜੀ। ਅੱਛਾ, ਤਾਂ ਨਹੀਂ ਐਕਚੁਅਲੀ ਵੀਰ ਜੀ, ਮੈਂ ਕਰਦਾ ਜੋਬ, ਗੌਰਮੈਂਟ ਜੋਬ ਕਰਦਾ ਜੀ। ਅੱਛਾ ਜੀ, ਹਾਂ, ਮੈਂ ਤਾਂ ਵੈਸੇ ਘੁੰਮਣ ਬਾਰੇ ਪੁੱਛਣਾ ਸੀਗਾ, ਮੈਂ ਕਿਹਾ ਤਾਂ ਉਹ ਵੀ ਕਰਵਾਉਂਦੇ ਹੋਣਗੇ। ਹਾਂਜੀ, ਟੂਰਿਸਟ ਵੀਜ਼ਾ ਅਪਲਾਈ ਕਰ ਦਈਦਾ ਜੀ, ਜਿਹੜੇ ਲੋਕ ਸਰਕਾਰੀ ਨੌਕਰੀਆਂ ਚਾਹੇ, ਜਿਹਨਾਂ ਦਾ ਚੰਗਾ ਕਾਰੋਬਾਰ ਮਿਲ ਜਾਂਦਾ ਜੀ ਉਹਨਾਂ ਨੂੰ। ਹਾਂਜੀ ਵੀਰ ਜੀ, ਮੇਰੀ ਨਾ ਗੌਰਮੈਂਟ ਜੋਬ ਆ, 14-15 ਸਾਲ ਹੋ ਗਏ ਮੈਨੂੰ ਕਰਦੇ ਨੂੰ। ਪਹਿਲਾਂ ਗਏ ਹੋ ਕਿਸੇ ਕੰਟਰੀ ਤੁਸੀਂ? ਨਹੀਂ ਨਹੀਂ ਵੀਰ ਜੀ, ਕਿਤੇ ਨਹੀਂ ਗਿਆ ਜੀ। ਤੁਸੀਂ ਆਪਣੇ ਡਿਪਾਰਟਮੈਂਟ ਤੋਂ ਇੱਕ NOC ਲੈਣੀ ਹੈ, ਵੀਜ਼ਾ ਲੱਗ ਜਾਣਾ ਤੁਹਾਡਾ, 15 ਦਿਨ ਲੱਗਣੇ। ਹਾਂ ਜੀ, NOC ਮੈਂ ਲੈ ਲੂੰਗਾ ਵੀਰ ਜੀ, ਕਿੱਥੇ ਦਾ, ਮਤਲਬ ਜਿੱਥੇ ਦਾ ਆਸਾਨੀ ਜੇ ਨਾਲ ਲੱਗ ਜਾਵੇ। ਸਰਕਾਰੀ ਮੁਲਾਜ਼ਮ ਨੂੰ ਕੋਈ ਤੰਗ ਨਹੀਂ ਕਰਦਾ ਜੀ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਜਿੱਥੇ ਕਹੋਗੇ ਲੱਗ ਜਾਊਗਾ। ਯੂਰਪ ਵਗੈਰਾ ਦਾ ਹੋਵੇ ਚਾਹੇ ਕੈਨੇਡਾ ਦਾ ਹੋਵੇ, ਕਿਸੇ ਵੀ ਕੰਟਰੀ, ਕੈਨੇਡਾ ਦਾ ਜਾਓ ਇੱਕ ਵਾਰ ਘੁੰਮ ਲਓ, ਪੰਜਾਬੀ ਬੰਦੇ ਬਹੁਤ ਹੈਗੇ ਕੈਨੇਡਾ 'ਚ, ਤੁਹਾਡਾ ਦੋਸਤ ਮਿੱਤਰ ਬਥੇਰੇ ਹੋਣੇ ਆ ਇੱਥੇ। ਹਾਂਜੀ ਹਾਂਜੀ, ਹੈ ਫਰੈਂਡ ਹੈ, ਕੈਨੇਡਾ ਜਾਓ, 2 ਮਹੀਨੇ ਲਾਇਓ ਉੱਥੇ ਜੀ। ਤੇ ਮੈਨੂੰ ਕੀ ਕੁਛ ਡਾਕੂਮੈਂਟ ਚਾਹੀਦੇ ਨੇ ਵੀਰ ਜੀ, ਦੱਸ ਸਕਦੇ ਹੋ? ਤੁਹਾਡੀ 3 ਸਾਲ ਦੀਆਂ ਇਨਕਮ ਦੇ ਕਾਗਜ਼ ਚਾਹੀਦੇ ਆ, ਤੇ ਜਿਹੜੀ ਤੁਹਾਡਾ ਸੇਵਿੰਗ ਆ, GP ਫੰਡ ਵਗੈਰਾ, ਉਹਦੀਆਂ ਪ੍ਰੂਫ ਚਾਹੀਦੇ ਆ। ਹਾਂਜੀ, ਉਹਦੀ ਸਟੇਟਮੈਂਟ ਮਿਲ ਜੂਗੀ ਜੀ। ਤੁਸੀਂ ਡਿਪਾਰਟਮੈਂਟ ਤੋਂ NOC ਲੈਣੀ ਹੈ, ਇੱਕ ਛੁੱਟੀ ਮਨਜ਼ੂਰ ਕਰਾਣੀ ਹੈ ਜਿੰਨੀ ਦੇਰ ਤੁਸੀਂ ਉੱਥੇ ਰਹਿਣਾ। ਹਾਂਜੀ ਵੀਰ ਜੀ, ਪਤਾ ਕੀ, ਜਿਹੜੀ ਸਾਡਾ ਡਿਪਾਰਟਮੈਂਟ ਛੁੱਟੀ ਐਕਸ ਇੰਡੀਆ ਲਈ ਮਨਜ਼ੂਰ ਕਰਦਾ ਨਾ, ਉਹ ਵੀਜ਼ਾ ਲੱਗਣ ਤੋਂ ਬਾਅਦ ਕਰਦਾ ਜੀ। ਚਲੋ, ਤੁਸੀਂ NOC ਤਾਂ ਲੈ ਲਓ ਨਾ ਉਹਦੇ ਤੋਂ ਪਹਿਲਾਂ। ਹਾਂਜੀ, ਮੈਂ NOC ਲੈ ਦੂੰਗਾ ਵੀ, ਜੇ ਬਾਹਰ ਜਾਂਦਾ ਤਾਂ ਸਾਨੂੰ ਨਹੀਂ ਹੈਗਾ। ਬੱਚੇ 2 ਨੇ ਜੀ, 2 ਬੱਚਿਆਂ ਦੇ ਸਕੂਲ ਤੋਂ ਸਰਟੀਫਿਕੇਟ ਲੈ ਲਿਓ। ਇੱਕੋ ਬੱਚਾ ਪੜ੍ਹਦਾ ਜੀ, ਇੱਕ ਬੱਚਾ ਤਾਂ ਜੀ ਮੇਰਾ ਛੋਟਾ ਜੀ। ਹਾਂਜੀ, ਜਿਹੜਾ ਬੱਚਾ ਪੜ੍ਹਦਾ ਉਹਦੇ ਸਕੂਲ ਤੋਂ ਲੈਟਰ ਲੈ ਲਿਓ ਛੁੱਟੀ ਦੀ। ਸਕੂਲ ਤੋਂ ਲੈਟਰ ਚ ਕੀ ਲਿਖਾਉਣਾ ਜੀ? ਇਹੀ ਕਿ ਬੱਚੇ ਨੂੰ ਬਾਹਰ ਘੁੰਮਣ ਵਾਸਤੇ ਛੁੱਟੀ ਦਿੱਤੀ ਜਾ ਰਹੀ ਹੈ, 1 ਮਹੀਨੇ ਦੀ 2 ਮਹੀਨੇ ਦੀ, ਜਿੰਨੀ ਦੇਰ ਜਾਣਾ ਤੁਸੀਂ। ਠੀਕ ਹੈ ਸਰ, ਠੀਕ ਹੈ ਜੀ। ਜੇ ਸਰ ਮੈਂ ਮੰਨ ਲਓ ਫੈਮਿਲੀ ਬੇਸ ਤੋਂ ਇਲਾਵਾ ਮੈਂ ਇਕੱਲੇ ਨੇ ਆਪਣਾ ਲਾਉਣਾ ਹੋਵੇ, ਲੱਗ ਜੂਗਾ? ਇਕੱਲੇ ਵੀ ਲੱਗ ਜੂਗਾ, ਪਰਿਵਾਰ ਦੇ ਨਾਲ ਲਵਾ ਲਓ ਵੀਜ਼ਾ, ਚਲੇ ਭਾਵੇਂ ਇਕੱਲੇ ਜਾਇਓ, 10-10 ਸਾਲ ਦੇ ਮਿਲ ਜਾਣੇ ਸਾਰੇ। ਐਕਚੁਅਲੀ ਇਹਦੇ ਪਰਿਵਾਰ ਦੇ ਨਾ ਮੇਰੇ ਬੱਚਿਆਂ ਦੇ ਪਾਸਪੋਰਟ ਨਹੀਂ ਨਾ ਹੈਗੇ। ਚੰਡੀਗੜ੍ਹ ਆ ਜਾਓ, ਕਿਸੇ ਦਿਨ ਕਾਗਜ਼ ਲੈ ਕੇ ਤੁਹਾਨੂੰ ਇੱਕ ਚੈੱਕ ਲਿਸਟ ਦੇਵਾਂਗੇ, ਚਾਰ ਕੁ ਦਿਨ ਚ ਕਾਗਜ਼ ਪੂਰੇ ਕਰ ਲਿਓ, 15 ਦਿਨ ਚ ਵੀਜ਼ਾ ਮਿਲ ਜੂਗਾ। ਠੀਕ ਹੈ ਜੀ, ਆਪਣਾ ਮੋਸਟ ਆਫ ਸਰ ਕਿੰਨਾ ਕੁ ਖਰਚਾ ਆ ਜੂਗਾ ਜੀ? ਅਸੀਂ 50,000 ਰ
ਬਰਫ ਪੈ ਜਾਵੇ ਪਹਿਲਾਂ ਜਾਓ ਘੁੰਮੇ ਆਓ ਜਾ ਕੇ ਜੀ। ਠੀਕ ਹੈ ਸਰ, ਮੈਨੂੰ ਸਰ ਆਪਣਾ ਮਾੜਾ ਜਿਹਾ ਐਡਰੈਸ ਦੇ ਦੂੰਗਾ, ਮੈਂ ਸਰ ਤੁਹਾਡੇ ਵਿਜ਼ਿਟ ਕਰਾਂਗਾ। ਚੰਡੀਗੜ੍ਹ 17 ਸੈਕਟਰ ਜਿੱਥੋਂ ਫੁਹਾਰਾ ਚੱਲਦਾ ਜੀ, ਉੱਥੇ ਦਫ਼ਤਰ ਹੈ ਸਾਡਾ ਗਰਾਊਂਡ ਫਲੋਰ ਤੇ। ਠੀਕ ਹੈ ਸਰ, ਐਸਓ ਨੰਬਰ ਵਗੈਰਾ? ਹਾਂ ਜੀ, ਇਸ ਐਸਓ ਨੰਬਰ 73-74-75 ਜੀ। ਵੀਰੇ ਜੀ, ਡਿਮਾਂਡ ਬੜੀ ਆ ਰਹੀ ਹੈ, ਬਹੁਤ ਜ਼ਿਆਦਾ ਲੱਗਦਾ। ਇੱਕ ਨਹੀਂ ਡਿਮਾਂਡ ਮੈਂ ਦੂਜੀ ਕਹਿਣ ਲੱਗਾ ਸੀ ਵੀ ਇੱਕ ਲਾਈਨ ਸੁਣਾਓ ਮੇਰੇ ਲਈ, ਭਾਵੇਂ ਅੱਧੀ ਸੁਣਾਓ, ਉਰਦੂ ਦੇ ਵਿੱਚ ਮੈਂ ਸੁਣਨਾ ਚਾਹੁੰਦਾ। ਨਹੀਂ ਅੱਜ ਨਹੀਂ ਸੁਣਾਉਣਾ ਜੀ, ਅੱਜ ਅੱਜ ਮੇਰੀ ਬੱਸ ਹੋਈ, ਪਾਣੀ ਦਾ ਤੀਜਾ ਗਲਾਸ ਹੈ ਮੇਰਾ। ਮੈਂ ਪਾਣੀ ਹੋਰ ਮੰਗਵਾ ਦਿੰਦਾ, ਆਪਾਂ ਫਿਰ ਬੈਠਾਂਗੇ, ਚਾਹ ਵੀ ਮੰਗਵਾ ਦਿੰਦਾ, ਕਾਫੀ ਕਹੋਗੇ ਕਾਫੀ ਮੰਗਵਾ ਦਿੰਦਾ। ਪਰ ਮੁੱਦਾ ਕੀ ਹੈਗਾ, ਅੱਜ ਲੋਕ ਬਾਹਰ ਜਾਣੋ ਹਟਦੇ ਨਹੀਂ ਪਏ, ਔਰ ਸਾਨੂੰ ਲੋਕਾਂ ਨੂੰ ਸਹੀ ਸਲਾਹ ਦੇਣੀ ਪੈਣੀ ਹੈ। ਔਰ ਸਹੀ ਇਹ ਹੈ ਵੀ ਬਾਹਰ ਉਸ ਮੁਲਕ 'ਚ ਜਾਓ ਜਿਸ ਮੁਲਕ 'ਚ ਬੰਦਾ ਪੱਕਾ ਹੋ ਜਾਂਦਾ। ਅੱਜ ਬਾਹਰ ਜਾਣ ਦੀ ਦੌੜ ਹੈ ਤੇ ਦੌੜ ਦੇ ਵਿੱਚ 10 ਕੁ ਮੁਲਕ ਸ਼ਾਮਲ ਨੇ। ਜਦੋਂ ਬੰਦੇ ਨੂੰ ਵੀਜ਼ਾ ਨਹੀਂ ਮਿਲਦਾ ਉਹ ਸਿੰਗਾਪੁਰ ਵੀ ਚੜ ਜਾਂਦਾ। ਇੱਕ ਏਜੰਟ ਵੱਲੋਂ ਬੰਦੇ ਨੂੰ ਕਿਹਾ ਜਾਂਦਾ ਤੂੰ ਪਹਿਲਾਂ 6 ਮਹੀਨੇ ਸਿੰਗਾਪੁਰ ਲਾ ਲਾ, 6 ਮਹੀਨਿਆਂ ਬਾਅਦ ਉੱਥੋਂ ਕੈਨੇਡਾ ਚੱਲ ਜਾਏਗਾ। ਕੋਈ ਨਹੀਂ ਗਿਆ ਅੱਜ ਤੱਕ ਕੈਨੇਡਾ ਉੱਥੋਂ। ਸਮਾਂ ਲੋਕ ਇੱਥੇ ਖੱਜਲ ਹੋਈ ਜਾਂਦੇ ਪਏ, ਸਮਾਂ ਥੋੜਾ ਸਾਡੇ ਕੋਲ, ਆਪਾਂ ਕਾਲ ਇੱਕ ਆਖਰੀ ਕਾਲ ਲੈ ਲੈਨੇ। ਹੈਲੋ ਹੈਲੋ, ਹਾਂਜੀ ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ, ਰੂਪਨਗਰ ਤੋਂ ਬੋਲ ਰਹੇ ਹਾਂ ਜੀ। ਹਾਂਜੀ, ਰੂਪਨਗਰ ਤੋਂ ਬੋਲਦੇ ਜੀ, ਦੱਸੋ ਕੀ ਜਾਣਨਾ ਚਾਹੁੰਦੇ ਜੇ? ਸਰ ਜੀ, ਮੈਂ ਐਕਚੁਅਲੀ ਪਤਾ ਕਰਨਾ ਸੀਗਾ, ਮੈਂ 2008 ਪਲੱਸ 2 ਕੀਤੀ ਸੀਗੀ। ਅੱਛਾ ਜੀ, ਤੇ ਹੁਣ ਮੈਂ
ਕਿੰਨੇ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਗੈਪ ਐਕਸੈਪਟ ਕਰਦੇ ਹੋ? ਮੈਂ ਪੂਰਾ ਪੂਰਾ ਗੈਪ ਐਕਸੈਪਟ ਆ, ਤੁਸੀਂ ਸਿਰਫ ਹਾਈਲਾਈਟ ਕਰੋ, ਬਾਕੀ ਕੰਮ ਸਾਡਾ ਜੀ। ਹਾਂਜੀ ਮੈਂ ਤੁਹਾਡੇ ਆਫਿਸ ਪਹਿਲਾਂ ਗੱਲ ਕੀਤੀ ਸੀ, ਉਹ ਕਹਿੰਦੇ ਗੈਪ ਬਹੁਤ ਜ਼ਿਆਦਾ ਹੋ ਗਿਆ। ਕੋਈ ਗੱਲ ਨਹੀਂ, ਕੋਈ ਨਹੀਂ, ਤੁਸੀਂ ਮੇਰਾ ਨੰਬਰ ਲਾ ਤੁਹਾਡੇ ਕੋਲ ਹੈਗਾ, ਇੱਥੇ WhatsApp ਤੇ ਆਪਣੇ ਕਾਗਜ਼ ਭੇਜ ਦਿਓ, ਹਾਈਲਾਈਟ ਕਰ ਲਓ, 6 ਬੈਂਡ ਲੈ ਲਓ, ਜਿੱਦਣ ਆਜੂਗੇ ਮੈਨੂੰ ਮਿਲ ਲਿਓ। ਓਕੇ ਜੀ, ਥੈਂਕ ਯੂ ਸਰ ਜੀ। ਹਾਂਜੀ, ਬਾਕੀ ਰੂਪਨਗਰ ਅੱਗੇ ਆਈਦਾ ਸੀ, ਹੁਣ ਤੁਸੀਂ ਪੁੱਲ ਬਣਾਤਾ, ਹੁਣ ਆਉਂਦਾ ਹੀ ਨਹੀਂ ਰੂਪਨਗਰ ਜੀ। ਅੱਛਾ, ਹਰ ਵਾਰੀ ਲੰਘ ਜਾਈਦਾ ਜੀ ਹੁਣ ਤਾਂ। ਠੀਕ ਹੈ, ਓਕੇ ਸਰ, ਧੰਨਵਾਦ ਜੀ। ਨਹੀਂ, ਸਮਾਂ ਜਿਹੜਾ ਉਹ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਅਖੀਰ 'ਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਬਾਹਰ ਜਾਣਾ ਚਾਹੁੰਦੇ ਨੇ, ਕਿਹੜਾ ਇਨਟੇਕ ਹੈ? ਮੈਨੂੰ ਲੱਗਦਾ ਇੱਕ ਸ਼ਾਰਟ ਦੇ ਵਿੱਚ ਇੱਕ ਮੈਸੇਜ ਜ਼ਰੂਰ ਦੇ ਦੇਣਾ। ਅਸੀਂ ਇਹ ਵਪਾਰ ਕਰਦੇ ਹਾਂ, ਇਹ ਸਾਡਾ ਵੀ ਵਪਾਰ ਹੈ, ਇਹ ਤੁਹਾਡਾ ਵੀ ਵਪਾਰ ਹੈ ਬਾਹਰ ਜਾਣਾ, ਔਰ ਇਹ ਬਾਹਰਲੀਆਂ ਸਰਕਾਰਾਂ ਦਾ ਵੀ ਵਪਾਰ ਹੈ। ਸਮਝਣਾ ਪੈਣਾ ਵਾ ਇਹਦਾ ਫਾਇਦਾ ਕੀ ਹੈ ਔਰ ਇਹਦਾ ਨੁਕਸਾਨ ਕੀ ਹੈ। ਜੇ ਕੋਈ ਇਨਸਾਨ ਅੱਜ ਵਿਦੇਸ਼ ਜਾਣਾ ਚਾਹੁੰਦਾ, ਉਹਦਾ ਪਹਿਲੀ ਪ੍ਰਾਇਓਰਟੀ ਹੈ ਵੀ ਮੈਂ ਉੱਥੇ ਜਾ ਕੇ ਪੈਸੇ ਕਮਾ ਲਵਾਂ ਔਰ PR ਲੈ ਲਵਾਂ। ਜਿਸ ਕੰਟਰੀ 'ਚ PR ਨਹੀਂ ਹੋਣੀ, ਜਿਸ ਕੰਟਰੀ 'ਚ ਕੰਮ ਨਹੀਂ ਮਿਲਣਾ, ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ। ਅੱਜ ਕਨੇਡਾ ਨੰਬਰ 1 ਹੈ, ਕਿਉਂਕਿ ਉਹ ਪੋਲਿਸੀਆਂ ਸਰਕਾਰ ਦੀਆਂ ਵਧੀਆ ਉੱਥੇ ਦੀਆਂ। ਇਸ ਕਰਕੇ ਹੋਰ ਕਿਸੇ ਚੱਕਰ 'ਚ ਨਾ ਪਓ, 6 ਬੈਂਡ ਲੈ ਕੇ ਕਨੇਡਾ ਅਪਲਾਈ ਕਰੋ, ਤਾਂ ਜੋ ਆਪਣਾ ਔਰ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਪਾਓ। ਬੜੀ ਮਿੱਠੀ ਜ਼ਬਾਨ ਤੁਸੀਂ ਉਰਦੂ ਤੇ, ਮੇਰਾ ਮੈਨੂੰ ਨਹੀਂ, ਅੱਜ ਮੈਂ ਬੋਲਣਾ ਨਹੀਂ, ਸਮਝ ਨਹੀਂ ਆਉਣਾ ਮੈਨੂੰ। ਕੋਈ ਨਹੀਂ, ਮੈਂ ਅਗਲੇ ਦਿਨ ਤਿਆਰੀ ਕਰਕੇ ਆਉਂਗਾ ਜੀ। ਇੱਕ ਲਾਈਨ ਸੁਣਾ ਦਿਓ, ਕੋਈ ਸੁਣਾ ਦਿਓ, ਇੱਕ ਲਾਈਨ ਕਿਸੇ ਪੁਰਾਣੇ ਸ਼ਾਇਰ ਦੀ ਸੁਣਾ ਦਿਓ, ਕਿਸੇ ਦੀ ਸੁਣੀ ਹੋਵੇ ਉਹੀ ਸੁਣਾ ਦਿਓ। ਆਪਾਂ ਦੁਬਾਰਾ ਅਗਲੇ ਸ਼ੋਅ ਦੇ ਵਿੱਚ ਸਾਰੀ ਦੀ ਸਾਰੀ ਡਿਮਾਂਡ ਬਹੁਤ ਜ਼ਿਆਦਾ, ਡਿਮਾਂਡ ਆਈ ਵੀ ਜਿਹੜੀ ਹੈ ਉਹ ਹਾਈ ਕਮਾਂਡ ਤੋਂ ਆ, ਉਹ ਮੈਨੂੰ ਪੂਰੀ ਕਰਾਉਣੀ ਪੈਣੀ, ਜਿੱਦਾਂ ਮਰਜ਼ੀ ਕਰੋ ਮੇਰੇ ਵੱਲੋਂ, ਮੇਰੀ ਤਾਂ ਜਾਂਚ। ਧੰਨਵਾਦ ਤੁਹਾਡੇ ਸਾਰੇ ਦਰਸ਼ਕਾਂ ਦਾ ਔਰ ਦੋਸਤਾਂ ਦਾ, ਦੁਬਾਰਾ ਮਿਲਾਂਗੇ ਜਲਦੀ। ਨਹੀਂ, ਇੱਕ ਲਾਈਨ ਸੁਣਾ ਦਿਓ, ਕਿਸੇ ਦੀ ਸੁਣਾ ਦਿਓ, ਕਿਸੇ ਦੀ ਸੋਹਣੀ ਸੁਣਾਈ ਲਾਈਨ ਸੁਣਾ ਦਿਓ ਜੀ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜੀ, ਜਦੋਂ ਤੁਸੀਂ ਕਿਸੇ ਚੰਗੇ ਸ਼ਾਇਰ ਨੂੰ ਸੁਣਦੇ ਹੋ, ਚੰਗੇ ਗੀਤਕਾਰ ਨੂੰ ਸੁਣਦੇ ਹੋ, ਚੰਗੇ ਮੈਂਟਰ ਨੂੰ ਸੁਣਦੇ ਹੋ, ਆਪਣਾ ਆਪਣਾ ਟੇਸਟ ਹੁੰਦਾ। ਕਿਸੇ ਨੂੰ ਸੂਫੀ ਪਸੰਦ ਹੁੰਦਾ ਵਾ, ਕਿਸੇ ਨੂੰ ਜਾਇਜ਼ ਪਸੰਦ ਹੈ, ਕੋਈ ਕਲਾਸਿਕ ਸੁਣਦਾ। ਮੈਨੂੰ ਥੋੜ੍ਹੀਆਂ ਜਿਹੀਆਂ ਨਾ ਚੀਜ਼ਾਂ, ਕਹਿ ਲਓ ਮੋਟੀਵੇਸ਼ਨਲ ਚੀਜ਼ਾਂ ਪਸੰਦ ਆ ਜੀ। ਅਤੇ ਮੋਟੀਵੇਸ਼ਨ ਦੇ ਵਿੱਚ ਚੀਜ਼ਾਂ ਖਤਮ ਨਹੀਂ ਹੁੰਦੀਆਂ। ਵਪਾਰ ਕਰਦੇ ਹਾਂ ਅਤੇ ਵਪਾਰ ਦੇ ਮੂਲ ਮੰਤਰ ਹੁੰਦੇ ਆ, ਕੁਝ ਕੁ ਚੀਜ਼ਾਂ ਸੁੱਖੀਆਂ ਸੀਗੀਆਂ ਅਤੇ ਤੁਹਾਨੂੰ ਵੀ ਦੱਸ ਦਿੰਦੇ ਹਾਂ, ਇੱਕੋ ਲਾਈਨ 'ਚ ਖਤਮ ਹੋ ਜਾਂਦਾ ਜੀ। ਕਹਿੰਦੇ ਵਪਾਰ ਮੇਂ ਸਫਲ ਹੋਣੇ ਕੇ ਲੀਏ ਕੁਛ ਅਲੱਗ ਕਰੇ, ਸਭ ਸੇ ਪਹਿਲੇ ਕਰੇ। ਕਿਆ ਬਾਤ, ਜੋ ਵੀ ਤੁਸੀਂ ਜ਼ਿੰਦਗੀ 'ਚ ਕਰਨਾ, ਜੋ ਵੀ ਕੰਮ ਕਰਦੇ ਹੋ, ਉਹਦੇ ਵਿੱਚ ਕੁਛ ਨਵਾਂ ਲੈ ਕੇ ਆਓ ਅਤੇ ਪਹਿਲਾਂ ਲੈ ਕੇ ਆਓਗੇ ਤਾਂ ਦੁਨੀਆ ਮਗਰ ਚੱਲੂਗੀ ਤੁਹਾਡੇ। ਜੇ ਕਾਪੀ ਕਰੀ ਜਾਓਗੇ ਕੁਝ ਨਹੀਂ ਬਣਨਾ, ਕਿਸੇ ਦਾ ਮੂੰਹ ਲਾਲ ਆ, ਤੁਸੀਂ ਚਪੇੜਾਂ ਮਾਰ ਮਾਰ ਕੇ ਲਾਲ ਕਰੀ ਜਾ ਰਹੇ ਆਪਣਾ, ਤੁਹਾਡੇ ਸੱਟ ਹੀ ਲੱਗਣੀ। ਨਕਲ ਮਾਰ ਕੇ ਤੁਸੀਂ ਪਾਸ ਹੋ ਜਾਓਗੇ, ਕਦੀ ਫਸਟ ਨਹੀਂ ਆ ਸਕਦੇ। ਅਤੇ 4 ਸਾਲ ਪਹਿਲਾਂ ਹੀ ਸ਼ੁਰੂ ਕੀਤਾ ਸੀ, ਪੈਸੇ ਵੀਜ਼ਾ ਲੱਗਣੇ ਕੇ ਬਾਅਦ, ਸਾਰੇ ਪੈਸੇ ਵੀਜ਼ਾ ਲੱਗਣੇ ਕੇ ਬਾਅਦ, ਅੱਜ ਕਿੰਨੇ ਹੀ ਬੰਦੇ ਲਾਈਨ ਲਾ ਕੇ ਦੇਖੋ ਮਗਰ ਖੜ੍ਹੇ ਹੋ ਗਏ। ਜੇ ਦਮ ਸੀ ਤਾਂ ਉਦੋਂ ਨਹੀਂ ਕੀਤਾ ਕਿਸੇ ਨੇ। ਅੱਜ ਕੋਈ ਕਵੇ ਮੈਂ ਭਾਈ ਪੈਸੇ ਲਾਉਂਦਾ ਕੋਲੋਂ, ਕੋਈ ਨਹੀਂ ਲਾਉਂਦਾ ਜੀ, ਲੇਕਿਨ ਉਹਨੂੰ ਸਾਰੇ ਲਿਖੀ ਜਾਂਦੇ ਨੇ। ਇਸ ਕਰਕੇ ਵਪਾਰ ਹੈ, ਇਹ ਸਾਡਾ ਵਪਾਰ ਹੈ। ਕਿਤੇ ਨਾ ਕਿਤੇ ਸਾਡੀ ਕਾਲ ਵੀ ਕਮਰਸ਼ੀਅਲ ਹੁੰਦੀ ਹੈ, ਬਟ ਤੁਸੀਂ ਵੀ ਕਮਰਸ਼ੀਅਲ ਹੋਣਾ, ਤੁਸੀਂ ਉਸ ਏਜੰਟ ਤੋਂ ਫਾਈਲ ਲਾਉਣੀ ਹੈ ਜਿਹਨੇ ਤੁਹਾਨੂੰ ਹੌਸਲਾ ਦੇਣਾ, ਜਿਹਨੇ ਤੁਹਾਡੇ ਕਾਗਜ਼ ਦੇਖ ਕੇ ਤੁਹਾਡੇ 'ਤੇ ਡਿਸੀਜਨ ਲੈਣਾ, ਜਿਹਦੇ ਕੋਲ ਕੋਈ ਰਿਜ਼ਲਟ ਹੈ, ਜਿਹਨੇ ਕੋਈ ਵੀਜ਼ਾ ਲਿਆ ਵਾ। ਇਹ ਜ਼ਿੰਦਗੀ ਦਾ ਸਵਾਲ ਹੈ, ਇੱਕ ਜਣੇ ਦੀ ਨਹੀਂ, 10 ਜ਼ਿੰਦਗੀਆਂ ਦਾ ਸਵਾਲ ਹੈ। ਇੱਕ ਪਰਿਵਾਰ 'ਚੋਂ ਇੱਕ ਬੱਚਾ ਜਾਂਦਾ, ਉਹਦੇ ਨਾਲ 10 ਬੰਦਿਆਂ ਨੂੰ ਹੋਰ ਰੋਟੀ ਲੱਗਦੀ ਹੈ, ਅਤੇ ਜੇ ਉਹ ਇੱਕ ਰਿਫਿਊਜ਼ ਹੋ ਗਿਆ, ਉਹ 10 ਨੇ ਮਾਯੂਸ ਹੋ ਜਾਣਾ। ਅਸੀਂ ਤਾਂ ਬੂਟੇ ਲਾਉਂਦੇ ਪਏ ਹਾਂ, ਲੋਕਾਂ ਦੇ ਘਰਾਂ 'ਚ ਜਾ ਜਾ ਕੇ ਲਾਉਂਦੇ ਪਏ ਹਾਂ, ਪਿੰਡਾਂ ਦੇ ਵਿੱਚ ਜਾ ਕੇ ਲਾਉਂਦੇ ਪਏ ਹਾਂ, ਤਾਂ ਜੋ ਲੋਕਾਂ ਦੇ ਪਰਿਵਾਰ ਖੁਸ਼ਹਾਲ ਹੋ ਜਾਣ। ਜੀ, ਸਟੂਡੀਓ ਦੇ ਵਿੱਚ ਆਏ, ਤੁਹਾਡਾ ਧੰਨਵਾਦ ਜੀ, ਤੁਹਾਡਾ ਵੀ ਧੰਨਵਾਦ। ਵਿਦੇਸ਼ ਜਾਣ ਸੰਬੰਧੀ ਬਹੁਤ ਸਾਰੇ ਕਾਲਰਸ ਦੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਨੇ, ਬਹੁਤ ਸਾਰੇ ਜਿਹੜੀਆਂ ਮੋਟੀਵੇਸ਼ਨਲ ਕਾਲਸ ਜਿਹੜੀਆਂ ਸੀਗੀਆਂ ਉਹ ਵੀ ਅਟੈਂਡ ਕੀਤੀਆਂ, ਔਰ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਵਿਨੇ ਹਰੀ ਇਮਾਨਦਾਰੀ ਦੇ ਨਾਲ ਜਿਹੜੇ ਲੋਕ ਵਿਦੇਸ਼ ਜਾਣਾ ਚਾਹੁੰਦੇ ਨੇ, ਜਿਹੜੇ ਲੋਕ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਹੋਰ ਕਿਸੇ ਵੀ ਮੁਲਕ ਦੇ ਵਿੱਚ ਆਪਣਾ ਸੁਨਹਿਰੀ ਭਵਿੱਖ ਬਣਾਉਣਾ ਚਾਹੁੰਦੇ ਨੇ, ਉਹਨਾਂ ਦਾ ਇਮਾਨਦਾਰੀ ਦੇ ਨਾਲ ਉਹਨਾਂ ਦੀ ਫਾਈਲ ਦੇ ਉੱਤੇ ਕੰਮ ਕਰਕੇ ਉਹਨਾਂ ਦੇ ਵੀਜ਼ੇ ਲਗਵਾਉਣ ਔਰ ਵੱਧ ਤੋਂ ਵੱਧ ਲੋਕ ਜਿਹੜੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਣ। ਫਿਲਹਾਲ ਦੇ ਲਈ ਇੰਨਾ ਹੀ, ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ।